ਹਾਂਜੀ ਬੱਚਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਅਵਰ ਐਨੀਮਲ ਸੀਰੀਜ਼ ਮੈਂ ਤੁਹਾਡਾ ਦੋਸਤ ਤੇ ਹੋਸ ਦਵਿੰਦਰ ਸਿੱਧੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਸਕਸੈਸ ਸਟਰੀ ਪੰਜਾਬ ਤੇ ਸੋ ਬੱਚਿਓ ਅੱਜ ਥੋਡੀ 4ਥ ਕਲਾਸ ਹੈ 4ਥ ਐਪੀਸੋਡ ਆਫ ਐਨੀਮਲ ਸੀਰੀਜ਼ ਜਿਹਦੇ ਵਿੱਚ ਅਸੀਂ ਨੇ ਅਗਸਤ ਮਹੀਨੇ ਦੇ ਕਰੰਟ ਅਫੇਅਰਸ ਕੰਪਲੀਟ ਕਰਨੇ ਨੇ ਇੱਕ ਵਾਰੀ ਕਨਫਰਮ ਕਰ ਦਿਓ ਬੱਚਿਓ ਸਾਰੇ ਕਿ ਮੇਰੀ ਆਵਾਜ਼ ਆ ਰਹੀ ਹੈ ਗੁੱਡ ਆਫਟਰਨੂੰ ਅਮਨ ਸੈਣੀ ਅਮਨ ਸੈਣੀ ਤੁਹਾਨੂੰ ਮੈਂ ਬਹੁਤ ਬਹੁਤ ਧੰਨਵਾਦ ਦੇਖ ਰਹੇ ਹਾਂ ਅੱਜ ਹਨਾ ਜੀ ਅਨੀਮਲ ਦਾ ਤਾਂ ਪਤਾ ਨਹੀਂ ਨਾਨੋਨਿਮ ਆ ਗਿਆ ਠੀਕ ਹੈ ਜੀ ਸ਼ਿਵਾਨੀ ਕੁਲ ਜੀ ਵੈਰੀ ਗੁੱਡ ਨਾਨੋਨ ਵੈਰੀ ਗੁੱਡ ਆਫਟਰਨੂਨ ਗੁੱਡ ਆਫਟਰਨੂਨ ਗੁੱਡ ਆਫਟਰਨੂਨ ਨਵਦੀਪ ਮਾਨ ਸਾਰੇ ਪਿਆਰੇ ਵਿਦਿਆਰਥੀਆਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਸੋ ਬੱਚਿਓ ਅੱਜ ਦਾ ਸੈਸ਼ਨ ਹਮੇਸ਼ਾ ਦੇ ਲਈ ਜਿੱਦਾਂ ਆਪਣੇ ਸਾਰੇ ਸੈਸ਼ਨ ਗਏ ਨੇ ਉਵੇਂ ਹੀ ਇਹ ਵੀ ਬੜਾ ਇੰਪੋਰਟੈਂਟ ਹੈ ਅਗਸਤ ਮਹੀਨੇ ਦੇ ਜਿਹੜੇ ਟਾਪ MCQ ਉਸ ਨੇ ਆਪਾਂ ਨੇ ਅੱਜ ਕੰਪਲੀਟ ਕਰਦੇ ਰਹੇ ਨੇ ਇੱਕੋ ਸੈਸ਼ਨ ਦੇ ਵਿੱਚ ਤੁਹਾਡਾ ਬਸ ਇੱਕੋ ਹੀ ਫਰਜ਼ ਹੈ ਕਿਉਂਕਿ ਸਾਰੀ ਮਿਹਨਤ ਮੈਂ ਕਰ ਰਹੇ ਹਾਂ ਤੁਹਾਡਾ ਤਾਂ ਇੱਕੋ ਹੀ ਕੰਮ ਹੈ ਕਿ ਸ਼ੁਰੂ ਤੋਂ ਲੈ ਕੇ ਐਂਡੇ ਤੱਕ ਜਰੂ ਚੌਥੀ ਗੱਲ ਬੱਚਿਓ ਵੱਧੋ ਵੱਧ ਕਰਨਾ ਸ਼ੇਅਰ ਤੁਹਾਡਾ ਬਸ ਇੰਨਾ ਕੀ ਮਕਸਦ ਹੈ ਬਾਕੀ ਸਾਰੀ ਟੈਨਸ਼ਨ ਮੇਰੀ ਹੈ ਦੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਆਜੋ ਵੀ ਆਜੋ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਹੈ ਮਿਲ ਨਹੀਂ ਰਹੀ ਇਹ ਹੋ ਨਹੀਂ ਸਕਦਾ ਵੀਰੇ ਟੈਲੀਗ੍ਰam ਚੈਨਲ ਤੇ ਜਾ ਕੇ ਦੇਖੋ ਉੱਥੇ ਤੁਹਾਨੂੰ ਸਾਰੀਆਂ ਪੀਡੀਐਫਸ ਪਈਆਂ ਨੇ ਆਲਰੇਡੀ ਤਿੰਨ ਜਿਹੜੀਆਂ ਨੇ ਚਲੇ ਗਈਆਂ ਆਪਣੀਆਂ ਤਿੰਨ ਤਿੰਨ ਵੀਡੀਓ ਚਲੇ ਗਈਆਂ ਐਨੀਮਲ ਸੀਰੀਜ਼ ਦੀਆਂ ਮਈ ਜੂਨ ਜੁਲਾਈ ਮਹੀਨੇ ਦੀਆਂ ਉਹ ਤਿੰਨੇ ਪੀਡੀਐਫਸ ਆਲਰੇਡੀ ਪੈ ਚੁੱਕੀਆਂ ਨੇ ਅੱਜ ਅਗਸਤ ਮਹੀਨਾ ਇਹ ਕੰਪਲੀਟ ਹੋਊਗਾ ਟੈਲੀਗ੍ਰam ਚੈਨਲ ਤੇ ਉਹ ਵੀ ਪੈ ਜਾਊਗਾ ਬਾਕੀ ਜਿਹੜੇ ਬੱਚੇ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਅ ਪੇਡ ਕੋਰਸੇਸ ਦੇ ਵਿੱਚ ਟੈਲੀਗ੍ਰam ਸੌਰੀ ਡਿਸਕ੍ਰਿਪਸ਼ਨ ਚ ਲਿੰਕ ਪਏ ਨੇ A to Z ਪੰਜਾਬ ਬੈਚ ਦੇ ਉਥੋਂ ਤੁਸੀਂ ਸਾਨੂੰ ਨਾਲ ਕਰ ਸਕਦੇ ਹੋ ਲੋ ਜੀ ਸੋ ਬੱਚਿਓ ਇਹਦੇ ਨਾਲ ਹੀ ਐਨੀਮਲ ਸੀਰੀਜ਼ ਨੂੰ ਆਪਾਂ ਸਟਾਰਟ ਕਰਦੇ ਹਾਂ ਪਰ ਪਹਿਲਾਂ ਤੁਹਾਨੂੰ ਦੱਸ ਦਵਾਂ ਕਿ 9am ਡੇਲੀ ਕਰੰਟ ਅਫੇਅਰ ਲਾਉਣਾ ਤੁਹਾਡੇ ਲਈ ਹੈਗਾ ਬਹੁਤ ਹੀ ਜ਼ਿਆਦਾ ਜ਼ਰੂਰੀ ਜੇ ਫਿਊਚਰ ਦੇ ਵਿੱਚ ਕੋਈ ਵੀ ਐਗਜ਼ਾਮ ਦੇਣਾ ਚਾਹੇ ਪੰਜਾਬ ਦਾ ਚਾਹੇ ਸੈਂਟਰ ਲੈਵਲ ਦਾ ਜਿਹੜਾ ਮਰਜ਼ੀ ਸੋ ਇਹਨੂੰ ਲਾਉਣਾ ਜ਼ਰੂਰੀ ਹੈ ਹੁਣ ਵਿਦਆਊਟ ਐਨੀ ਟਾਈਮ ਵੇਸਟ ਸਿੱਧਾ ਚੱਲਦਾ ਐਮਸੀਕਿਊ ਤੇ ਪਹਿਲਾ ਐਮਸੀਕਿਊ ਤੁਹਾਡੇ ਮੂਰੇ ਪੇਸ਼ ਹੋਣ ਜਾ ਰਿਹਾ ਜੀ ਹੇਰੜਿਸ ਚੱਕੋ ਫੱਟੇ ਲੋ ਜੀ ਬਜੀ ਕਮਲ ਦੇ ਫੁੱਲ ਦੀ ਇੱਕ ਵੈਰਾਈਟੀ ਕੱਢੀ ਗਈ ਹੈ ਉਹਦਾ ਨਾਮ ਕੀ ਹੈ 108 ਪੈਟਲਸ ਹੋਣਗੇ ਉਹਦੇ ਵਿੱਚ 108 108 ਪੰਖੜੀਆਂ ਹੋਣਗੀਆਂ ਉਸ ਕਮਲ ਦੇ ਫੁੱਲ ਦੀਆਂ ਯੂਨੀਅਨ ਮਿਨਿਸਟਰ ਆਪਣੇ ਸਾਇੰਸ ਐਂਡ ਟੈਕਨੋਲੋਜੀ ਜਤਿੰਦਰ ਸਿੰਘ ਨੇ ਇਹਨੂੰ ਲਾਂਚ ਕੀਤਾ ਸੀ ਉਹਦਾ ਨਾਮ ਕੀ ਹੈ ਉਸ ਫੁੱਲ ਦੀ ਵੈਰਾਈਟੀ ਦਾ ਨਾਮ ਕੀ ਹੈ ਬੱਚੇ ਅਟਲ 108 ਨਮੋ ਸ਼ਿਵਾ ਜਾਂ ਫਿਰ ਭਾਰਤ 108 ਦਿਸ ਇਜ਼ ਦਾ ਕੁਐਸਚਨ ਸੈਂਟਰ ਕਾਉਂਸਲ ਆਫ ਇੰਡਸਟਰੀ ਰਿਸਰਚ ਨੇ ਇਹਨੂੰ ਲਾਂਚ ਬਣਾਇਆ ਸੀ ਸ਼ਾਬਾਸ਼ ਬਹੁਤ ਵਧੀਆ ਰਮਨ ਗੋਇਲ ਬਿਲਕੁਲ ਠੀਕ ਆਨਸਰ ਹੈ ਤੁਹਾਡਾ ਬੱਚੇ ਨਮੋ 108 ਨਮੋ 108 ਹੈ ਬੱਚੇ ਕਮਲ ਦੀ ਵੈਰਾਈਟੀ ਯਾਦ ਰੱਖੋਗੇ ਤੁਸੀਂ ਕਾਉਂਸਲ ਆਫ ਸੈਂਟਿਫਿਕ ਐਂਡ ਇੰਡਸਟਰੀਅਲ ਰਿਸਰਚ ਨੈਸ਼ਨਲ ਬੋਟੈਰੀਕਲ ਰਿਸਰਚ ਇੰਸਟੀਚਿਊਟ ਨੇ ਉਹ ਬਣਾਇਆ ਸੀ ਆ ਜੋ ਅਗਲੇ ਕੁਐਸਚਨ ਤੇ ਇੱਕ ਫਿਲਮ ਫੈਸਟੀਵਲ ਹੈ ਜੀ ਇਹ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੌਰਨ ਇਹਦੇ ਵਿੱਚ ਬਹੁਤ ਹੀ ਇੱਕ ਪ੍ਰੈਸਟੀਜੀਅਸ ਅਵਾਰਡ ਦਿੱਤਾ ਗਿਆ ਡਾਈਵਰਸਿਟੀ ਇਨ ਸਿਨੇਮਾ ਅਵਾਰਡ ਡਾਈਵਰਸਿਟੀ ਇਨ ਸਿਨੇਮਾ ਅਵਾਰਡ ਇਹ ਕਿਹਨੂੰ ਦਿੱਤਾ ਗਿਆ ਇਹ ਕੁਐਸਚਨ ਤੁਹਾਡੇ ਸਾਹਮਣੇ ਹੈ ਜੀ ਮਰਨਾਲ ਠਾਕਰ ਕੇਯਾਰਾ ਅਡਵਾਨੀ ਸੋਭਿਤਾ ਧੁਲੀਪਲਾ ਜਾਂ ਫਿਰ आलिया ਭੱਟ ਡਾਈਵਰਸਿਟੀ ਇਨ ਸਿਨੇਮਾ ਅਵਾਰਡ ਬੱਚੇ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਦੇ ਵਿੱਚ ਜਾਂ ਫਿਰ ਪੀਟ੍ਰ ਬਲੱਸ ਵੀ ਦੇ ਕਿਸੇ ਵੀ ਐਗਜ਼ਾਮ ਵਿੱਚ ਸਿਨੇਮਾ ਅਲੱਗ ਤੋਂ ਹੀ ਲਿਖਿਆ ਹੁੰਦਾ ਹੈ ਸਿਨੇਮੇ ਨੂੰ ਆਪਾਂ ਛੱਡ ਨਹੀਂ ਸਕਦੇ ਸਿਨੇਮਾ ਐਂਡ ਸਪੋਰਟਸ ਨੂੰ ਸੋ ਵਾਟ ਇਜ਼ ਦਾ ਆਨਸਰ थैंक यू ਜੀ थैंक यू ਮੁਸਕਾਂ ਜੀ ਵੈਰੀ ਗੁੱਡ ਸੋਭਿਤਾ ਲੋ ਜ ਗੁੱਡ ਆਫਟਰਨੂੰ ਖੇਰਾਨੀ ਸੋ ਬੱਚੇ ਇਹਦਾ ਜਿਹੜਾ ਆਨਸਰ ਹੈ ਦਾ ਆਨਸਰ ਇਜ਼ ਠਾਕੁਰੋਰੇ ਅਨਸਰ ਹੈ ਜੀ ਮਰਨਾਲ ਠਾਕਰੂ ਸੋ ਮਰਨਾਲ ਠਾਕਰ ਨੂੰ ਇਹ ਅਵਾਰਡ ਦਿੱਤਾ ਗਿਆ ਯਾਦ ਰੱਖ ਲਿਓ ਜੀ ਕਿਹੜਾ ਡਾਈਵਰਸਿਟੀ ਇਨ ਸਿਨੇਮਾ ਅਵਾਰਡ ਐਟ ਫਿਲਮ ਫੈਸਟੀਵਲ ਆਫ ਮੈਲਬੌਰਨ ਇੱਕ ਹੋਰ ਐਕਟਰਸ ਨੂੰ ਅਵਾਰਡ ਦਿੱਤਾ ਗਿਆ ਸੀ ਜਿਹਦਾ ਨਾਮ ਸੀਗਾ ਸਪੈਸ਼ਲ ਰੈਕੋਗਨੀਸ਼ਨ ਅਵਾਰਡ ਫੋਰ ਹਰ ਕੰਟਰੀਬਿਊਸ਼ਨ ਇਨ ਸਿਨੇਮਾ ਉਹ ਕਿਨੂੰ ਦਿੱਤਾ ਗਿਆ ਸੀਗਾ ਮਾਧਵੀ ਦਿਕਸ਼ਨ ਨੂੰ ਦਿੱਤਾ ਗਿਆ ਸੀ ਇਸ ਪੁਆਇੰਟ ਨੂੰ ਵੀ ਤੁਸੀਂ ਯਾਦ ਰੱਖੋਗੇ ਇੰਟਰਨੈਸ਼ਨਲ ਫੈਸਟੀਵਲ ਆਫ ਇੰਡੀਅਨ ਸਿਨੇਮਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਜਿਹੜਾ ਗੋਆ 'ਚ ਹੋਇਆ ਸੀ ਉੱਥੇ ਚਲੋ ਅਗਲੇ ਕੁਐਸਚ सीबीआईसी नवे चेयरमैन कौन ने जी सेंट्रल बोर्ड ऑफ इनडायरैक्ट टैक्सिस एंड कस्टम सेंट्रल बोर्ड ऑफ इनडायरैक्ट टैक्सिस एंड कस्टम्स के नवे चेयरमैन कौन ने दिस इज द क्वेश्चन लोवे शाबाश बहुत बढ़िया जी ਆਨਸਰ ਕੀ ਹੈ ਮੇਰੇ ਪਿਆਰੇ ਵਿਦਿਆਰਥੀਓ ਦਾ ਆਨਸਰ ਇਸ ਸੰਜੀ ਕੁਮਾਰ ਅਗਰਵਾਲ ਸੰਜੀ ਕੁਮਾਰ ਅਗਰਵਾਲ ਜੀ ਯਾਦ ਰੱਖ ਲਿਓ ਜੀ ਬਹੁਤ ਹੀ ਵੱਡੀ ਆਰਗੇਨਾਈਜੇਸ਼ਨ ਹੈ ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਸ ਐਂਡ ਕਸਟਮਸ ਇਨਡਾਇਰੈਕਟ ਟੈਕਸਿਸ ਇੰਦੀ ਲਈ ਇੱਕ ਸੈਂਟਰਲਾਈਜ਼ਡ ਬਾਡੀ ਹੈ ਉਹਦੇ ਚੇਅਰਮੈਨ ਨੇ ਜੀ ਇਹ ਨਵੇਂ ਲੱਗੇ ਨੇ ਨਾਮ ਕੀ ਹੈ ਸੰਜੀ ਕੁਮਾਰ ਅਗਰਵਾਲ ਜੀ ਯਾਦ ਰੱਖੋਗੇ ਅਗਲਾ ਕੁਐਸਚਨ ਲੋ ਜੀ ਕਹਿੰਦਾ ਜੀ ਪਹਿਲੀ ਵਾਰੀ ਕਿਹੜੀ ਕੰਟਰੀ ਨੇ ਹੋਸਟ ਕੀਤੀ ਹੈ ਇੱਕ ਸੈਨਿਕ ਅਭਿਆਸ ਜਿਹਦਾ ਨਾਮ ਹੈ ਮਾਲਾਬਾਰ ਐਕਸਰਸਾਈਜ਼ ਪਹਿਲੀ ਵਾਰੀ ਉਸ ਕੰਟਰੀ ਨੇ ਇਹਨੂੰ ਹੋਸਟ ਕੀਤਾ ਹੈ ਤੇ ਵਾਟ ਇਜ਼ ਦਾ ਨੇਮ ਆਫ ਥੈਟ ਕੰਟਰੀ ਇਹ ਬੱਚੇ ਮਾਲਾਬਾਰ ਐਕਸਰਸਾਈਜ਼ ਆ ਵੈਸੇ ਇਹ ਇੰਡੀਆ ਜਾਪਾਨ ਤੇ ਯੂ ਐਸ ਦੀ ਹੈ ਤੇ ਐਤ ਕੀ ਇਹਨਾਂ ਤਿੰਨਾਂ ਤੋਂ ਤਿੰਨਾਂ ਨੂੰ ਤਾਂ ਇਹਨਾਂ ਨੇ ਤਾਂ ਪਾਰਟਿਸਿਪੇਟ ਕੀਤਾ ਇੱਕ ਹੋਰ ਕੰਟਰੀ ਨੇ ਵੀ ਪਾਰਟਿਸਿਪੇਟ ਕੀਤਾ ਤੇ ਉਸੇ ਕੰਟਰੀ ਦੇ ਵਿੱਚ ਇਹ ਜਿਹੜੀ ਹੈ ਹੋਸਟਿੰਗ ਕੀਤੀ ਗਈ ਹੈ ਮਾਲਾਬਾਰ ਐਕਸਰਸਾਈਜ਼ ਵਾਟ ਇਜ਼ ਦਾ ਨੇਮ ਆਫ ਥੈਟ ਕੰਟਰੀ ਥਿਸ ਇਜ਼ ਦਾ ਕੁਐਸਚਨ ਸ਼ਾਬਾਸ਼ ਕੰਗਾਰੂਆਂ ਦੀ ਕੰਟਰੀ ਆ ਬੱਚਿਓ ਤੇ ਨਾਮ ਕੀ ਹੈ ਸ਼ਾਬਾਸ਼ ਆਸਟ੍ਰੇਲੀਆ ਇਜ਼ ਦਾ ਕਰੈਕਟ ਆਪਸ਼ਨ ਸੋ ਆਸਟ੍ਰੇਲੀਆ ਇਸ ਦਾ ਕਰੈਕਟ ਆਪਸ਼ਨ ਬੱਚੇ ਆਸਟ੍ਰੇਲੀਆ ਨੇ ਐਤ ਕੀ ਜਿਹੜੀ ਤੁਹਾਡੀ ਮਾਲਾਬਾਰ ਨੇਵਲ ਐਕਸਰਸਾਈਜ਼ ਹੈ ਉਹਨੂੰ ਪਹਿਲੀ ਵਾਰ ਹੋਸਟ ਕੀਤਾ ਤੇ ਅਦਰਵਾਈਜ਼ ਇਹਦਾ ਪਾਰਟ ਹੈਗਾ ਨਹੀਂ ਬਟ ਕੋਆਰਡੀਨੇਸ਼ਨ ਦਾ ਪਾਰਟ ਹੈ ਕਿਉਂਕਿ ਆਸਟ੍ਰੇਲੀਆ ਇਸ ਕਰਕੇ ਇਹਨੂੰ ਵੀ ਇਨਕਲੂਡ ਕਰ ਲਿਆ ਗਿਆ ਅਗਲਾ ਕੁਐਸਚਨ ਆਸਟ੍ਰੇਲੀਆ ਓਪਨ 2023 ਦੇ ਵਿੱਚ ਮੈਨਸ ਸਿੰਗਲ ਬੈਡਮਿੰਟਨ ਦਾ ਟਾਈਟਲ ਕਿਨੇ ਜਿੱਤਿਆ ਟੈਨਿਸ ਨਹੀਂ ਹੈਗਾ ਬੈਡਮਿੰਟਨ ਹੈ ਬੈਡਮਿੰਟਨ ਦਾ ਟਾਈਟਲ ਕਿਨੇ ਜਿੱਤਿਆ ਆਸਟ੍ਰੇਲੀਆ ਓਪਨ ਮੈਨਸ ਸਿੰਗਲ ਦੇ ਵਿੱਚ ਐਚਐਸ ਪ੍ਰੋਨੇ ਵੈਂਗ ਹੋਂਗ ਯੈਂਗ ਐਂਥਨੀ ਗਿੰਟਿੰਗ ਜਾਂ ਫਿਰ ਪ੍ਰਿਆੰਸ਼ੂ ਰਜਾਵਤ ਮੈਨੂੰ ਪਤਾ ਤੋਂ ਸਾਰਿਆਂ ਨੇ ਕੀ ਆਨਸਰ ਆਉਣਾ ਹੈ ਮਹੀਪ ਬੀ ਲਾ ਰਿਹਾ ਵਾਸੂ ਸ਼ਰਮਾ ਐਚਐਸ ਪ੍ਰੋਣੇ ਸੁਖਮਨੀ ਸਿੱਧੂ ਵੈਰੀ ਗੁੱਡ ਆਫਟਰਨੂੰ ਸ਼ਾਬਾਸ਼ ਸਤਿ ਸ੍ਰੀ ਅਕਾਲ ਜੀ ਹਰਦੀਪ ਜੀ ਮੇਰੇ ਪਿਆਰੇ ਵਿਦਿਆਰਥੀਓ ਐਚਐਸ ਪ੍ਰੋਣੇ ਜਿਹੜਾ ਪਹਿਲਾ ਆਪਸ਼ਨ ਹੈ ਨਾ ਇਹਦਾ ਫਾਈਨਲ ਪੰਗਾ ਪਿਆ ਸੀ ਕਿਹਦੇ ਨਾਲ ਜੀ ਵੈਂਗ ਹੋਂਗ ਯੰਗ ਨਾਲ ਤੇ ਬੱਚੇ ਜਿੱਤ ਗਿਆ ਸੀਗਾ ਵੈਂਗ ਹੋਂਗ ਯੰਗ ਵੈਂਗ ਹੋਂਗ ਯੰਗ ਜਿੱਤ ਗਿਆ ਸੀ ਯਾਦ ਰੱਖ ਲਿਓ ਰਨਰ ਅਪ ਸੀਗਾ ਸਾਡਾ ਐਚਐਸ ਪ੍ਰੋਨੇ ਇੰਡੀਆ ਦਾ ਯਾਦ ਰੱਖਣੀ ਦੋਸਤੋ ਗੱਲ ਆਸਟ੍ਰੇਲੀਅਨ ਓਪਨ ਬੈਡਮਿੰਟਨ ਚ ਅਗਲਾ ਕੁਐਸਚਨ ਲੋ ਜੀ ਫਰਸਟ ਇੰਡੀਅਨ ਕਿਹੜੀ ਬਣਿਆ ਜੀ ਵਿਸ਼ਵ ਤੀਰ ਅੰਦਾਜ਼ੀ ਚੈਂਪੀਅਨਸ਼ਿਪ ਦੇ ਵਿੱਚ ਵਿਅਕਤੀਗਤ ਵਿਸ਼ਵ ਖਿਤਾਬ ਜਿੱਤਣ ਵਾਲਾ ਪਹਿਲਾ ਭਾਰਤੀ ਕੌਣ ਬਣਿਆ ਜੀ ਫਰਸਟ ਇੰਡੀਅਨ ਟੂ ਕਲਿੰਚ ਇੰਡੀਵੀਜੂਅਲ ਵਰਲਡ ਟਾਈਟਲ ਇੰਡੀਵੀਜੂਅਲ ਲੈਵਲ ਤੇ ਬੱਚੇ ਉਹਨੇ ਜਿਹੜਾ ਹੈ ਅਵਾਰਡ ਜਿੱਤਿਆ ਕੌਣ ਹੈ ਜ ज्योति सुरेखा वनम ओजस ज्योतल या फिर अदिति स्वामी लो भाई क्या बात है जी क्या बात है शालिनी शालिका कंबोज जी कहंदे ने ओजस नहीं ज्योति भी नहीं हैगे ते एदा जेड़ा आंसर है ना मेरे प्यारे वेदथ एदा आंसर है जी अदिति स्वामी जी अदिति स्वामी, स्वामी इज द करेक्ट ऑप्शन याद रख लो जी गोल्ड मेडल विनर है वर्ल्ड आर्चेरी चैंपियनशिप ਦੇ ਵਿੱਚ ਤੇ ਉਸ ਤੋਂ ਇਲਾਵਾ ਪਹਿਲੇ ਫਰਸਟ ਇੰਡੀਅਨ ਬਣ ਗਏ ਨੇ ਇੰਡੀਵਿਜੂਅਲ ਟਾਈਟਲ ਜਿਨ੍ਹਾਂ ਨੇ ਜਿੱਤੇ ਜੀ ਅਦਿਤੀ ਸੁਆਮੀ ਨਾਮ ਯਾਦ ਰੱਖੋਗੇ ਅਗਲਾ ਕੁਐਸਚਨ ਮਿਨਿਸਟਰੀ ਆਫ ਡਿਫੈਂਸ ਨੇ ਮਿਨਿਸਟਰੀ ਆਫ ਡਿਫੈਂਸ ਨੇ ਬਚੇ ਇੱਕ ਆਪਣਾ ਹੀ ਆਪਰੇਟਿੰਗ ਸਿਸਟਮ ਲਾਂਚ ਕੀਤਾ ਹੈ ਤੇ ਉਸ ਆਪਰੇਟਿੰਗ ਸਿਸਟਮ ਦਾ ਨਾਮ ਕੀ ਹੈ ਕਹਿੰਦੇ ਮਿਨਿਸਟਰੀ ਆਫ ਡਿਫੈਂਸ ਸਾਰੀ ਹੁਣ ਉਹੀ ਆਪਰੇਟਿੰਗ ਸਿਸਟਮ ਯੂਜ਼ ਕਰਿਆ ਕਰੂਗੀ ਤੇ ਉਸ ਆਪਰੇਟਿੰਗ ਸਿਸਟਮ ਦਾ ਨਾਮ ਕੀ ਹੈ ਮਾਇਆ ਭਾਰ OS ਚੱਕਰਿਊ ਜਾਂ ਫਿਰ ਮੈਕ OS याद रखियो ये जरूरी है न्यूज़ शाबाश क्या बात है जी गगनदीप ऑलरेडी पाया हुआ है लो जी आंसर की है जी द आंसर इस माया माया इस द करेक्ट ऑप्शन बचे माया। याद रख लो जी माया ऑपरेटिंग सिस्टम इंडियन डिफेंस फोर्स हूँ यूज कर ਤੇ ਇੰਡੀਆ ਦਾ ਜਿਹੜਾ ਸਭ ਤੋਂ ਪਹਿਲਾ ኦਪਰੇਟਿੰਗ ਸਿਸਟਮ ਸੀ ਇੰਡੀਆ ਦਾ ਇੰਡੀਜਨਸ ਬਣਾਇਆ ਸੀ ਉਹ ਕਿਹੜਾ ਸੀਗਾ ਭਾਰਤ OS ਭਾਰਤ OS ਸੀ ਜਿਹੜਾ ਇੰਡੀਆ ਦਾ ਪਹਿਲਾ ਖੁੱਦ ਦਾ ਇੰਡੀਜਨਸ ਬਣਾਇਆ ਹੋਇਆ ਸੀਗਾ IIT ਮ드ਰਾਸ ਦੁਆਰਾ ਬਣਾਇਆ ਗਿਆ ਸੀ ਇਹਨੂੰ ਭਾਰਤ OS ኦਪਰੇਟਿੰਗ ਸਿਸਟਮ ਪਰ ਮਿਨਿਸਟਰੀ ਆਫ ਡਿਫੈਂਸ ਦਾ ਕਿਹੜਾ ਉਹ ਲੱਗ ਗਿਆ दैट इज ਮਾਇਆ ਮਾਇਆ ኦਪਰੇਟਿੰਗ ਸਿਸਟਮ ਯਾਦ ਰੱਖਣਾ ਮਿਨਿਸਟਰੀ ਆਫ ਡਿਫੈਂਸ ਹੈ ਸ਼ਾਬਾਸ਼ ਲਓ ਜੀ ਹਾਂ ਗੱਲ ਵੀ ਸਹੀ ਹੈ ਅਗਲਾ ਕੁਸ਼ਚਨ ਜੀ ਲੋ ਮੇਰੇ ਪਿਆਰੇ ਵਿਦਿਆਰਥੀਓ ਕਹਿੰਦਾ ਜੀ ਦੋ ਪ੍ਰੋਡਕਟ ਨੇ ਰਜੌਰੀ ਚਿਕਰੀ वुडक्राफ्ट ਤੇ ਮੁਸ਼ਕ ਬੁੱਧਜੀ ਰਾਈਸ ਇਹਨਾਂ ਨੂੰ ਜੀਆਈ ਟੈਗ ਦਿੱਤਾ ਗਿਆ ਸੀ ਤੇ ਕਿਹੜੀ ਸਟੇਟ ਤੋਂ ਕਰਦੇ ਨੇ ਬਿਲੋਂਗ ਲਦਾਖ ਤੋਂ ਜੰਮੂ ਕਸ਼ਮੀਰ ਤੋਂ ਯੂਪੀ ਤੋਂ ਜਾਂ ਫਿਰ ਮੱਧਿਆ ਪ੍ਰਦੇਸ਼ ਤੋਂ ਲਓ ਵੀ ਆਨਸਰ ਸ਼ਾਬਾਸ਼ ਬਹੁਤ ਵਧੀਆ ਜੀ ਪੋਰਟਸ ਦੀ ਤਾਂ ਪੀਡੀਐਫ ਮਿਲੀ ਨਹੀਂ ਹੋ ਹੀ ਨਹੀਂ ਸਕਦਾ ਤੁਸੀਂ ਟੈਲੀਗ੍ਰਾਮ ਚੈਨਲ 'ਚ ਦੇਖੋ ਜਾ ਕੇ ਫਾਈਲਸ ਦੇਖੋ ਤੇ ਸਾਰਾ ਕੁਝ ਪਿਆ ਲਓ ਜੀ ਲਓ ਮੇਰੇ ਭਾਈ ਆਨਸਰ ਇਹਦਾ ਕੀ ਹੈ ਜੀ ਦਾ ਆਨਸਰ ਇਜ਼ ਜੰਮੂ ਐਂਡ ਕਸ਼ਮੀਰ ਜੰਮੂ ਕਸ਼ਮੀਰ ਦੇ ਇਹ ਦੋ ਪ੍ਰੋਡਕਟ ਨੇ ਰਜੌਰੀ ਚਿਗਰੀ ਫੂਡ ਕraft ਤੇ ਬੱਚਿਓ ਮੁਸ਼ਕ ਬੁੱਧਜੀ ਰਾਈਸ ਇਹਨਾਂ ਨੂੰ ਮਿਲਿਆ ਸੀ ਜੀਆਈ ਟੈਗ ਯਾਦ ਰੱਖ ਲਿਓ ਅਗਸਤ ਦੇ ਮਹੀਨੇ ਦੇ ਵਿੱਚ ਅਗਲਾ ਕੁਐਸਚਨ ਬੱਚ ਇੱਕ ਬਹੁਤ ਹੀ ਰੈਵੋਲਿਊਸ਼ਨਰੀ ਇੰਟਰਨੈਟ ਆਫ ਥਿੰਗ ਬੇਸ ਸੋਇਲ ਟੈਸਟਿੰਗ तो एग्रोनोमी एडवाइजरी प्लेटफॉर्म लॉन्च किया जी इंडियन काउंसिल ऑफ एग्रीकल्चर रिसर्च ने तो नाम की है सोयल टैसटिंग पोर्टल है बच्चे फोटो देख के सोयल करू की कमी है वह तो नाम की है उस पोर्टल का भू विजन थल विजन एग्रोटॉक या फिर टॉक सोयल टैसटिंग एंड एग्रोनोमी एडवाइजरी प्लेटफॉर्म लॉन्च बाय द इंडियन काउंसिल ऑफ एग्रकल्चर रिसर्च इंडियन इंस्टीट्यूट ऑफ राइस रिसर्च आई आई आर आर की नाम है जी इस इनिशिएटिव का ਮਾਟੀ ਟਾਕ ਨੋ ਮਾਟੀ ਟਾਕ ਨਹੀਂ ਹੈਗਾ ਬੱਚੇ ਦਾ ਆਨਸਰ ਇਹਦਾ ਹੈਗਾ ਜੀ ਆਨਸਰ ਭੂ ਵਿਜਨ ਵੈਰੀ ਗੁੱਡ ਰਿਆਸਤ ਵੈਰੀ ਗੁੱਡ ਜੀ ਵੈਰੀ ਗੁੱਡ ਜੀ ਭੂ ਵਿਜਨ ਇਸ ਦਾ ਕਰੈਕਟ ਆਪਸ਼ਨ ਹੈ ਬੱਚੇ ਭੂ ਵਿਜਨ ਹੈ ਯਾਦ ਰੱਖ ਲਿਓ ਜੀ ਭੂ ਵਿਜਨ 올 ਰਾਈਟ ਜੀ ਇੰਡੀਅਨ ਇੰਸਟੀਟਿਊਟ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਦੇ ਰਿਸਰਚ ਇੰਡੀਅਨ ਇੰਸਟੀਟਿਊਟ ਆਫ ਰਾਈਸ ਰਿਸਰਚ ਨੇ ਨੂੰ ਲਾਂਚ ਕੀਤਾ ਭੂ ਵਿਜਨ ਸੋਇਲ ਟੈਸਟਿੰਗ ਪਲੈਟਫਾਰਮ ਹੈ ਅਗਲਾ ਕੁਐਸਚਨ ਲੋ ਜੀ ਅਗਲਾ ਕਹਿੰਦਾ ਜੀ ਇੰਡੀਆ ਦਾ ਆਟੋਨੋਮਸ ਯਾਨੀ ਕਿ ਇੰਡੀਆ ਦਾ ਖੁਦ ਦਾ ਬਣਾਇਆ ਹੋਇਆ ਅੰਡਰਵਾਟਰ ਵਾਹਨ ਤਾਂ ਕਿ ਅੰਡਰਵਾਟਰ ਮਾਈਨ ਡਿਟੈਕਟ ਕੀਤੀ ਜਾ ਸਕੇ ਜਿਹੜਾ ਹੈ ਵਾਹਨ ਲਾਂਚ ਕੀਤਾ ਦਾ ਨਾਮ ਕੀ ਹੈ ਨਿਰਾਕਸ਼ੀ ਵਰੁਨਸਤ੍ਰ ਵਰੁਨਸਤ੍ਰ ਸਾਗਾਰਿਕਾ ਯਤ੍ਰਸ਼ੂਲ ਆਟੋਨੋਮਸ ਅੰਡਰਵਾਟਰ ਵਾਹਨ ਪਾਣੀ ਦੇ ਥੱਲੇ ਚੱਲੂਗਾ ਬੱਚੇ ਇਹ ਪਾਣੀ ਦੇ ਥੱਲੇ ਚੱਲੂਗਾ ਵੀ ਜੇ ਕਿਤੇ ਮਾਈਨਸ ਮੂਨਸ ਹੋਣਗੀਆਂ ਤਾਂ ਉਹਨੂੰ ਇਹਨੇ ਡਿਟੈਕਟ ਕਰ ਲੈਣਾ ਡਿਟੈਕਟ ਕਰ ਲੈਣਾ ਸੋ ਦਾ ਨਾਮ ਕੀ ਨਿਰਾਖਸ਼ੀ ਵਰੁਨਾਸਤਰ ਸਗਾਰਿਕਾ ਜਾਂ ਫਿਰ ਤ੍ਰਿਸ਼ੂਲ ਆਨਸਰ ਲਾ ਦਿਓ ਮਿੰਟ ਤੋਂ ਪਹਿਲਾਂ ਸ਼ਾਬਾਸ਼ ਜੀ ਆਈ ਇਨ ਦਾ ਵਾਟਰ ਕਹਿੰਦੇ ਨੇ ਇਹਨੂੰ ਆਈ ਵੀ ਪਾਣੀ ਥੱਲੇ ਅੱਖ ਚੱਲ ਰਹੀ ਹੈ ਜੀ ਆਈ ਇਨ ਦਾ ਵਾਟਰ ਨਾਮ ਕੀ ਹੈ ਨਿਰਾਖਸ਼ੀ ਸੋ ਨਿਰਾਖਸ਼ੀ ਹੈ ਬੱਚੇ ਇਹ ਯਾਦ ਰੱਖ ਲਿਓ ਜੀ ਤੁਸੀਂ ਜਿਹਨੂੰ ਬਣਾਇਆ ਸੀਗਾ ਜੀ ਆਰ ਐਸ ਸੀ ਨੇ ਥੈਟ ਇਜ਼ ਗਾਰਡਨ ਰੀਚ ਸ਼ਿਪਯਾਰਡ ਇੰਜੀਨੀਅਰਿੰਗ ਲਿਮਿਟਿਡ ਇਹਨਾਂ ਨੇ ਬੱਚੇ ਨਿਰਾਖਸ਼ੀ ਬਣਾਇਆ ਯਾਦ ਰੱਖ ਲਿਓ ਜੀ ਤਾਂ ਕਿ ਪਾਣੀ ਦੇ ਥੱਲੇ ਮਾਈਸ ਨੂੰ ਡਿਟੈਕਟ ਕੀਤਾ ਜਾ ਸਕੇ ਨਿਰਾਖਸ਼ੀ ਯਾਦ ਰੱਖਣੇ ਤੁਸੀਂ ਸ਼ਾਬਾਸ਼ ਬਹੁਤ ਵਧੀ ਅਗਲਾ ਕੁਐਸਚਨ ਲੋ ਜੀ ਅਨਾ ਲਿੰਧ ਪੁਰਸਕਾਰ ਕਿਨੂੰ ਮਿਲਿਆ ਜੀ ਅਨਾ ਲਿੰਧ ਪੁਰਸਕਾਰ ਕਿਨੂੰ ਦਿੱਤਾ ਗਿਆ ਆ ਇਹਨਾਂ ਦੀ ਫੋਟੋ ਹੈ ਬੱਚੇ ਬੈਲਾਰੂਸ ਦੇ ਬੱਚੇ ਇਹ ਜਿਹੜੇ ਹੈ ਤੁਸੀਂ ਕਹਦੇ ਹੋ ਵੀ ਐਕਸਾਈਲਡ ਇਹਨਾਂ ਦੇ ਜਿਹੜੇ ਤੁਸੀਂ ਕਹਦੇ ਹੋ ਪੋਲੀਟੀਸ਼ੀਅਨ ਸੀਗੇ ਤੇ ਇਹਨਾਂ ਨੇ ਬੱਚੇ ਬੈਲਾਰੂਸ ਦੇ ਵਿੱਚ ਬਹੁਤ ਹੀ ਜ਼ਿਆਦਾ ਸਟਰਗਲ ਕੀਤਾ ਹੈ ਸਰਕਾਰ ਦੇ ਖਿਲਾਫ ਇਹਨਾਂ ਨੇ ਕਈ ਸਰਕਾਰ ਦੀਆਂ ਕੁਝ ਨੀਤੀਆਂ ਦੇ ਖਿਲਾਫ ਕਈ ਕੁਛ ਬੋਲੇ ਸੀਗੇ ਇਸ ਕਰਕੇ ਉਹਨੂੰ ਅਨਾ ਲਿੰਦ ਪ੍ਰਾਈਜ਼ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਨਾਮ ਕੀ ਇਹਨਾਂ ਦਾ ਜੀ ਲਓ ਜੀ ਆਨਸਰ ਇਹਦਾ ਬੀ ਕਹਿ ਰਹੇ ਨੇ ਬੱਚੇ ਇਹਦਾ ਬੱਚੇ ਆਨਸਰ ਬੀ ਨਹੀਂ ਹੈਗਾ ਆਨਸਰ ਹੈ ਸਵਿਤ ਲਾਨਾ ਤਿੱਖ ਤਿੱਖਾ ਨੋਵਿਸਕੀਆ ਸਵਿਤ ਲਾਨਾ ਤਿੱਖਾ ਨੋਵਿਸਕੀਆ ਇਸ ਦਾ ਕਰੈਕਟ ਆਪਸ਼ਨ ਹੈ ਯਾਦ ਰੱਖ ਲਿਓ ਐਕਸਾਈਲਡ ਬੈਲਾਰੂਸ ਓਪੋਜੀਸ਼ਨ ਲੀਡਰ ਨੇ ਇਹ ਜੀ ਠੀਕ ਹੈ ਜੀ ਸਵੀਡਨ ਇਹ ਪ੍ਰਾਈਜ਼ ਦਿੰਦਾ ਜੀ ਅਨਾ ਲਿੰਦ ਪ੍ਰਾਈਜ਼ 1 ਲੱਖ ਸਵਿਡਿਸ਼ ਕਰੋਨਰ ਨਾਲ ਮਿਲਦੇ ਨੇ ਠੀਕ ਹੈ ਜੀ ਚਲੋ ਜੀ ਅਗਲਾ ਕੁਐਸਚਨ ਆ ਗਿਆ ਬੱਚੇ ਇੱਕ ਆਨਲਾਈਨ ਪਲੈਟਫਾਰਮ ਲਾਂਚ ਕੀਤਾ ਗਿਆ ਸੁਪਰੀਮ ਕੋਰਟ ਵੱਲੋਂ ਜਿਹਦਾ ਨਾਮ ਹੈ ਜੀ ਪੋਰਟਲ ਜਿਹਦਾ ਨਾਮ ਹੈ ਸੂ ਸਵਾਗਤਮ ਇਹਦਾ ਮੇਨ ਪਰਪਸ ਕੀ ਹੈ ਜਿਹੜੇ ਕੋਰਟ ਵਿੱਚ ਆਉਂਦੇ ਨੇ ਉਹਨਾਂ ਵਾਸਤੇ ਜਿਹੜਾ ਹੈ ਪਾਸ ਮਨਾਉਣਾ ਜਾਂ ਫਿਰ ਟੋਟਲ ਕੇਸ ਕਿੰਨੇ ਪੈਂਡਿੰਗ ਨੇ ਉਹਨੂੰ ਡਿਸਪਲੇ ਕਰਨਾ ਜੱਜਸ ਨੂੰ ਰਿਕਰੂਟ ਕਰਨਾ ਜਾਂ ਫਿਰ 올 ਆਫ ਦਾ ਵਰਬ ਸੂ ਸਵਾਗਤਮ ਪੋਰਟਲ ਕੀਤਾ ਗਿਆ ਸੀ ਲਾਂਚ ਬੱਚੇ ਜਿਹਦਾ ਜਿਹੜਾ ਹੈ ਸੁਪਰੀਮ ਕੋਰਟ ਨੇ ਕੀਤਾ ਸੀ ਮੇਨ ਪਰਪਸ ਕੀ ਹੈ ਤੁਸੀਂ ਇਹ ਦੱਸਣਾ ਜੀ ਸ਼ਾਬਾਸ਼ ਸ਼ਾਬਾਸ਼ ਬਹੁਤ ਵਧੀਆ ਬੱਚੇ ਵੈਰੀ ਗੁੱਡ ਆਨਸਰ ਕੀ ਹੈ ਦਾ ਆਨਸਰ ਇਜ਼ ਏ ਯਾਨੀ ਕਿ ਟੂ ਵਿਜ਼ਿਟਰਸ ਪਾਸ ਟੂ ਐਂਟਰ ਕੋਰਟ ਠੀਕ ਹੈ ਜੀ ਪਾਸ ਕ੍ਰੀਏਟ ਕਰਨਾ ਬੱਚੇ ਸੁਸਵਾਗਤਮ ਪੋਰਟਲ ਦਾ ਮੇਨ ਮਕਸਦ ਹੈ ਵਿਜ਼ਿਟਰ ਪਾਸ ਕ੍ਰੀਏਟ ਕਰਨ ਦਾ ਮੇਨ ਮਕਸਦ ਹੈ ਸੁਪਰੀਮ ਕੋਰਟ ਨੇ ਰੀਸੈਂਟਲੀ ਕੈਫੇ ਵੀ ਖੋਲੇ ਸੀਗਾ ਮਾਰਟੀ ਕੈਫੇ ਤੁਹਾਨੂੰ ਯਾਦ ਹੋਣਾ ਓ ਮਾਟੀ ਕਾਫੇ ਸੁਪਰੀਮ ਕੋਰਟ ਦੇ ਵਿੱਚ ਖੋਲਿਆ ਗਿਆ ਤੇ ਉਹ ਸਾਰਾ ਜਿਹੜਾ ਕਾਫੇ ਆ ਉਹਨੂੰ ਸਾਰੇ ਦੇ ਸਾਰੇ ਬੱਚੇ ਜਿਹੜੇ ਹੈ ਦਿਵਿਆਂਗ ਲੋਕ ਚਲਾਉਂਦੇ ਨੇ ਠੀਕ ਹੈ ਜੀ ਫਿਜ਼ੀਕਲੀ ਹੈਂਡੀਕੈਪਡ ਲੋਕ ਚਲਾ ਰਹੇ ਨੇ ਯਾਦ ਰੱਖਣਾ ਮਾਟੀ ਕਾਫੇ ਸੁਪਰੀਮ ਕੋਰਟ ਚੁੱਲੇ ਅਗਲਾ ਕੁਐਸਚਨ ਲੋ ਜੀ ਕਿਹੜੀ ਨੇਵੀ ਦੇ ਨਾਲ ਬੱਚੇ ਇੰਡੀਅਨ ਨੇਵੀ ਨੇ ਕਿਸ ਕੰਟਰੀ ਨਾਲ ਮਿਲ ਕੇ ਇੱਕ ਐਕਸਰਸਾਈਜ਼ ਕੀਤੀ ਹੈ ਜਿਹਦਾ ਨਾਮ ਹੈ ਜ਼ਾਇਦ ਤਲਵਾਰ ਜ਼ਾਇਦ ਤਲਵਾਰ ਐਕਸਰਸਾਈਜ਼ ਕਿਹੜੀ ਕੰਟਰੀ ਦੇ ਨਾਲ ਮਿਲ ਕੇ ਇੰਡੀਅਨ ਨੇਵੀ ਨੇ ਕੀਤੀ ਹੈ ਓਮਾਨ ਨਾਲ ਇਜੀਪਟ ਨਾਲ ਇਰਾਨ ਨਾਲ ਜਾਂ ਫਿਰ ਯੂਏਈ ਦੇ ਨਾਲ ਲਓ ਵੀ ਆਨਸਰ ਸ਼ਾਬਾਸ਼ ਬਹੁਤ ਵਧੀਆ ਓਮਾਨ ਨਹੀਂ ਹੈਗਾ ਬੱਚੇ ਦਾ ਆਨਸਰ ਦਾ ਆਨਸਰ ਇਜ਼ ਯੂਏਈ ਯੂਨਾਈਟਿਡ ਅਰਬ ਐਮੀਰੇਟਸ ਇਜ਼ ਦਾ ਕਰੈਕਟ ਆਪਸ਼ਨ ਜਿਹਦੇ ਨਾਲ ਮਿਲ ਕੇ ਇੰਡੀਆ ਨੇ ਕੀਤੀ ਹੈ ਜ਼ਾਇਦ ਤਲਵਾਰ ਨਾਮਕ ਇੱਕ ਐਕਸਰਸਾਈਜ਼ ਤੁਸੀਂ ਯਾਦ ਰੱਖੋਗੇ ਜ਼ਾਇਦ ਤਲਵਾਰ ਇੱਕ ਵਿਨ ਬੈਕ ਸੀ ਵਿਏਟਨਾਮ ਇੰਡੀਆ ਇੱਕ ਸਿੰ ਬੈਕ ਸੀ ਸਿੰਗਾਪੁਰ ਇੰਡੀਆ ਉਹ ਵੀ ਯਾਦ ਰੱਖ ਲਿਓ ਚਲੋ ਜੀ ਅਗਲਾ ਕੁਐਸਚਨ ਦੁਬਈ ਦੇ ਵਿੱਚ ਹੋਈ ਹੈ ਅਗਲਾ ਕੁਐਸਚਨ ਰੀਸੈਂਟ ਸੈਂਟਰਲ ਬੈਂਕ ਯਾਨਕੀ ਆਰਬੀ ਨੇ ਇੱਕ ਜਿਹੜੀ ਹੈ ਡਿਜੀਟਲ ट्रांजैक्शंस ਨੂੰ ਪ੍ਰਮੋਟ ਕਰਨ ਵਾਸਤੇ ਇੱਕ ਇਨੀਸ਼ੀਏਟਿਵ ਲੱਗਤਾ ਕਹਿੰਦਾ ਜਿਹੜਾ ਯੂਪੀਆਈ ਲਾਈਟ ਹੈ ਨਾ ਉਹਦੀ ਜਿਹੜੀ ਅਸੀਂ existing ਜਿਹੜੀ ਹੈਗੀ ਸੀ ਵੀ 200 ਰੁਪਏ ਤੁਸੀਂ ਦੇ ਸਕਦੇ ਹੋ ਉਹਦੀ ਲਿਮਟ ਵਧਾਈ ਸੀ ਉਹ ਕਿੰਨੀ ਕਰ ਦਿੱਤੀ ਗਈ ਹੈ 200 ਤੋਂ ਵਧਾ ਕੇ ਕਿੰਨੀ ਕਰਤੀ ਹੈ UPI ਲਾਈਟ ਦੇ ਵਿੱਚ ਲਿਮਟ ਸ਼ਾਬਾਸ਼ 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 ਕੁਝ ਨਹੀਂ ਹੈਗੀ 1500 ਕਈਆਂ ਨੇ ਗਲਤ ਆ ਬੱਚੇ ਆਨਸਰ ਹੈ 500 ਰੁਪਿਆ ਸੋ 500 ਰੁਪਿਆ ਕੀਤੀ ਗਈ ਹੈ ਜੀ ਲਿਮਟ ਜਿਹੜੀ ਹੈ ਇਨਕਰੀਸ ਕੀਤੀ ਗਈ ਹੈ 500 ਰੁਪੀਸ ਇਸ ਪੁਆਇੰਟ ਨੂੰ ਤੁਸੀਂ ਯਾਦ ਰੱਖੋਗੇ ਇੱਕ ਬਚਾਰੀਆਂ ਨੇ ਪਾਲਿਸੀ ਇੱਕ ਜਿਹੜੀ ਹੈ ਮੋਨਿਟਰੀ ਪਾਲਿਸੀ ਕਮੇਟੀ ਲਾਂਚ ਕੀਤੀ ਹੈ ਹਰ ਇੱਕ ਦੋ ਮਹੀਨੇ ਚ ਕਰਦੀਆਂ ਉਹਨਾਂ ਨੇ ਜਿਹੜੀ ਕਈ ਆ ਯੂਪੀਏ ਲਿਮਿਟ ਵਧਾਈ ਆ ਨਾ ਉਹ ਵਧਾਈ ਆ ਉਹਨਾਂ ਨੇ ਹੈਲਥ ਕੇਅਰ ਦੇ ਵਿੱਚ 1 ਲੱਖ ਤੋਂ 5 ਲੱਖ ਜਿਹੜੇ ਮੈਂ ਤੁਹਾਨੂੰ ਸਵੇਰੇ ਕਰਵਾਈ ਸੀ ਉਹ ਅਲੱਗ ਚੀਜ਼ ਹੈ ਇਹਦੇ ਨਾਲੋਂ ਠੀਕ ਹੈ ਜੀ ਚਲੋ ਜੀ ਸ਼ਾਬਾਸ਼ ਲੋ ਜੀ ਅਗਲਾ ਕੁਐਸਚਨ ਲੋ ਜੀ ਨਵੰਬਰ ਮਹੀਨੇ ਦੇ ਵਿੱਚ ਆਇਆ ਆਈਕਿਊ 에ਅਰ ਦਾ एयर क्वालिटी इंडेक्स जीरे ਵਿੱਚ ਦੱਸਿਆ ਗਿਆ ਵੀ ਕਿਹੜੀ ਕੈਪੀਟਲ ਸਿਟੀ ਆ ਸਭ ਤੋਂ ਜ਼ਿਆਦਾ ਜਿੱਥੇ ਬੱਚਿਓ ਜਿਹੜੀ ਹੈ ਪੋਲੂਸ਼ਨ ਹੈ ਨਿਊ ਦਿੱਲੀ ਜਕਾਟਾ ਇਸਲਾਮਾਬਾਦ ਜਾਂ ਫਿਰ ਟਾਕਾ ਸਭ ਤੋਂ ਜ਼ਿਆਦਾ ਪੋਲੂਟਡ ਕੈਪੀਟਲ ਕਿਹੜੀ ਆ ਬੱਚੇ ਥਿਸ ਇਜ਼ ਦਾ ਕੁਐਸਚਨ ਯਾਦ ਰੱਖ ਲਿਓ ਅਲੂ ਸਮਸੋਰੇ ਆ ਗਏ ਨੇ ਹਲਵਿੰਦਰ ਪਾਕਿਸਤਾਨ ਦੇ ਇਸਲਾਮਾਬਾਦ ਕਹਿ ਰਹੇ ਨੇ ਤੇ ਸਾਰੇ ਹੀ ਗਲਤ ਨੇ ਬੱਚੇ ਨਵੰਬਰ ਮਹੀਨੇ ਵਿੱਚ ਦੀਵਾਲੀ ਚੱਲਦੀ ਹੁੰਦੀ ਹੈ ਇੰਡੀਆ ਦੇ ਵਿੱਚ ਤੁਸੀਂ ਲਾਲੂ ਸਾਹਿਬ ਜਿਹੜਾ IQ 에어 ਦਾ ਇਹ 에어 ਕੁਆਲਿਟੀ ਇੰਡੈਕਸ ਹੈ ਨਾ ਹਰ ਇੱਕ 2 ਮਹੀਨੇ ਵਾਖਾ ਅਪਡੇਟ ਹੁੰਦਾ ਪਹਿਲਾ ਜਕਾਟਾ ਸੀਗਾ ਇਸਲਾਮਾਬਾਦ ਵੀ ਆਇਆ ਸੀ ਟਾਕਾ ਵੀ ਆਇਆ ਸੀ ਤੇ ਨਵੰਬਰ ਮਹੀਨੇ ਦੇ ਵਿੱਚ ਆਊਗਾ ਤਾਂ ਫਿਰ ਕਿਹੜੀ ਸਿਟੀ ਹੋਗੀ ਕਿਹੜੀ ਕੈਪੀਟਲ ਹੋਗੀ ਬੱਚਿਓ ਤੁਹਾਡੀ ਆਪਦੀ ਉਹ ਕੈਪੀਟਲ ਬੱਚਿਓ ਉਕਰਜੀਤਾਲੀ ਆਨਸਰ ਕੀ ਹੈ ਨਿਊ ਦਿੱਲੀ ਇਸ ਦਾ ਕਰੈਕਟ ਆਪਸ਼ਨ ਨਿਊ ਦਿੱਲੀ ਇਸ ਦਾ ਕਰੈਕਟ ਆਪਸ਼ਨ ਬੱਚੇ ਨਵੰਬਰ ਮਹੀਨੇ ਦੇ ਵਿੱਚ ਸਭ ਤੋਂ ਜ਼ਿਆਦਾ ਪੋਲਿਊਟਿਡ ਸਿਟੀ ਇਹਨੂੰ ਮਾਨ ਪ੍ਰਾਪਤ ਹੋਇਆ ਮਾਨ ਦਾ ਕੀ ਹੈ ਬੱਚੇ ਇਹ ਪਰ ਪ੍ਰਾਪਤ ਹੋਇਆ ਇਹਨਾਂ ਨੂੰ ਠੀਕ ਹੈ ਜੀ ਚਲੋ ਜੀ ਅਗਲਾ ਕੁਐਸਚਨ ਲੋ ਜੀ ਕਹਿੰਦਾ ਰਸ਼ੀਆ ਨੇ ਰਸ਼ੀਆ ਦਾ ਪਹਿਲਾ ਮੂਨ ਮਿਸ਼ਨ ਦਾ ਨਾਮ ਦੱਸ ਦਿਓ ਜਿਹੜਾ ਕਿ ਉਹਨੇ ਪਿਛਲੇ 50 ਸਾਲਾਂ ਤੋਂ ਬਾਅਦ ਲਾਂਚ ਕੀਤਾ ਸੀਗਾ ਅਲੌਂਗ ਵਿਦ ਤੁਹਾਡੇ ਚੰਦਰਯਾਨ 3 ਆਪਣਾ ਜਿਹੜਾ ਚੰਦਰਯਾਨ 3 ਹੈ ਉਹਦੇ ਨਾਲ ਹੀ ਲਾਂਚ ਕੀਤਾ ਸੀ ਉਹਨਾਂ ਨੇ ਉਹਦਾ ਨਾਮ ਕੀ ਸੀ ਲੂਨਾ 20 ਲੂਨਾ 25 ਲੂਨਾ 30 ਜਾਂ ਫਿਰ ਲੂਨਾ 50 ਦਿਸ ਇਜ਼ ਦਾ ਕੁਐਸਚਨ ਫੇਲ ਹੋ ਗਿਆ ਸੀ ਬਿਲਕੁਲ ਗੱਲ ਤੁਹਾਡੀ ਬਾਤ ਸਹੀ ਹੈ ਜੀ ਇਹ ਫੇਲ ਹੋ ਗਿਆ ਸੀ ਮਿਸ਼ਨ ਇਹ ਪੂਰੇ ਦੀ ਪੂਰੀ ਤਰੀਕੇ ਨਾਲ ਬੱਚੇ 65 ਬੱਚੇ ਲਾਈਵ ਹੋ ਗਏ ਤੇ 32 ਲਾਈਕ ਨੇ ਤੇ ਤੁਸੀਂ ਉਸ ਚੀਜ਼ ਨੂੰ ਕਰੋ ਥੋੜਾ ਜਿਹਾ बराबर करो वेरी गुड फ्रेंड्स शिवानी उकरजीत वेरी गुड आंसर है थोड़ा लियोना 25 लियोना 25 इज द करेक्ट ऑप्शन लो जी लियोना 25 ਦੇ ਨਾਲ ਸਾਡਾ ਚੰ드ਰੀਅਨ 3 ਸੀ ਚੰ드ਰੀਅਨ 3 ਸੀ ਤੇ ਚੰ드ਰੀਅਨ 3 ਜਿੱਥੇ ਲੈਂਡ ਹੋਇਆ ਉਹ ਪੁਆਇੰਟ ਦਾ ਨਾਮ ਕੀ ਹੈ ਸ਼ਿਵਸ਼ਕਤੀ ਸ਼ਿਵਸ਼ਕਤੀ ਪੁਆਇੰਟ ਇੱਕ ਹੋਰ ਪੁਆਇੰਟ ਹੈ ਜਿਹਦਾ ਨਾਮ ਤਿਰੰਗਾ ਹੈ ਇਹ ਤਿਰੰਗਾ ਪੁਆਇੰਟ ਕਿਹਨੂੰ ਦਿੱਤਾ ਗਿਆ ਜਿੱਥੇ ਆਪਣਾ ਚੰ드ਰੀਅਨ 2 ਕ੍ਰੈਸ਼ ਹੋਇਆ ਸੀ ਇਹ ਪੁਆਇੰਟ ਨੂੰ ਵੀ ਤੁਸੀਂ ਯਾਦ ਰੱਖੋਗੇ ਨਾਲ ਦੀ ਨਾਲ ਠੀਕ ਹੈ ਜੀ ਚਲੋ ਜੀ ਸੋ लेट्स ਮੂਵ ਫਾਰਵਰਡ ਟੂ ਦਾ ਨੈਕਸਟ ਕੁਐਸ਼ਨ ਆਫ ਦਾ ਡੇ ਲੋ ਜੀ ਅਗਲਾ ਕੁਐਸ਼ਨ ਆਉਂਦਾ ਹੈ ਅਗਲਾ ਕੁਐਸ਼ਨ ਆ ਗਿਆ ਜੀ ਕਹਿੰਦਾ ਕਿਹੜੀ ਰਾਜ ਹੈ ਕਿਹੜਾ ਰਾਜ ਜਿਨੇ ਭਾਰਤ ਦਾ ਪਹਿਲਾ ਖੇਤੀਬਾੜੀ ਡਾਟਾ ਐਕਸਚੇਂਜ ਪ੍ਰੋਗਰਾਮ ਸ਼ੁਰੂ ਕੀਤਾ ਇੰਡੀਆਜ਼ ਫਰਸਟ ਐਗਰੀਕਲਚਰ ਡਾਟਾ ਐਕਸਚੇਂਜ ਸਟਾਰਟ ਕਰਨੇ ਵਾਲਾ ਰਾਜ ਕਿਹੜਾ ਬੱਚਿਓ ਇਹ ਉਹੀ ਰਾਜ ਹੈ ਜਿੱਥੇ ਦੇ ਹੁਣੇ ਨਵੇਂ ਪ੍ਰੈਜ਼ੀਡੈਂਟ ਆਏ ਨੇ ਔਰ ਸੌਰੀ ਨਵੇਂ ਮੁੱਖ ਮੰਤਰੀ ਆਏ ਨੇ ਰਿਮਾਂਤ ਰੈਡੀ ਜੀ ਲੈ ਹੁਣ ਤਾਂ ਹੋ ਗਿਆ 2014 ਚ ਇਹ ਸਟੇਟ ਬਣੀ ਹੈ ਆਂਧਰਾ ਪ੍ਰਦੇਸ਼ ਤੋਂ ਤੋੜ ਕੇ ਬਣਾਈ ਸੀ ਲਾ ਲਓ ਜੀ ਆਨਸਰ ਹੁਣ ਹੁਣ ਤਾਂ ਆਨਸਰ ਆਈ ਗਿਆ ਹੁਣਾ ਸ਼ਾਬਾਸ਼ ਇੰਦਰੂਰੇ ਆ ਗਏ ਨੇ ਵੈਰੀ ਗੁੱਡ ਆਨਸਰ ਕੀਆ ਜੀ ਅਮਨਦੀਪ ਕੌਰ ਵਾਲਾ ਨਵਦੀਪ ਮਾਨ ਵਾਲਾ ਰਿਆਸਤ ਕੌਰ ਵਾਲਾ ਆਨਸਰ ਕੀਆ ਜੀ ਤੁਹਾਡਾ ਮਹੀਪ ਵਾਲਾ ਯਾਨੀ ਕਿ ਤੇਲੰਗਨਾ ਸੋ ਤੇਲੰਗਨਾ ਇਸ ਦਾ ਸਟੇਟ ਮੇਰੇ ਪਿਆਰੇ ਵਿਦਿਆਰਥੀਓ ਜਿੱਥੇ ਇੰਡੀਆ ਦਾ ਪਹਿਲਾ ਐਗਰੀਕਲਚਰ ਡਾਟਾ ਐਕਸਚੇਂਜ ਖੋਲਿਆ ਗਿਆ ਯਾਦ ਰੱਖ ਲਿਓ ਅਜ ਤੋਂ ਬਾਅਦ ਅਗਲਾ ਕੁਐਸਚਨ ਕਿਹੜੀ ਸਿਟੀ ਹੈ ਬੱਚੇ ਜਿਹਨੂੰ ਮਾਨ ਪ੍ਰਾਪਤ ਹੋਇਆ ਮੋਸਟ ਲਿਵੇਬਲ ਸਿਟੀ ਸਭ ਤੋਂ ਵੱਧ ਰਹਿਣ ਯੋਗ ਸ਼ਹਿਰ ਕਿਹੜਾ ਸ਼ਹਿਰ ਹੈ ਜੀ ਸਿੰਗਾਪੁਰ ਹੈ ਵਾਇਨਾ ਟੋਕੀਓ ਮੁੰਬਈ ਹੈ ਮੁੰਬਈ ਤਾਂ ਤੁਸੀਂ ਐਲੀਮੀਨੇਟ ਕਰੀ ਤੋ ਸਭ ਤੋਂ ਮਹਿੰਗਾ ਤਾਂ ਜ਼ਰੂਰ ਹੈ ਇੰਡੀਆ 'ਚ ਸ਼ਾਬਾਸ਼ ਵੈਰੀ ਗੁੱਡ ਆਨਸਰ ਕੀ ਹੈ ਮੇਰੇ ਵੀਰੋ ਵਾਇਨਾ ਇਟਲੀ ਵਿਆਨਾ ਵਿਆਨਾ ਆਸਟਰੀਆ ਸੌਰੀ ਵਿਆਨਾ ਆਸਟਰੀਆ ਇਜ਼ ਦਾ ਮੋਸਟ ਲਿਵੇਬਲ ਸਿਟੀ ਇਨ ਦਾ ਵਰਲਡ ਯਾਦ ਰੱਖ ਲਿਓ ਜੀ ਠੀਕ ਹੈ ਜੀ ਲਓ ਜੀ ਲਓ ਮੇਰੇ ਵੀਰੋ ਅਗਲਾ ਕੁਐਸਚਨ ਅਗਲਾ ਕੁਐਸਚਨ ਕਹਿੰਦਾ ਜੀ ਇੰਡੀਆ ਨੇ ਠੀਕ ਹੈ ਜੀ ਇੰਡੀਆ ਨੇ ਥੋੜਾ ਜੀ ਆਪਣਾ ਏਸ਼ੀਅਨ ਚੈਂਪੀਅਨਸ਼ਿਪ ਟਰੋਫੀ ਜਿੱਤ ਲਈ ਸੀ ਹਾਕੀ ਦੀ ਠੀਕ ਹੈ ਜੀ ਪਰ ਹਰਾਇਆ ਕਿਨੂੰ ਸੀ ਇਹ ਦੱਸ ਦਿਓ ਤੇ ਸਭ ਤੋਂ ਜ਼ਿਆਦਾ ਵਾਰ ਸਭ ਤੋਂ ਜ਼ਿਆਦਾ ਵਾਰ ਚਾਰ ਵਾਰ ਜਿਹੜਾ ਹੈ ਏਸ਼ੀਅਨ ਟਰੋਫੀ ਆਪਾਂ ਨੇ ਜਿੱਤ ਲਈ ਹੈ ਜੀ hockey ਦੇ ਵਿੱਚ ਤੇ ਇਹਦਾ ਵੈਨਿਊ ਕੀ ਸੀ ਵੈਨਿਊ ਵੈਨਿਊ ਬੱਚੇ ਸੀਗਾ ਥੋੜਾ ਚੇਨਈ ਚੇਨਈ ਦੇ ਵਿੱਚ ਇਹ ਫਾਈਨਲ ਹੋਇਆ ਸੀਗਾ ਤੇ ਹਰਾਇਆ ਕਿਨੂ ਸੀਗਾ ਇਹ ਦੱਸਣਾ ਤੁਸੀਂ ਹਰਾਇਆ ਕਿਨੂ ਸੀ ਚੈਂਪੀਅਨਸ਼ਿਪ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਥਿਸ ਇਜ਼ ਦਾ ਕੁਐਸਚਨ ਜਪਾਨ ਕਰਨਤਾਲੀਵਾਲ ਕਹਿੰਦਾ ਜਪਾਨ ਹੈ ਨਹੀਂ ਜਪਾਨ ਹੀ ਹੈਗਾ ਬੱਚੇ ਦਾ ਆਨਸਰ ਇਸ ਦ ਅਨਸਰ ਇਜ਼ ਬੱਚੇ ਮਲੇਸ਼ੀਆ ਸੋ ਮਲੇਸ਼ੀਆ ਨੂੰ ਹਰਾਇਆ ਸੀ ਬੱਚਿਓ ਯਾਦ ਰੱਖ ਲਿਓ ਜਿਹੜਾ ਜਾਪਾਨ ਨੂੰ ਹਰਾਇਆ ਸੀ ਨਾ ਉਹ ਊਮਨ ਨੇ ਹਰਾਇਆ ਸੀਗਾ ਏਸ਼ੀਅਨ ਚੈਂਪੀਅਨਸ਼ਿਪ ਟਰੋਫੀ ਦੇ ਵਿੱਚ ਊਮਨਸ ਨੇ ਵੀ ਏਸ਼ੀਅਨ ਚੈਂਪੀਅਨਸ਼ਿਪ ਟਰੋਫੀ ਜਿੱਤੀ ਸੀ ਚਾਰਖੰਡ ਚ ਉਹ ਹੋਸਟ ਕੀਤਾ ਸੀਗਾ ਤੇ ਉਹਨਾਂ ਨੇ ਜਾਪਾਨ ਨੂੰ ਹਰਾਇਆ ਸੀ ਯਾਦ ਰੱਖ ਲਿਓ ਜੀ ਕੋਈ ਗੱਲ ਨਹੀਂ ਰਿਆਸਤ ਕੋਈ ਚੱਕਰ ਨਹੀਂ ਬਸ ਇਹ ਕਰਨੀ ਨਹੀਂ ਚਾਹੀਦੀ ਸੀ ਚਲ ਕੋਈ ਗੱਲ ਨਹੀਂ ਜੇ ਜ਼ਰੂਰੀ ਕੰਮ ਆ ਕੋਈ ਚੱਕਰ ਨਹੀਂ ਲੋ ਜੀ ਅਗਲਾ ਕੁਐਸਚਨ ਕਹਿੰਦਾ ਕਿਹੜਾ ਸ਼ਹਿਰ ਹੈ ਜਿੱਥੇ ਇੰਡੀਆ ਦਾ ਪਹਿਲਾ ਸੋਲਰ ਰੂਫ ਸਾਈਕਲਿੰ सोलर रूफ साइकलिंग ट्रैक स्टार्ट किया गया कि शहर के दिस इज द क्वेश्चन लो भी आंसर लर्न कोर्ट भी दनमोल आ गया है बी ला रहा वेरी गुड रणवीर सिंह कंसर की है बच्चे? ਦ ਅਨਸਰ ਇਜ਼ ਹਾਈਦਰਾਬਾਦ ਸੋ ਹਾਈਦਰਾਬਾਦ ਸਿਟੀ ਹੈ ਬੱਚੇ ਜਿੱਥੇ ਇੰਡੀਆ ਦਾ ਸਭ ਤੋਂ ਪਹਿਲਾ ਰੂਫ ਸਾਈਕਲਿੰਗ ਸੋਲਰ ਰੂਫ ਸਾਈਕਲਿੰਗ ਟ੍ਰੈਕ ਸਟਾਰਟ ਕੀਤਾ ਗਿਆ ਯਾਦ ਰੱਖ ਲਿਓ ਜੀ ਥੱਲੇ ਥੱਲੇ ਸਾਈਕਲ ਚੱਲਣਗੇ ਉੱਪਰ ਉੱਪਰ ਸੋਲਰ એનર્ਜੀ ਬਣੂਗੀ ਯਾਦ ਰੱਖ ਲਿਓ ਜੀ ਚਲੋ ਜੀ ਠੀਕ ਹੈ ਜੀ ਕੋਈ ਚੱਕਰ ਨਹੀਂ ਬਹੁਤ ਜਲਦੀ ਸੁਖਜੀਤ ਅਗਲਾ ਕੁਐਸਚਨ ਕਹਿੰਦਾ ਜੀ ਫਰਸਟ ਊਮਨ ਪਹਿਲੀ ਭਾਰਤੀ ਮਿਸ਼ਨ ਭਾਰਤੀ ਮਿਸ਼ਨ ਪਾਕਿਸਤਾਨ ਵਿੱਚ ਭਾਰਤੀ ਮਿਸ਼ਨ ਦੀ ਅਗਵਾਈ ਕਰਨ ਵਾਲੀ ਪਹਿਲੀ ਔਰਤ ਦਾ ਨਾਮ ਦੱਸ ਦਿਓ ਜੀ ਫਰਸਟ ਔਮਨ ਟੂ ਲੀਡ ਇੰਡੀਅਨ ਮਿਸ਼ਨ ਇਨ ਪਾਕਿਸਤਾਨ ਨਾਮ ਕੀ ਹੈ ਗੀਤਿਕਾ ਸ਼ਰਵਾਸਤਵ ਅਨੰਦੀ ਗੋਪਾਲ ਜੋਸ਼ੀ ਕਿਰਨ 베ਦੀ ਜਾਂ ਫਿਰ ਸ਼ਿਲਾ ਦਾਵਰੇ ਲਓ ਭਈ ਆਨਸਰ ਸ਼ਾਬਾਸ਼ ਵੈਰੀ ਗੁੱਡ ਜੀ ਆਨਸਰ ਕੀ ਹੈ ਜੀ गीतिका श्रीवास्तव इज द करेक्ट ऑप्शन गीतिका श्रीवास्तव इज द करेक्ट ऑप्शन ਇੱਥੇ ਕਿਰਨ 베ਦੀ ਲਿਖਿਆ ਹੈ ਕਿਰਨ 베ਦੀ ਤੋਂ ਮੈਨੂੰ ਇੱਕ ਇਫੈਕਟ ਯਾਦ ਆ ਰਿਹਾ ਮੈਂ ਦੱਸਿਓ ਮੜਾ ਜੇ ਤੁਸੀਂ ਰੀਸੈਂਟ ਟਾਈਮ ਦੇ ਵਿੱਚ ਇਟਲੀ ਦਾ ਹਾਈਐਸਟ ਸਿਵਿਲਿਅਨ ਅਵਾਰਡ ਕਿਹਨੂੰ ਦਿੱਤਾ ਗਿਆ ਹਾਈਐਸਟ ਸਿਵਿਲਿਅਨ ਅਵਾਰਡ ਆਫ ਇਟਲੀ ਰੀਸੈਂਟ ਟਾਈਮ ਦੇ ਵਿੱਚ ਕੱਲ ਪਰਸੋ ਹੀ ਮੈਂ ਕਰਵਾਇਆ 9th ਨੇਮ ਕਲਾਸ ਦੇ ਵਿੱਚ ਨਾਮ ਦੱਸਿਓ ਜੀ ਦਾ 베ਦੀ ਆ ਉਹ ਵੀ 베ਦੀ ਆ ਪਰ ਨਾਮ ਕੀ ਉਹਨਾਂ ਦਾ ਕਬੀਰ 베ਦੀ ਉਹ ਐਕਟਰ ਨੇ ਉਹਨਾਂ ਨੂੰ ਇਟਲੀ ਦਾ ਹਾਈਐਸਿਵਿਲਨ ਅਵਾਰਡ ਦਿੱਤਾ ਹੈ ਕਬੀਰ 베ਦੀ ਨੂੰ ਰੀਸੈਂਟ ਟਾਈਮ ਦੇ ਵਿੱਚ ਦਿੱਤਾ ਹੈ ਕੱਲ ਪਰਸੋ ਮੈਂ ਤੁਹਾਨੂੰ ਕਵਰ ਕਰਵਾਇਆ ਸੀ ਤਾਂ ਜ਼ਿਆਦਾ ਗਿਆ ਸ਼ਾਬਾਸ਼ ਬਹੁਤ ਵਧੀਆ ਸੋ ਲੈਟਸ ਮੂਵ ਫਾਰਵਰਡ ਕਬੀਰ 베ਦੀ ਵੈਰੀ ਗੁੱਡ ਅਗਲਾ ਕੁਐਸਚਨ ਜਰਮਨੀ ਦੇ ਨਾਲ ਕਿਹੜੀ ਸਟੇਟ ਨੇ ਬੱਚੇ ਜਿਹੜਾ ਹੈ ਐਮਓਯੂ ਸਾਈਨ ਕੀਤਾ ਹੈ ਜਰਮਨੀਜ਼ ਬੁੰਡਸ ਲੀਗਾ ਦੇ ਨਾਲ ਤਾਂ ਕਿ ਯੰਗ ਫੁੱਟਬਾਲ ਪਲੇਅਰਸ ਨੂੰ ਸਪੋਰਟ ਕੀਤਾ ਜਾ ਸਕੇ ਲੋ ਬਈ ਕਿਹੜੀ ਸਟੇਟ ਨੇ ਕੀਤਾ ਹੈ ਜਰਮਨੀ ਦੇ ਬੋਂਡਸ ਲੀਗਾ ਨਾਲ ਬੱਚੇ ਐਮਓਯੂ ਸਾਈਨ ਤਾਂ ਕਿ ਯੰਗ ਫੁੱਟਬਾਲ 플레이ਰਸ ਨੂੰ سپورਟ ਕੀਤਾ ਜਾ ਸਕੇ ਕਰਨਾਟਕ ਮਹਾਰਾਸ਼ਟਰ ਤਾਮਿਲਨਾਡੂ ਜਾਂ ਫਿਰ ਜਪਨਪੰਜਾਬ ਲਓ ਬਈ ਵੈਰੀ ਗੁੱਡ ਕਾਲਿਆ ਕਿੰਨੇ ਆਦਮੀ تھے ਨਾ ਹੀ ਬੱਚੇ ਦਾ ਨਾਮ ਨਾ ਹੀ ਦਾ ਆਨਸਰ ਕਰਨਾਟਕ ਹੈ ਤੇ ਨਾ ਹੀ ਹੈ ਤਾਮਿਲਨਾਡੂ ਤੇ ਨਾ ਹੀ ਹੈ ਪੰਜਾਬ ਕਿਉਂਕਿ ਆਨਸਰ ਹੈ ਮੇਰੇ ਪਿਆਰੇ ਵਿਦਿਆਰਥੀਓ ਮਹਾਰਾਸ਼ਟਰ ਮਹਾਰਾਸ਼ਟਰ ਇਸ ਦਾ ਕਰੈਕਟ ਆਪਸ਼ਨ 올 ਇੰਡੀਆ ਫੁੱਟਬਾਲ ਫੈਡਰੇਸ਼ਨ ਤੇ ਫੀਫਾ ਆਲਿਆ ਨੇ ਵੀ ਇੱਕ ਅਕੈਡਮੀ ਖੋਲੀ ਆ ਫੁੱਟਬਾਲ ਦੀ ਕਿੱਥੇ ਖੋਲੀ ਆ ਉੜੀਸਾ ਦੇ ਵਿੱਚ ਇਸ ਪੁਆਇੰਟ ਨੂੰ ਵੀ ਤੁਸੀਂ ਯਾਦ ਰੱਖੋਗੇ ਜੀ ਇਹਦਾ ਮਕਸਦ ਵੀ ਯੰਗ ਫੁੱਟਬਾਲ ਪਲੇਅਰਸ ਨੂੰ ਪਲੈਟਫਾਰਮ ਦੇਣਾ ਹੀ ਹੈ ਅਗਲਾ ਕੁਐਸਚਨ ਕਿਹੜੀ ਕੰਟਰੀ ਨੇ ਇਨੌਗਰਲ ਊਮੈਨਸ ਏਸ਼ੀਅਨ ਹਾਕੀ 5ਐਸ ਵਰਲਡ ਕੱਪ ਕੁਆਲੀਫਾਇਰ ਕੁਆਲੀਫਾਇਰ ਜਿੱਤਿਆ ਜੀ ਦੱਸੋ ਬਈ ਏਸ਼ੀਅਨ ਹਾਕੀ 5ਐਸ ਵਰਲਡ ਕੱਪ ਕੁਆਲੀਫਾਇਰ ਜਿੱਤਿਆ ਕਿਹੜੀ ਊਮੈਨ ਦੀ ਟੀਮ ਨੇ ਇਨੋਗਰਲ ਸੀ ਯਾਨੀ ਕਿ ਪਹਿਲਾ ਹੀ ਸੀ ਤੇ ਪਹਿਲਾ ਹੀ ਜਿੱਤ ਲਿਆ ਉਹਨਾਂ ਨੇ ਪਾਕਿਸਤਾਨ ਚਾਈਨਾ ਮਲੇਸ਼ੀਆ ਇੰਡੀਆ ਜਿਹੜਾ ਤੁਹਾਡਾ ਹਾਕੀ ਦਾ ਊਮੈਨਸ ਏਸ਼ੀਅਨ ਚੈਂਪੀਅਨਸ਼ਿਪ ਸੀ ਉਹ ਅੱਡ ਹੈ ਇਹ ਊਮੈਨ ਏਸ਼ੀਅਨ ਹਾਕੀ 5s ਵਰਲਡ ਕੱਪ ਕੁਆਲੀਫਾਇਰ ਸੀ ਜਿਹਨੂੰ ਕਿਹੜੀ ਕੰਟਰੀ ਨੇ ਜਿੱਤਿਆ ਬੱਚਿਓ ਸ਼ਾਬਾਸ਼ ਵੈਰੀ ਗੁੱਡ ਆਨਸਰ ਹੈ ਬੱਚਿਓ ਤੁਹਾਡਾ ਇੰਡੀਆ ਆਪਣਾ ਇੰਡੀਆ ਬੱਚਿਓ ਇੰਡੀਆ ਨੇ ਹੀ ਇਹ ਜਿਹੜਾ ਹੈ ਵਰਲਡ ਕੱਪ ਜਿੱਤਿਆ ਜੀ ਹਾਕੀ ਦਾ ਇਹ ਯਾਦ ਰੱਖ ਲਿਓ ਜੀ ਜਿਨੂੰ ਬੱਚੇ ਹੋਸਟ ਕੀਤਾ ਸੀ ਮਸਕਟ ਨੇ ਮਸਕਟ ਦੇ ਵਿੱਚ ਬੱਚੇ ਨੂੰ ਹੋਸਟਿੰਗ ਕੀਤੀ ਗਈ ਸੀ ਅਗਲਾ ਕੁਐਸਚਨ ਕਾਜ਼ੀਰੰਗਾ ਨੈਸ਼ਨਲ ਪਾਰਕ ਤੁਹਾਨੂੰ ਪਤਾ ਇੱਕ ਵਰਲਡ ਹੈਰੀਟੇਜ ਸਾਈਟ ਹੈ ਕਾਜ਼ੀਰੰਗਾ ਨੈਸ਼ਨਲ ਪਾਰਕ ਕਿੱਥੇ ਅਸਾਮ ਦੇ ਵਿੱਚ ਪੈਂਦਾ ਹੈ ਵਨ ਹੌਰਨ ਰਾਈਨੋ ਵਾਸਤੇ ਜਾਨਾ ਜਾਂਦਾ ਹੈ ਤੇ ਇਸ ਕਾਜ਼ੀਰੰਗਾ ਨੈਸ਼ਨਲ ਪਾਰਕ ਦੀ ਫਰਸਟ ਊਮਨ ਫੀਲਡ ਡਾਇਰੈਕਟਰ ਕੌਣ ਨੇ ਫਰਸਟ ਫੀਮੇਲ ਫਰਸਟ ਊਮਨ ਫੀਲਡ ਡਾਇਰੈਕਟਰ ਕੌਣ ਬਣੇ ਨੇ ਸੁਨਾਲੀ ਘੋਸ਼ ਮੇਗਾ ਘੋਸ਼ ਵੇਦਿਕਾ ਘੋਸ਼ ਜਾਂ ਫਿਰ ਪ੍ਰਤਿਕਾ ਘੋਸ਼ ਲਓ ਬਈ ਅਨਸਰ ਜਿਨਾਂ ਨੇ ਲਾਈਕ ਨਹੀਂ ਕੀਤਾ ਬੱਚੇ ਲਾਈਕ ਜ਼ਰੂਰ ਕਰ ਦਿਓ ਸੈਸ਼ਨ ਨੂੰ 48 ਲਾਈਕ ਹੋ ਚੁੱਕੇ ਨੇ 71 ਲਾਈਵ ਨੇ ਗਾਜ ਉਤਸਵ ਵੀ ਬੱਚੇ ਉੱਥੇ ਕੀਤਾ ਜੀ ਕਾਜ਼ੀਰੰਗਾ ਨੈਸ਼ਨਲ ਪਾਰਕ ਦੇ ਵਿੱਚ ਵੈਰੀ ਗੁੱਡ ਗਾਜਮਾਨੇ ਹਾਥੀ ਸੋ ਆਨਸਰ ਕੀ ਹੈ ਜੀ ਦਾ ਆਨਸਰ ਇਜ਼ ਸੋਨਾਲੀ ਘੋਸ਼ ਸੋਨਾਲੀ ਘੋਸ਼ ਨੇ ਮੇਰੇ ਪਿਆਰੇ ਵਿਦਿਆਰਥੀਓ ਯਾਦ ਰੱਖ ਲਿਓ ਜਿਹੜੇ ਕਿ ਫਰਸਟ ਫੀਲਡ ਡਾਇਰੈਕਟਰ ਲੱਗੇ ਨੇ ਜੀ ਕਾਜ਼ੀਰੰਗਾ ਨੈਸ਼ਨਲ ਪਾਰਕ ਦੇ ਚਲੋ ਜੀ ਅਗਲੇ ਕੁਐਸਚਨ ਤੇ ਆ ਜਾਈਏ ਫਰਸਟ ਇੰਡੀਅਨ ਕਿਹੜਾ ਬਣਿਆ ਜਿਨੇ 골ਡ ਮੈਡਲ ਜਿੱਤਿਆ ਜੀ ਵਰਲਡ ਐਥਲੈਟਿਕ ਚੈਂਪੀਅਨਸ਼ਿਪ ਦੇ ਵਿੱਚ ਵਰਲਡ ਐਥਲੈਟਿਕ ਚੈਂਪੀਅਨਸ਼ਿਪ ਦੇ ਵਿੱਚ ਇਨ ਅਗਸਟ 2023 ਦੇ ਵਿੱਚ ਹੀ ਹੋਈ ਸੀ ਇਹ ਦੁੱਤੀ ਚੰਦ ਨੀਰ ਚੋਪੜਾ ਹਿਮਾਦਾਸ ਜਾਂ ਫਿਰ ਮੁਰਲੀ ਸ਼੍ਰੀਸ਼ੰਕਰ 골ਡ ਮੈਡਲ ਕਿਨੇ ਜਿੱਤੇ ਹੈ ਥਿਸ ਇਸ ਦਾ ਕੁਐਸਚਨ ਵੈਰੀ ਗੁੱਡ ਕੀਆ ਬਾਤ ਹੈ ਬੀਨੂ ਜੀ ਗੱਲਬਾਤ ਪੂਰੀ ਵੈਰੀ ਗੁੱਡ ਆਨਸਰ ਕੀਆ ਜੀ ਆਪਣਾ ਪਿਆਰਾ ਨੀਰਜ ਚੋਪੜਾ ਨੀਰਜ ਚੋਪੜਾ ਜੀ ਨੇ ਬੱਚੇ ਇਹ ਪ੍ਰਾਈਜ਼ ਜਿੱਤੇ ਯਾਦ ਰੱਖ ਲਿਓ ਵਰਲਡ ਐਥਲੈਟਿਕ ਚੈਂਪੀਅਨਸ਼ਿਪ ਠੀਕ ਹੈ ਜੀ 88.17 ਮੀਟਰ ਦਾ ਇਹਨਾਂ ਨੇ ਥਰੋ ਮਾਰਿਆ ਸੀ ਇੱਥੇ ਤੇ ਫਰਸਟ ਇੰਡੀਅਨ ਬਣ ਗਏ ਜਿਨ੍ਹਾਂ ਨੇ ਇਹ ਪ੍ਰਾਈਜ਼ ਜਿੱਤੇ ਉਸ ਤੋਂ ਇਲਾਵਾ ਇਹਨਾਂ ਨੇ ਬੱਚੇ ਦੋਹਾ ਡਾਇਮੰਡ ਲੀਗ ਵੀ ਜਿੱਤੇ ਦੋਹਾ ਡਾਇਮੰਡ ਲੀਗ ਠੀਕ ਹੈ ਜੀ ਪੈरिस ਡਾਇਮੰਡ ਲੀਗ ਵਰਲਡ ਐਥਲੈਟਿਕ ਚੈਂਪੀਅਨਸ਼ਿਪ ਇਹਨਾਂ ਤਿੰਨਾਂ ਜਿਨ੍ਹਾਂ ਨੇ 골ਡ ਜਿੱਤੇ ਆ ਜੀ ਹਨਾ ਤੇ ਵਰਲਡ ਨੰਬਰ 1 ਦਾ ਖਿਤਾਬ ਵੀ ਇਹਨਾਂ ਕੋਲੇ ਹੈ ਤੇ ਉਸ ਤੋਂ ਇਲਾਵਾ ਅਗਸਤ 7 ਨੂੰ ਮਨਾਉਂਦੇ ਆਏ ਸੀ ਨੈਸ਼ਨਲ ਜੈਵਲਿੰਡੇ ਇਹਨਾਂ ਦੇ ਨਾਮ ਤੇ ਕਿਉਂਕਿ ਇਸੇ ਦਿਨ ਇਹਨਾਂ ਨੇ ਬੱਚਿਓ ਆਪਣਾ 골ਡ ਮੈਡਲ ਲੈ ਕੇ ਆਏ ਸੀ ਟੋਕੀਓ 올림픽ਸ ਦੇ ਵਿੱਚ ਸੋ ਇਹ ਸਾਰੇ ਪੁਆਇੰਟ ਤੁਸੀਂ ਯਾਦ ਰੱਖਣੇ ਨੇ ਉਸ ਤੋਂ ਇਲਾਵਾ ਇਹਨਾਂ ਨੂੰ ਲੋਰਸ ਵਾਲਿਆਂ ਨੇ ਲੋਰਸ ਵਾਲਿਆਂ ਨੇ ਬ੍ਰਾਂਡ ਐਮਬੈਸਡਰ ਵੀ ਨਿਯੁਕਤ ਕੀਤਾ ਸੀ ਬ੍ਰਾਂਡ ਅੰਬੈਸਡਰ ਵੀ ਨਿਯੁਕਤ ਕੀਤਾ ਸੀ ਇਹ ਪੁਆਇੰਟ ਵੀ ਤੁਸੀਂ ਆਪਣੇ ਪੱਲੇ ਵਿੱਚ ਰੱਖ ਲਓਗੇ ਨੀਰਜ ਚੋਪੜਾ ਜੀ ਦੇ ਸਾਰੇ ਮੇਨ ਪੁਆਇੰਟ ਨੇ ਇੱਕ ਹੋਰ ਪੁਆਇੰਟ ਯਾਦ ਰੱਖ ਲਿਓ ਜੀ ਇਹਨਾਂ ਦਾ ਇੱਕ ਹੋਈ ਸੀ ਲੀਗ ਜਿਹਦਾ ਨਾਮ ਸੀ ਯੂਜੀਨ ਡਾਇਮੰਡ ਲੀਗ ਯੂਜੀਨ ਡਾਇਮੰਡ ਲੀਗ ਇੱਥੇ ਇਹਨਾਂ ਨੇ ਸਿਲਵਰ ਮੈਡਲ ਜਿੱਤਿਆ ਸੀ ਸਿਲਵਰ ਇੱਥੇ ਇਕੱਲੇ ਜੀ ਸਿਲਵਰ ਸੀ ਬਾਕੀ ਸਾਰਿਆਂ ਜੀ 골ਡ ਏ ਸੀਗਾ ਯਾਦ ਰੱਖ ਲਿਓ ਇਹਨੂੰ ਲੋ ਜੀ ਵੈਰੀ ਗੁੱਡ ਸ਼ਾਬਾਸ਼ ਏਸੀ ਜੁਵੈਂਟਸ ਏਸੀ ਯੂਜੀਨ ਡਾਇਮੰਡ ਲੀਗ ਅਗਲਾ ਕੁਐਸਚਨ ਆ ਜਾਂਦਾ ਜੀ ਲੋ ਜੀ ਇੰਡੀਅਨ 에ਅਰ ਫੋਰਸ ਦਾ ਬੱਚੇ ਇੱਕ ਮਿਸ਼ਨ ਹੈ ਇੱਕ ਇਨੀਸ਼ੀਏਟਿਵ ਹੈ ਜਿਹਦਾ ਨਾਮ ਹੈ ਨਿਖਸ਼ੇ ਮਿਤਰਾ ਇਨੀਸ਼ੀਏਟਿਵ ਨਿਖਸ਼ੇ ਮਿਤਰਾ ਇਨੀਸ਼ੀਏਟਿਵ ਦਾ ਮੁੱਖ ਉਦੇਸ਼ ਕੀ ਹੈ ਵੋਕੇਸ਼ਨਲ ਸਪੋਰਟ ਪ੍ਰੋਵਾਈਡ ਕਰਨਾ ਟੀਵੀ ਪੇਸ਼ੈਂਟਸ ਨੂੰ ਟੀਬੀ ਨੂੰ ਐਲੀਮੀਨੇਟ ਕਰਨਾ ਬਾਏ 2030 ਫਾਈਨੈਂਸ਼ੀਅਲ ਸਪੋਰਟ ਕਰਨਾ ਟੀਵੀ ਪੇਸ਼ੈਂਟਸ ਨੂੰ ਜਾਂ ਫਿਰ ਐਲੀਮੀਨੇਟ ਕਰਨਾ ਟੀਬੀ ਨੂੰ ਬਾਏ ਦਾ ਈਅਰ 2025 ਲੋ ਜੀ ਦੇਖੋ ਜੀ ਇਥੋਂ ਐਂ ਦਾ ਪਤਾ ਲੱਗਦਾ ਇੰਡੀਅਨ 에ਅਰ ਫੋਰਸ ਦਾ ਜਿਹੜਾ ਇਹ ਇਨੀਸ਼ੀਏਟਿਵ ਹੈ ਨਿਖਸ਼ੇ ਮਿਤਰਾ ਮੇਨ ਮਕਸਦ ਟੀਬੀ ਪੇਸ਼ੈਂਟਸ ਨਾਲ ਹੀ ਹੈ ਪਰ ਮੇਨ ਕੰਮ ਕੀ ਹੈ ਦਾ ਮੇਨ ਇਨੀਸ਼ੀਏਟਿਵ ਕੀ ਹੈ ਇਹਦੇ ਚ ਲੋ ਜੀ 2030 ਦਾ ਜਿਹੜਾ ਟਾਰਗੇਟ ਹੈ ਨਾ ਟੀਬੀ ਨੂੰ ਐਲੀਮੀਨੇਟ ਕਰਨ ਦਾ ਸਰਕਾਰ ਦਾ ਇੰਡੀਆਨ ਸਰਕਾਰ ਦਾ ਤੇ ਇਹਨਾਂ ਨੇ ਇਸ ਤੋਂ ਪਹਿਲਾਂ ਇਹਨੂੰ ਐਲੀਮੀਨੇਟ ਕਰਨਾ ਹੈ ਅੰਡਰ ਦਿਸ ਨਿਕਸ਼ੇ ਮਿਤਰਾ ਇਨੀਸ਼ੀਏਟਿਵ ਇੰਡੀਅਨ ਏਅਰ ਫੋਰਸ ਦਾ ਟੂ ਐਲੀਮੀਨੇਟ ਟੀਬੀ ਬਾਈ 2025 ਯਾਦ ਰੱਖ ਲਿਓ ਜੀ ਹਨਾ ਇਹਦਾ ਵਿੱਚ ਇਹ ਹੋਰ ਵੀ ਇਹਨਾਂ ਨੇ ਪਲੈਜ ਲੈਤੀ ਵੀ 765 ਟੀਬੀ ਪੇਸ਼ੈਂਟਸ ਨੂੰ ਸਪੋਰਟ ਕਰਾਂਗੇ ਅੰਡਰ ਦਿਸ ਨਿਕਸ਼ੇ मित्रा ਇਨੀਸ਼ੀਏਟਿਵ ਆਫ ਇੰਡੀਅਨ 에어 ਫੋਰਸ ਯਾਦ ਰੱਖ ਲਿਓ ਜੀ ਚਲੋ ਮੇਰੇ ਵੀਰੇ लेट्स ਮੂਵ ਫਾਰਵਰਡ ਟੂ ਦਾ ਨੈਕਸਟ ਕੁਸ਼ਨ ਆਫ ਦਾ ਡੇ ਹੇਰਡਿਸ ਹਾਂ ਲਓ ਜੀ ਕਹਿੰਦਾ ਜੀ ਕਿਹੜਾ ਮੈਡਲ ਜਿੱਤਿਆ ਜੀ ਐਚਐਸ ਪ੍ਰੋਣੇ ਨੇ ਬੈਡਮਿੰਟਨ ਵਰਲਡ ਫੈਡਰੇਸ਼ਨ ਵੱਲੋਂ ਕਰਵਾਏ ਗਏ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਲਓ ਜੀ 골ਡ সিলਵਰ ব্রونز ਜਾਂ ਫਿਰ ਨਨ ਆਸਟ੍ਰੇਲੀਆ ਓਪਨ ਚ ਤਾਂ ਬੱਚੇ ਹਾਰ ਗਿਆ ਸੀਗਾ সিলਵਰ ਮੈਡਲ ਜਿੱਤਿਆ ਸੀ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਇਹਨਾਂ ਨੇ ਕਿਹੜਾ ਮੈਡਲ ਜਿੱਤਿਆ ਸੀਗਾ ਐਚਐਸ ਪ੍ਰੋਣੇ ਨੇ ਲੋ ਮੇਰੇ ਵੀਰੋ ਲਾ ਦਿਓ ਆਨਸਰ ਚੱਕ ਦਿਓ ਫੱਟੇ ਅਮਨ ਸੈਣੀ ব্রونز ਵੈਰੀ ਗੁੱਡ ਜੀ ব্রونز ਇਸ ਦਾ ਕਰੈਕਟ ਆਪਸ਼ਨ ਬੱਚੇ ব্রونز ਮੈਡਲ ਜਿੱਤਿਆ ਸੀ ਬੈਡਮਿੰਟਨ ਵਰਲਡ ਫੈਡਰੇਸ਼ਨ ਦੇ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਵਿੱਚ ਸਾਲ 2023 ਦੇ ਵੈਰੀ ਗੁੱਡ ਜੀ ব্রونز ਮੈਡਲ ਜਿੱਤਿਆ ਸੀ ਅਗਲਾ ਕੁਐਸਚਨ ਕਹਿੰਦਾ ਇੰਡੀਆ ਨੇ ਕਿਹੜੀ ਕੰਟਰੀ ਨਾਲ ਮਿਲ ਕੇ ਫਰਸਟ ਲਾਈਵ ਪੇਪਰਲੈਸ ਟ੍ਰਾਂਜੈਕਸ਼ਨ ਕੀਤੀ ਹੈ ਪਹਿਲਾ ਪ੍ਰੋਜੈਕਟ ਸਾਡਾ ਪੇਪਰਲੈਸ ट्रांजੈਕਸ਼ਨਸ ਦਾ ਕੀਤਾ ਜੀ ਕਿਹੜੀ ਕੰਟਰੀ ਨਾਲ ਮਿਲ ਕੇ ਜੇ ਤੁਹਾਨੂੰ ਪਤਾ ਹੈ ਕਿਹੜੀ ਕੰਟਰੀ ਦਾ ਝੰਡਾ ਤੁਸੀਂ ਲਾ ਸਕਦੇ ਹੋ ਜੇ ਤੁਹਾਨੂੰ ਮੈਂ ਹਿੰਟ ਚਾਹੀਦਾ ਤਾਂ ਹਿੰਟ ਵੀ ਦੇ ਸਕਦਾ ਉਸ ਕੰਟਰੀ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਇੱਕ ਇੰਡੀਅਨ origin ਪ੍ਰੈਜ਼ੀਡੈਂਟ ਨੇ ਜਿਨ੍ਹਾਂ ਨਾਮ ਹੈ ਸ਼ਨਗੁਨ ਰਤਨਮ ਓੱਖਾ ਜਨਾਮ ਹੈ ਸ਼ਨਗੁਨ ਰਤਨਮ ਨਾਮ ਅਨੋ ਦਾ ਸੋ ਚੱਕੋ ਫੱਟੇ ਜੀ हां धर्मन शनमुगुर रत्न शनमुगुर रत्न बोलया ਨਹੀਂ ਜਾਂਦਾ ਇਹ ਸੋ ਆਨਸਰ ਕੀਆ ਬੱਚੇ ਮਲੇਸ਼ੀਆ ਨਹੀਂ ਓਏ ਆਨਸਰ ਕੀਆ ਸਿੰਗਾਪੁਰ ਸੋ ਸਿੰਗਾਪੁਰ ਹੈ ਜੀ கரੈਕਟ ਆਪਸ਼ਨ ਸਿੰਗਾਪੁਰ ਇਸ ਦਾ கரੈਕਟ ਆਪਸ਼ਨ ਫਰਸਟ ਲੈਪੇਪਰਲੈਸ ट्रांजैक्शन ਕੀਤੀ ਹੈ ਜੀ ਇੰਡੀਆ ਦੇ ਨਾਲ ਮਿਲ ਕੇ ਇਹਨਾਂ ਨੇ ਇਸ ਪੁਆਇੰਟ ਤੁਸੀਂ ਯਾਦ ਰੱਖੋਗੇ ਓਮ ਅਨੋਨਿਮਸ ਤੇਰੀ ਬਾਲੇ ਕੱਬਾਂ ਤੋਂ ਤਾਂ ਯਾਰ ਲੋ ਜੀ ਅਗਲਾ ਕੁਐਸਚਨ ਬੱਚਿਓ ਅਗਲਾ ਕੁਐਸਚਨ किी ऑर्गनाइजेशन दिता गया बच्चे अमरजिंग डिवैलपर ऑफ द ईयर ईयरबार्ड एमरजिंग डिवैलपर ऑफ द ईयर ईयरबार्ड की फ्लिपकार्ट है ए टी एस होमक्राफ्ट है आई के ई ए फिर एमेजॉन है एमरजिंग डिवैलपर ऑफ द ईयर अवार्ड दिस इज द क्वेश्चन शाबाश बहुत वधिया जी बहुत वधिया जी ਤੇ ਇਹਦਾ ਜਿਹੜਾ ਆਨਸਰ ਹੈ ਬੱਚੇ ਦਾ ਆਨਸਰ ਇਜ਼ ਐਟੀਐਸ ਹੋਮਕraft ਐਟੀਐਸ ਹੋਮਕraft ਨੂੰ ਬੱਚੇ ਹੋਮਕraft ਨੂੰ ਇਹ ਬੋਲ ਦਿੱਤਾ ਕਿ ਅਮਰਜਿੰਗ ਡਿਵੈਲਪਰ ਆਫ ਦਾ ਇਅਰ ਅਵਾਰਡ ਬਾਈ ਦਾ ਟਾਈਮਸ ਗਰੁੱਪ ਇਸ ਪੁਆਇੰਟ ਨੂੰ ਤੁਸੀਂ ਯਾਦ ਰੱਖ ਲੋਗੇ ਠੀਕ ਹੈ ਜੀ ਅਮਰਜਿੰਗ ਡਿਵੈਲਪਰ ਆਫ ਦਾ ਇਅਰ ਅਵਾਰਡ ਅਗਲਾ ਕੁਐਸਚਨ ਲੋ ਜੀ ਹੁਣ ਇਹ ਨਾ ਗਲਤੀ ਕਰ ਜਿਓ ਚੰਦਰਯਾਨ 3 ਦਾ ਲੈਂਡਿੰਗ ਸਪੋਟ ਮੂਨ ਤੇ ਉਹਨੂੰ ਕਿਸ ਨਾਮ ਦੇ ਨਾਲ ਜਾਣਿਆ ਜਾਊਗਾ ਕਿਸ ਨਾਮ ਦੇ ਨਾਲ ਜਾਣਿਆ ਜਾਊਗਾ ਬੱਚੇ ਦਿਸ ਇਜ਼ ਦਾ ਕੁਐਸਚਨ शाबाश आरथी स्टूडियो लग रहा थोनू नमस्कार जी मनीषा जी बच्चे लेट हो रहे ने। आज अद्धा घंटा पूरा प्रॉपर बच्चे सैवनटी सैवन बच्चे लाइव हो तो लाइक तो कर ही दो यार लाइक नहीं अंज की अन्य जी वेरी गुड आंसर की है जी थोड़ा तो सी आंसर है यानी कि शिव शक्ति पॉइंट शिव शक्ति पॉइंट बच्चे जेड़ा कि असी ਇਕਰਾਰ ਕੀਤਾ ਜੀ ਜਿੱਥੇ ਸਾਡਾ ਚੰ드ਰਯਾਨ 3 ਲੈਂਡ ਕੀਤਾ ਸੀ ਪੁਆਇੰਟ ਨੂੰ ਯਾਦ ਰੱਖੋਗੇ ਲਓ ਜੀ ਅਗਲਾ ਕੁਐਸਚਨ ਬੱਚੇ ਦੁਨੀਆ ਦੀ ਉਹ ਕਿਹੜੀ ਕੰਟਰੀ ਹੈ ਜਿਨੇ ਪਹਿਲੀ ਇਹ ਜੀ ਡਿਵਾਈਸ ਤਿਆਰ ਕੀਤੀ ਹੈ ਫॉर ਵਿਜੂਅਲੀ ਇੰਪੇਅਰਡ ਨੇਤਰਹੀਣਾ ਲਈ ਵਿੱਚ ਡਿਵਾਈਸ ਤਿਆਰ ਕਰਨ ਵਾਲੀ ਕੰਪਨੀ ਕਿਹੜੀ ਹੈ ਕੰਪਨੀ ਦਾ ਸੱਚ ਸੈਰੀ ਹੈਗੀ ਔਰ ਕਮ ਕਿਹੜੀ ਕੰਟਰੀ ਦੀ ਕੰਪਨੀ ਹੈ ਦਿਸ ਇਜ਼ ਦਾ ਕੁਐਸਚਨ ਜੇ ਤੁਹਾਨੂੰ ਇੱਕ ਹਿੰਟ ਚਾਹੀਦਾ ਤਾਂ ਫਿਰ ਮੈਂ ਤੁਹਾਨੂੰ ਇੱਕ ਹਿੰਟ ਦੇ ਸਕਦਾ ਹਾਂ ਪਰ ਆਨਸਰ ਲਾਈ ਦਿਓ ਆਨਸਰ ਲਾਈ ਦਿਓ ਕਿਉਂਕਿ ਸੌਖਾ ਹੀ ਹੈ ਆਨਸਰ ਕੀ ਹੈ ਜੀ ਬੱਚੇ ਇੱਕ ਆਪਣੇ ਆਰਤੀ ਵਾਲੇ ਕਾ ਆਰਤੀ ਸਟੂਡੀਓ ਵਾਲੇ ਕਹਿ ਰਹੇ ਨੇ ਵੀ ਥੋੜੀ ਗਲਿਚ ਲੱਗ ਰਿਹਾ ਤੁਹਾਨੂੰ ਵੀਡੀਓ ਦੇ ਵਿੱਚ ਜੇ ਕਿਸੇ ਨੂੰ ਲੱਗ ਰਿਹਾ ਤਾਂ ਮੈਨੂੰ ਦੱਸਿਓ ਮੜਾ ਜੀ ਵੈਸੇ ਮੈਨੂੰ ਤਾਂ ਲੱਗ ਰਿਹਾ ਹੈ ਕਿ ਨਹੀਂ ਦੱਸਿਓ ਮੜਾ ਜੀ ਜਰਮਨੀ ਨੇ エア डिफेंडर ਵੀ ਕੀਤੀ ਸੀ ਹੋਸਟ ਹਨਾ ਵੈਰੀ ਗੁੱਡ ਸ਼ਾਬਾਸ਼ ਪ੍ਰਿੰਸ ਨੇ ਦੱਸਦਾ ਤੁਹਾਨੂੰ ਸੋ ਆਨਸਰ ਕੀ ਹੈ ਜੀ ਜਰਮਨੀ ਸੋ ਜਰਮਨੀ ਇਜ਼ ਦਾ ਕੰਟਰੀ ਜਿਹਨੇ ਬੱਚੇ ਫਰਸਟ ਡਿਵਾਈਸ ਕ੍ਰੀਏਟ ਕੀਤੀ ਹੈ ਵਿਜੂਅਲੀ ਇੰਪੇਅਰਡ ਵਾਸਤੇ ਯਾਦ ਰੱਖੋਗੇ ਅਗਲਾ ਕੁਐਸਚਨ ਬੱਚੇ ਕਿਹੜਾ ਸਟੀਲ ਪਲਾਂਟ ਹੈ ਜਿਨੇ ਹਿਸਟਰੀ ਦੇ ਵਿੱਚ ਇਤਿਹਾਸ ਵਿੱਚ ਨਾਮ ਲਿਖਾ ਲਿਆ ਕਿਉਂਕਿ ਉਹਨਾਂ ਨੇ ਬੱਚੇ ਪਹਿਲੀ ਹੌਟ ਰੋਲਡ ਕੋਇਲ ਨੂੰ ਰੋਲ ਆਊਟ ਕਰਦਾ ਹੈ ਰੋਲ ਆਊਟ ਕੀਤਾ ਉਹਨੇ ਫਰਸਟ ਹੌਟ ਰੋਲਡ ਕੋਇਲ ਇਹ ਬੱਚੇ ਜਿਹੜੇ ਹੈ ਸਟੀਲ ਦੀ ਦੁਨੀਆ ਦੇ ਵਿੱਚ ਜਿਹੜੇ ਤੁਸੀਂ ਕੋਇਲ ਬਣਦੇ ਨੇ लोहे ਦੇ ਐਲੂਮੀਨੀਅਮ ਦੇ ਉਹ ਬਣਾਏ ਨੇ ਤੇ ਇਹ ਕਿਹੜੀ ਕੰਪਨੀ ਹੈ ਇਹਨੂੰ ਐਨਾ ਕਿ ਤੁਸੀਂ ਰੱਟਾ ਲਾ ਲਓ ਬਸ ਸ਼ਾਬਾਸ਼ ਬਹੁਤ ਵਧੀਆ ਜੀ ਨਹੀਂ ਹੈਗਾ ਬੱਚੇ ਇਹ ਆਨਸਰ ਤੁਹਾਡਾ ਆਨਸਰ ਹੈਗਾ ਬੱਚੇ ਯਾਦ ਰੱਖ ਲਿਓ ਨਗਰਨਾਰ ਸਟੀਲ ਪਲੈਂਟ ਨਗਰਨਾਰ ਸਟੀਲ ਪਲੈਂਟ ਆ ਬੱਚੇ ਹਿਸਟਰੀ ਕ੍ਰੀਏਟ ਕੀਤੀ ਆ ਰੋਲ ਆਊਟ ਕੀਤਾ ਫਰਸਟ ਹੌਟ ਰੋਲਡ ਕੋਇਲ ਠੀਕ ਹੈ ਜੀ ਸੋ ਇਸ ਪੁਆਇੰਟ ਤੁਸੀਂ ਯਾਦ ਰੱਖੋਗੇ ਅਗਲਾ ਕੁਐਸਚਨ ਨਰਗਿਸ ਦੱਤ ਅਵਾਰਡ 69th ਨੈਸ਼ਨਲ ਫਿਲਮ ਅਵਾਰਡਸ ਦੇ ਵਿੱਚ ਕਿਹਨੂੰ ਦਿੱਤਾ ਗਿਆ ਨਰਗਿਸ ਦੱਤ ਸਪੈਸ਼ਲ ਫੀਚਰ ਫਿਲਮ ਅਵਾਰਡ ਦਿੱਤਾ ਗਿਆ ਨਰਗਿਸ ਦੱਤ ਬੈਸਟ ਫੀਚਰ ਫਿਲਮ ਦਾ ਅਵਾਰਡ ਕਿਹਨੂੰ ਦਿੱਤਾ ਗਿਆ ਬੱਚਿਓ ਸਰਦਾਰ ਉਦਮ ਨੂੰ ਕਸ਼ਮੀਰ ਫਾਇਲਸ ਨੂੰ ਆਰ 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 ਨੂੰ ਜਾਂ ਫਿਰ ਰਾਕਟਰੀ ਦਾ ਨਾਮ ਵੀ ਅਫੈਕਟ ਨੂੰ ਨਰਗਿਸ ਦੱਤ ਵਾਲਾ ਸਪੈਸ਼ਲ ਫੀਚਰ ਅਵਾਰਡ ਕਿਹਨੂੰ ਦਿੱਤਾ ਗਿਆ ਜੀ ਅਜੀਤ ਸਿੰਘ ਕਹਿੰਦਾ ਜੀ ਰਾਕਟਰੀ ਉਹ ਲੜਕਾ ਅਲੱਗ ਹੈ। ਬੈਸਟ ਫੀਚਰ ਫਿਲਮ ਦਾ ਤਾਂ ਜਿਹੜਾ ਹੈ ਉਹਨੂੰ ਦਿੱਤਾ ਗਿਆ ਸੀਗਾ ਰਾਕਟਰੀ ਨੂੰ। ਇਹ ਨਰਗਿਸ ਦੱਤਾਲਾ ਫੀਚਰ ਫਿਲਮ ਵਾਲਾ ਅਵਾਰਡ ਹੈ ਬੱਚੇ। ਕੋਈ ਗੱਲ ਨਹੀਂ। ਕੋਈ ਗੱਲ ਨਹੀਂ ਗੁੰਸਹਿਜ ਬਰਾੜ ਇਹਨੂੰ ਇੱਥੇ ਕਰ ਲਓ ਯਾਦ ਹੋਰ ਕੀ ਆ। ਇੱਥੇ ਯਾਦ ਕਰ ਲਓ ਮੈਂ ਸਾਰਾ ਕਰਵਾ ਹੀ ਦੇਣਾ ਤੁਹਾਨੂੰ। ਲੋ ਮੇਰੇ ਵੀਰੋ। ਬੈਸਟ ਐਂਟਰਟੇਨਿੰਗ ਫਿਲਮ ਆਰ ਆਰ ਸੀ ਸੋ ਆਨਸਰ ਆ ਬੱਚੇ ਦਾ ਕਸ਼ਮੀਰ ਫਾਈਲ। ਕਸ਼ਮੀਰ ਫਾਈਲ ਹੈ ਬੱਚੇ ਜਿਹਨੂੰ ਦਿੱਤਾ ਗਿਆ ਸੀ ਨਰਗਿਸ ਦੱਤਾਲਾ ਅਵਾਰਡ। ਦੇਖੋ ਬੱਚੇ ਹੁਣ ਦੇਖੋ ਇੱਥੇ। ਜਿਹੜਾ ਬੈਸਟ ਫੀਚਰ ਫਿਲਮ ਅਵਾਰਡ ਹੈ ਰਾਕਟਰੀ ਦਾ ਨਾਮ ਵੀ ਇਫੈਕਟ ਨੂੰ ਬੈਸਟ ਐਕਟਰੈਸ ਦਾ ਬੱਚੇ ਦੋ ਦੋ ਕੁੜੀਆਂ ਨੂੰ ਦਿੱਤਾ ਗਿਆ ਸੀ ਕ੍ਰਿਤੀ ਸੈਨਨ ਨੂੰ ਤੇ ਆਲੀਆ ਪਟ ਨੂੰ ਬੈਸਟ ਐਕਟਰ ਅਲੂ ਅਰਜੁਨ ਨੂੰ ਠੀਕ ਹੈ ਜੀ ਯਾਦ ਰੱਖਣੀ ਹੈ ਇਸ ਗੱਲ ਨੂੰ ਤੇ ਬੈਸਟ ਚਾਈਲਡ ਐਕਟਰ ਭਵੀਨੀ ਰਵਾੜੀ ਨੂੰ ਤੇ ਬੈਸਟ ਡਾਇਰੈਕਟਰ ਦਿੱਤਾ ਗਿਆ ਸੀ ਨਿਖੇਲ ਮਹਾਜਨ ਨੂੰ ਗੋਦਾਵਰੀ ਰਿਵਰ ਵਾਸਤੇ ਤੇ ਬੈਸਟ ਮਰਾਠੀ ਫਿਲਮ ਇੱਕ ਦਾ ਇੱਕ ਦਾ ਕੇਜ਼ਾਲਾ ਨੂੰ ਤੇ ਬੈਸਟ ਪੋਪੂਲਰ ਫਿਲਮ ਹੋਲਸਮ ਐਂਟਰਟੇਨਮੈਂਟ ਦਿੱਤਾ ਗਿਆ ਸੀ ਆਰ 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 ਨੂੰ ਠੀਕ ਹੈ ਜੀ ਚਲੋ ਜੀ ਅਗਲਾ ਕੁਐਸਚਨ ਹੁਣ ਇੱਥੇ ਦੇਖੋ ਕਹਿੰਦਾ ਕਿਹੜੀ ਮੂਵੀ ਆ ਜਿਹਨੂੰ ਬੈਸਟ ਫੀਚਰ ਫਿਲਮ ਅਵਾਰਡ ਦਿੱਤਾ ਗਿਆ ਜੀ ਐਟ ਦਾ 69th ਨੈਸ਼ਨਲ ਫਿਲਮ ਅਵਾਰਡਸ ਦੇ ਵਿੱਚ ਹੁਣੇ ਤੁਹਾਨੂੰ ਪਿੱਛੇ ਕਰਾ ਕੇ اٹਹਾਂ ਹੁਣ ਨਾ ਗਲਤੀ ਖਾਜੋ ਨਰਗਿਸ ਦਾ ਤਾਲਾ ਕਿਹੜਾ ਸੀਗਾ ਕਸ਼ਮੀਰ ਫਾਈਲ ਸੀ ਬੈਸਟ ਫੀਚਰ ਇਹ ਇਕੱਲਾ ਹੀ ਬੈਸਟ ਫੀਚਰ ਫਿਲਮ ਅਵਾਰਡ ਹੈ ਇਹ ਕ ਨੂੰ ਦਿੱਤਾ ਗਿਆ ਇਕੱਲਾ ਬੈਸਟ ਫੀਚਰ ਅਵਾਰਡ ਸ਼ਾਬਾਸ਼ ਵੈਰੀ ਗੁੱਡ ਆਨਸਰ ਕੀਆ ਮੇਰੇ ਪਿਆਰੇ ਵਿਦਿਆਰਥੀਓ द आंसर इज रॉकेटरी द नामबी अफेक्ट रॉकेटरी द नामबी अफेक्ट इज द पिक्चर जेनु बेस्ट फीचर दा अवार्ड दित्ता गया बेस्ट फीचर फिल्म दा अवार्ड दित्ता गया ते बच्चे एसे ही 69थ नेशनल फिल्म अवार्ड दे विच एक अवार्ड दित्ता गया सि दादा साई फालके लाइफ टाइम अचीवमेंट अवार्ड ओखने दित्ता गया सि दादा साई फालके लाइफ टाइम अचीवमेंट अवार्ड भी एसे नेशनल अवार्ड दे विच दित्ता गया सि ते ओ एथकि के नु दित्ता गया सि ਤੁਹਾਡੇ ਲਈ क्वेश्चन क्योंकि हजारा बार मैं थनु दस्तआ ओ नाम हुन ना गलती कर जओ जी ਵੈਰੀ ਗੁੱਡ ਸ਼ਿਵਾਨੀ ਹਿਮਾਂਸ਼ੂ ਬੀਨੂ ਰਜਿੰਦਰ ਕਲਿਆਣ ਕਾਲਿਆ ਸ਼ਾਲੇਨੀ ਕੰਬੋਜ਼ ਵੈਰੀ ਗੁੱਡ ਜੀ ਆਨਸਰ ਹੈ ਜੀ ਤੁਹਾਡਾ ਮਹੀ ਵੈਰੀ ਗੁੱਡ ਵਾਹਿਦਾ ਰਹਿਮਾਨ ਯਾਦ ਰੱਖ ਲੈਣੇ ਜੀ ਵਾਹਿਦਾ ਰਹਿਮਾਨ ਵੈਰੀ ਗੁੱਡ ਜੀ ਲੋ ਜੀ ਅੱਛਾ ਇੱਕ ਹੋਰ ਕੁਐਸਚਨ ਪੁੱਛਾਂ ਪੰਪਾ ਪਤਾ ਨਹੀਂ ਕੀ ਸੀ ਉਹ ਪੰਪਾ ਪਾਣੀ ਲਾਈਫਟਾਈਮ ਅਚੀਵਮੈਂਟ ਅਵਾਰਡ ਕਿਨੂੰ ਦਿੱਤਾ ਗਿਆ ਪੰਪਾ ਪਾਣੀ ਲਾਈਫਟਾਈਮ ਅਚੀਵਮੈਂਟ ਅਵਾਰਡ ਅਜੰਤਾ ਲੋਹੜਾ ਫਿਲਮ ਫੈਸਟੀਵਲ ਦੇ ਵਿੱਚ ਦਿੱਤਾ ਗਿਆ ਫਰਾਨ ਅਕਟਰ ਦੇ ਡੈਡੀ ਨੂੰ ਦਿੱਤਾ ਗਿਆ ਨਾਮ ਹੈ ਜਾਵედ ਅਕਟਰ ਯਾਦ ਰੱਖ ਲਿਜੀ ਜਾਵედ ਅਕਟਰ ਸ਼ਾਬਾਸ਼ ਜੀ ਵੈਰੀ ਗੁੱਡ ਜੀ ਸੱਤੇਜੀ ਤਰੇ ਲਾਈਫਟਾਈਮ ਅਚੀਵਮੈਂਟ ਅਵਾਰਡ ਦਿੱਤਾ ਗਿਆ ਸੀਗਾ ਤੁਹਾਡੇ ਮਾਈਕਲ ਡਗਲਸ ਨੂੰ ਹਾਲੀਵੁੱਡ ਦਾ ਐਕਟਰ ਹੈ ਯਾਦ ਰੱਖਣਾ ਵੈਰੀ ਗੁੱਡ ਜੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਗੋਆ ਦੇ ਵਿੱਚ ਦਿੱਤਾ ਗਿਆ ਸੀ ਵੈਰੀ ਗੁੱਡ ਤੇ ਬੱਚੇ ਇੱਕ ਕੰਮ ਕਰਿਓ ਯਾਰ ਲਾਈਕ ਕਰ ਦਿਓ ਲਾਈਕ ਕਰਦੇ ਜਰੂਰ ਸੈਸ਼ਨ ਅਗਲੇ ਕੁਐਸਚਨ ਤੇ ਚੱਲਦੇ ਆਂ ਬੱਚੇ YouTube ਦੇ ਵਿੱਚ ਹਿਸਟਰੀ ਕ੍ਰੀਏਟ ਕਰਤੀ ਐ ਕਿਸ ਇਵੈਂਟ ਨੇ ਕਿਉਂਕਿ ਉਹਨੂੰ ਸਭ ਤੋਂ ਜ਼ਿਆਦਾ ਲਾਈਵ ਸਟ੍ਰੀਮ ਦੇ ਵਿੱਚ ਲੋਕਾਂ ਨੇ ਦੇਖਿਆ ਸੀ ਸਭ ਤੋਂ ਜ਼ਿਆਦਾ ਲਾਈਵ ਹੋ ਕੇ ਬੱਚੇ ਨੇ ਲੋਕਾਂ ਨੇ ਉਸ ਇਵੈਂਟ ਨੂੰ ਦੇਖਿਆ ਸੀ ਉਸ ਇਵੈਂਟ ਦਾ ਨਾਮ ਕੀ ਹੈ World Record Create ਕੀਤਾ ਜੀ YouTube ਹਿਸਟਰੀ ਦੇ ਵਿੱਚ Chandrayaan 3 ਦਾ ਇਵੈਂਟ ਸੀ 2023 BRICS Summit ਸੀ ਜਾਂ Gaddar to the Celebration ਜਾਂ ਫਿਰ 12ਵੀਂ ਪਿਕਚਰ ਜਦੋਂ ਆਈ ਸੀ ਉਦੋਂ ਦੱਸੋ ਬਈ ਮੇਰੇ ਪਿਆਰੇ ਵਿਦਿਆਰਥੀ ਜਿੰਨੇ ਵੀ ਅਮਨ ਸੈਣੀ ਯਾਰ ਤੁਸੀਂ ਕਦੇ-ਕਦੇ ਆਉਨੇ ਹੋ ਇੱਥੇ ਨਾ ਤੇ ਜਿੰਨੇ ਵੀ ਮੇਰੇ ਪਿਆਰੇ ਵਿਦਿਆਰਥੀ ਨੇ ਬੱਚਿਓ ਰੁਖਸਾਰ ਮਾਨ ਜੀ ਉਹਰੇ ਵੀ ਆ ਗਏ ਨੇ ਤੇ ਉਹਨਾਂ ਸਾਰਿਆਂ ਨੂੰ ਮੈਂ ਕਹਿਣਾ ਚਾਹਾਂਗਾ ਬੱਚਿਓ ਤੁਸੀਂ ਯਾਰ ਕਰੰਟ ਅਫੇਅਰ ਸੈਸ਼ਨ ਚ ਆਇਆ ਕਰੋ ਡੇਲੀ 9am ਲਾਇਆ ਕਰੋ ਠੀਕ ਹੈ ਜੀ ਅ ਫਾਇਦੇਚ ਰਹੋਗੇ ਫਿਊਚਰ ਚ ਕੋਈ ਐਗਜ਼ਾਮ ਦੇਣਾ ਤਾਂ ਉਹਦੇ ਵਾਸਤੇ ਹੀ ਫਾਇਦੇਚ ਰਹੋਗੇ ਐਸੋਸੀਏਟਿਡ ਸਬਜੈਕਟਸ ਹੁੰਦੇ ਨੇ ਕੁਛ ਨਾ ਕੁਛ ਉਹ ਮੈਂ ਨਾਲ ਦੀ ਨਾਲ ਕਵਰ ਕਰ ਦੇਣਾ ਐਮਸੀਕਿਊਸ ਕਰ ਦਿੰਨੇ ਆਪਾਂ ਸੋ ਜ਼ਬਰਦਸਤ ਤਰੀਕੇ ਨਾਲ ਆਇਆ ਕਰੋ ਨਾਈਟ 9am ਦੇ ਵਿੱਚ ਕਰੰਟ ਅਫੇਅਰ ਚ ਲੋ ਸੋ ਆਨਸਰ ਕੀ ਬਣਦਾ ਜੀ ਦਾ ਸੋ ਆਨਸਰ ਬਣਦਾ ਜੀ ਏ ਯਾਨੀ ਕਿ ਚੰ드ਰੀਅਨ 3 ਚੰ드ਰੀਅਨ 3 ਦੀ ਜੋ ਲੈਂਡਿੰਗ ਹੋ ਰਹੀ ਸੀ ਨਾ ਬੱਚਿਓ ਉਸ ਤੋਂ ਇਹਨੇ ਵਰਲਡ ਕ੍ਰੀਏਟ ਜਿਹੜਾ ਹੈ ਵਰਲਡ ਰਿਕਾਰਡ ਕ੍ਰੀਏਟ ਕੀਤਾ ਸੀ YouTube ਹਿਸਟਰੀ ਦੇ ਵਿੱਚ ਸਭ ਤੋਂ ਜ਼ਿਆਦਾ ਲਾਈਵ ਸਟ੍ਰੀਮ ਦੇਖਣ ਵਾਸਤੇ ਚੰ드ਰੀਅਨ 3 ਲੋ ਜੀ ਤੇ ਬੱਚੇ ਇੱਕ ਮੈਂ ਤੁਹਾਨੂੰ ਪੁੱਛਣ ਲੱਗਿਆ ਸੀ ਹਾਂ ਨੈਸ਼ਨਲ ਸਪੇਸ ਡੇ ਕਦੋਂ ਮਨਾਇਆ ਜਾਂਦਾ ਹੈ ਨੈਸ਼ਨਲ ਸਪੇਸ ਡੇ ਇਹ ਇਸ ਕਰਕੇ ਮਨਾਇਆ ਜਾਂਦਾ ਜਦੋਂ ਚੰ드ਰੀਅਨ 3 ਸਾਡਾ ਲੈਂਡ ਕੀਤਾ ਸੀ ਮੂਨ ਤੇ ਉਦੋਂ ਤੋਂ ਹੀ ਮਨਾਉਣਾ ਸਟਾਰਟ ਕੀਤਾ ਸੀਗਾ ਤੇ ਹੁਣ ਦੱਸ ਦਿਓ ਕੀ ਹੈ ਜੀ ਸੁਖਜੀਤ ਤਾਂ ਰਿਕਾਰਡਰ ਦੇਖਦੇ ਸਿਰਫ ਤੇਰੇ ਤੋਂ ਪਤਾ ਹੀ ਮੈਨੂੰ ਵਿਵੇਕ 나ਗਪਾਲ ਵੈਰੀ ਗੁੱਡ ਅੱਛਾ ਵੈਰੀ ਗੁੱਡ ਪੁੱਲਾ ਠੀਕ ਹੈ ਜੀ ਮੰਨ ਗਿਆ ਜੀ ਤੁਹਾਡੀ ਗੱਲ ਤਾਂ ਮੈਂ ਵੈਰੀ ਗੁੱਡ ਆਨਸਰ ਕਿਹਾ ਜੀ 23 ਅਗਸਤ 23 ਅਗਸਤ ਹੈ ਜਿਹੜਾ ਨੈਸ਼ਨਲ ਸਪੇਸ ਡੇ ਮਨਾਇਆ ਜਾਂਦਾ ਹੈ ਅਗਲਾ ਕੁਐਸਚਨ ਲੋ ਜੀ ਵੀਰੋ ਬੱਚੇ ਇਹਨੂੰ ਕਹਿੰਦੇ ਆ ਓਪਨ ਕਾਸਟ ਮਾਈਨ ਕਿਹੜੀ ਮਾਈਨ ਬਣ ਚੁੱਕੀ ਹੈ ਜੀ ਐਸ ਸੀ ਸੀ ਐਲ ਦੀ ਫਰਸਟ ਓਪਨ ਕਾਸਟ ਮਾਈਨ ਜਿੱਥੇ ਕੋਲ ਪ੍ਰੋਡਿਊਸ ਕੀਤਾ ਜਾਊਗਾ ਪਲਮਾ ਬਿਸ਼ਰਾਮਪੁਰ ਭਟਗਾਉ ਜਾਂ ਫਿਰ ਦਿਗਬੋਇਆ ਸਾਮ ਕਿਹੜੀ ਮਾਈਨ ਬਣ ਚੁੱਕੀ ਹੈ ਜੀ ਐਸ ਈ ਸੀ ਐਲ ਸੰਸਥਾ ਦੀ ਪਹਿਲੀ ਓਪਨ ਕਾਸਟ ਮਾਈਨ ਓਪਨ ਕਾਸਟ ਮਾਈਨ ਯਾਨੀ ਕਿ ਮਤਲਬ ਕਿ ਖੁੱਲ੍ਹਾ ਹੀ ਹੁੰਦਾ ਕੰਮ ਖੋਦਣ ਖਾਦਣ ਦੀ ਜ਼ਿਆਦਾ ਲੋਡ ਪੈਂਦੀ ਨਹੀਂ ਹੈਗੀ ਓਪਨ ਹੀ ਹੁੰਦਾ ਕੋਲਾ ਓਪਨ ਹੀ ਪਿਆ ਹੁੰਦਾ ਦਿਗਬੋਇਆ ਸਾਮ ਇਸ ਨੋਟ ਦੀ ਕਰੈਕਟ ਆਪਸ਼ਨ ਬੱਚਿਓ ਮੈਨੂੰ ਪਤਾ ਸਾਰੇ ਤੁੱਕੇ ਲਾਰੇ ਨੇ ਯਾਦ ਰੱਖ ਲਿਓ ਪਲਮਾ ਮਾਈਨ ਇਸ ਦਾ ਕਰੈਕਟ ਆਪਸ਼ਨ ਸੋ ਪਲਮਾ ਬਿਕਮਸ ਦਾ ਫਰਸਟ ਬਿਕਮ ਦਾ ਐਸਸੀਸੀਐਲ ਫਰਸਟ ਓਪਨ ਕਾਸਟ ਮਾਈਨ ਟੂ ਪ੍ਰੋਡਿਊਸ ਕੋਲ ਅੰਡਰ ਐਮਡੀਓ ਮੋਡ ਅਗਲਾ ਕੁਐਸਚਨ ਕਹਿੰਦਾ ਜੀ ਗੋਲਡਨ ਆਈ ਅਵਾਰਡ ਕਿਨੂੰ ਦਿੱਤਾ ਗਿਆ ਸੀ ਜ਼ੂਰਿਚ ਫਿਲਮ ਫੈਸਟੀਵਲ ਦੇ ਵਿੱਚ ਗੇਮ ਆਫ ਥਰونز ਦੀ ਕਾਫੀ ਬੱਚੇ ਜਿਹੜੀ ਹੈ ਐਕਟਰ ਹੈ ਇਹ ਆ ਕਾਫੀ ਫੇਮਸ ਐਕਟਰ ਹੈ ਗੋਲਡਨ ਆਈ ਅਵਾਰਡ ਦਿੱਤਾ ਗਿਆ ਸੀ ਜ਼ੂਰਿਚ ਫਿਲਮ ਫੈਸਟੀਵਲ ਦੇ ਵਿੱਚ ਕਿਨੂੰ ਸ਼ਾਬਾਸ਼ ਕਾਰਲੈਟ ਤਾਂ ਨਹੀਂ ਹੈਗੀ ਦੇਖੋ ਜੀ ਗੁੱਡ ਆਫਟਰਨੂੰ ਸैम ਗਿਲ ਸैम ਗਿਲ ਯਾਰ ਤੂੰ ਵੀ ਦੱਸ 40 ਮਿੰਟਾ ਬਾਅਦ ਆ ਰਹਿਆ ਹੈਂ ਟਾਈਮ ਦੀ ਕਦਰ ਹੈ ਕਿ ਨਹੀਂ ਤੁਹਾਨੂੰ ਵੈਰੀ ਗੁੱਡ ਅਲੈਗਜ਼ੈਂਡਰਾ ਵੀ ਨਹੀਂ ਹੈਗਾ ਨਾਮ ਇਹਦਾ ਐਮਾ ਵਾਟਸਨ ਵੀ ਨਹੀਂ ਹੈਗਾ ਇੱਕ ਵੀ ਨਹੀਂ ਆਇਆ ਅਨਸਰ ਡਾਇਨਾ ਕਰੂਗਰ ਡਾਇਨਾ ਕਰੂਗਰ ਹੈ ਬੱਚੇ 골ਡਨ ਆਈ ਅਵਾਰਡ ਦਿੱਤਾ ਗਿਆ ਸੀ ਜਿਹਨੂੰ ਜ਼ੂਰੀਚ ਫਿਲਮ ਫੈਸਟੀਵਲ ਦੇ ਵਿੱਚ ਠੀਕ ਹੈ ਜੀ ਚਲੋ ਜੀ ਅਗਲਾ ਕੁਐਸਚਨ ਜ਼ਬਰਦਸਤ ਕੁਐਸਚਨ ਹੈ ਬਜੇ 2017 ਵਿੱਚ ਇੱਕ ਕਮਿਸ਼ਨ ਬੈਠੀ ਸੀ ਸਟ੍ਰੈਟੇਜੀ ਕੀ ਚੋਂ ਬਣ ਗਿਆ ਕੁਛ ਨਹੀਂ ਕਹਿੰਦਾ ਜੀ ਇੱਕ ਕਮਿਸ਼ਨ ਬਠਾਈ ਗਈ ਸੀ ਕਮਿਸ਼ਨ ਫੋਰ ਦਾ ਸਬ ਕੈਟੇਗਰੀਜ਼ੇਸ਼ਨ ਆਫ ਅਦਰ ਬੈਕਵਰਡ ਕਲਾਸਸਿਸ ਇਸ ਕਮਿਸ਼ਨ ਨੂੰ ਚੇਅਰ ਕਿਹਨੇ ਕੀਤਾ ਸੀ ਜਸਟਿਸ ਰੋहिणी ਨੇ ਜਸਟਿਸ ਹੀਮਾ ਕੋਹਲੀ ਜਸਟਿਸ ਬੀਬੀ ਨਗਰਤਨਾ ਜਾਂ ਫਿਰ ਜਸਟਿਸ ਬੇਲਾ ਤ੍ਰिवेदी ਲੋ ਵੀ ਆਨਸਰ ਮੈਨੂੰ ਲੱਗ ਗਿਆ ਰੇ ਮੇਰਾ ਬੂਟ ਟੁੱਟ ਗਿਆ ਪਰ ਨਹੀਂ ਯਾਰ ਬੂਟ ਤਾਂ ਠੀਕ ਪਿਆ ਲੋ ਵੀ ਲਾਓ ਆਨਸਰ ਕੀ ਆ ਉਹ ਵੈਰੀ ਗੁੱਡ ਹਿਮਾ ਮੈਡਮ ਦਹੀਂ ਮੇਰੇ ਪਿਆਰੇ ਵਿਦਿਆਰਥੀਓ ਇਹਦਾ ਜਿਹੜਾ ਆਨਸਰ ਆਊਗਾ ਤਾਂ ਆਨਸਰ ਇਜ਼ ਜਸਟਿਸ ਰੋਹਿਣੀ 2017 ਨੂੰ ਕਮਿਸ਼ਨ ਬੈਠੀ ਸੀ ਇਹ ਬਾਅਦ ਵਿੱਚ ਨਿਊਜ਼ ਵਿੱਚ ਆਈ ਸੀ ਬੜੀ ਜ਼ਿਆਦਾ ਯਾਦ ਰੱਖ ਲਿਓ ਕਮਿਸ਼ਨ ਫੋਰ ਦਾ ਸਬ ਕੈਟੇਗਰੀਜ਼ੇਸ਼ਨ ਆਫ ਅਦਰ ਬੈਕਵਰਡ ਕਲਾਸਸ ਅਗਲਾ ਕੁਸ਼ਣ ਕਿਹੜੀ ਸਟੇਟ ਆ ਬੱਚੇ ਜੀਨੂੰ ਆਫੀਸ਼ੀਅਲੀ ਡਿਕਲੇਅਰ ਕੀਤਾ ਗਿਆ ਵੀ ਉਹ ਉੱਥੇ ਹੁਣ ਜਿਹੜੀਆਂ ਲੰਪੀ ਸਕਿਨ ਡਿਜ਼ੀਜ਼ ਹੈ ਉਹ ਹੈ ਨਹੀਂ ਬਿਲੰਪੀ ਸਕਿਨ ਡਿਜ਼ੀਜ਼ ਫ੍ਰੀ ਕਿਹੜੀ ਸਟੇਟ ਨੂੰ ਜਿਹੜਾ ਹੈ ਡਿਕਲੇਅਰ ਕੀਤਾ ਗਿਆ ਆਫੀਸ਼ੀਅਲੀ ਡਿਕਲੇਅਰ ਬੱਚੇ ਗਉਆਂ ਜਿਹੜੀਆਂ ਨੇ ਥੋੜੇ ਡੰਗਰ ਪਛ ਨੇ ਉਹਦੇ ਵਿੱਚ ਹੁੰਦੀ ਹੈ ਇਹ ਲੰਪੀ ਸਕਿਨ ਡਿਜ਼ੀਜ਼ ਆਫੀਸ਼ੀਅਲੀ ਡਿਕਲੇਅਰ ਕੀਤਾ ਗਿਆ ਕਿਹੜੀ ਸਟੇਟ ਨੂੰ ਲੰਪੀ ਸਕਿਨ ਡਿਜ਼ੀਜ਼ ਪੋਜ਼ਿਟਿਵ ਸਟੇਟ ਹਲੂਸਮੋਸੇ ਬ੍ਰਾਂਡ ਜਿਹੜਾ ਹੈਗਾ ਜੀ ਆਪਣਾ ਹੈ ਹੈਗਾ ਜੀ ਯੂਐਸ ਪੋਲੋ ਯੂਐਸ ਪੋਲੋ ਲਓ ਜੀ ਮੇਰੇ ਪਿਆਰੇ ਵਿਦਿਆਰਥੀਓ ਇਹਦਾ ਜਿਹੜਾ ਆਨਸਰ ਹੈ ਸਿੱਕਮ ਜ਼ਿਆਦਾਤਰ ਆ ਰਹੇ ਨੇ ਆਨਸਰ बट सिक्किम नहीं है बच्चे द आंसर इज नागालैंड नागालैंड इज द करैक्ट ऑप्शन ठीक है जी पॉजिटिव स्टेट ठीक है जी फ्री मैं कहता नहीं लंपी स्किन पॉजिटिव स्टेट यानी कि इतने केस मिले ने हूँ पहला नहीं किस्ट्रिक्स के लंपी स्किन डिजीज इतने केस मिले इस करके पॉजिटिव स्टेट दिता गया जी लंपी स्किन डिजीज़ पॉजिटिव स्टेट लो जी अगला क्वेश्चन अगला क्वेश्चन ਲੋ ਮੇਰੇ ਬਿਰੋ ਕਿਹੜੀ ਕੰਟਰੀ ਨੇ ਅਨਾਉਂਸ ਕਰਤਾ ਵੀ ਸੀ ਸਕਸੈਸਫੁਲੀ ਐਲੀਮੀਨੇਟ ਕਰਤਾ ਜੀ ਰੂਬੇਲਾ ਰੂਬੇਲਾ ਨੂੰ ਕਿਹੜੀ ਕੰਟਰੀ ਨੇ ਆਫੀਸ਼ੀਅਲੀ ਐਲੀਮੀਨੇਟ ਕਰ ਦਿੱਤਾ ਜੀ ਨੇਪਾਲ ਨੇ ਭੂਟਾਨ ਨੇ ਫਰਾਂਸ ਨੇ ਜਾਂ ਜਰਮਨੀ ਨੇ ਕਿਹਨੇ ਡਿਕਲੇਅਰ ਕੀਤਾ ਅਨਾਉਂਸ ਕੀਤਾ ਇਹ ਉਹ ਕੰਟਰੀ ਆ ਬੱਚੇ ਜਿੱਥੇ ਕੋ ਨੂੰ ਮਿਲਦਾ ਨੱਥੂਲਾ ਤੇ ਜ਼ਿਲਪਲਾ ਮਤਲਬ ਉਹਦੇ ਟ੍ਰਾਈ ਜੰਕਸ਼ਨ ਤੇ ਮਿਲਦਾ ਹੈ ਇੰਡੀਆ ਦਾ ਟ੍ਰਾਈ ਜੰਕਸ਼ਨ ਤੇ ਹੈ ਜੀ ਇਹ ਹੁਣ ਲਾ ਦਿਓ ਆਨਸਰ ਵੈਰੀ ਗੁੱਡ ਵੈਰੀ ਗੁੱਡ ਪੁਟਾਨ ਇੱਕ ਪੁਟਾਨ ਹੈ ਇੱਕ ਨਾਲੇ ਹੋਰ ਵੀ ਯਾਦ ਰੱਖ ਲਿਓ ਉੱਤੇ ਮੋਰਲਿਸ ਤੇ ਇਹਨਾਂ ਨੇ ਵੀ ਨਾਲ ਹੀ ਕਿਹਾ ਤੇ ਮੋਰਲਿਸ ਤੇ ਕੰਟਰੀ ਇਹ ਸਾਊਥ ਇਹ ਆਪਣੇ ਪੈਸੀਫਿਕ ਓਸ਼ੀਅਨ ਦੇ ਵਿੱਚ ਸਾਊਥ-ਈਸਟ ਏਸ਼ੀਆ ਦੇ ਵਿੱਚ ਪੈਂਦੀ ਹੈ ਤੇ ਮੋਰਲਿਸ ਤੇ ਪੈਸੀਫਿਕ ਓਸ਼ੀਅਨ ਦੇ ਵਿੱਚ ਪੈਂਦੀ ਹੈ ਯਾਦ ਰੱਖ ਲਿਓ ਪੁਟਾਨ ਤੇ ਤੇ ਮੋਰਲਿਸ ਨੇ ਡਿਕਲੇਅਰ ਕੀਤਾ ਰੂਬੇਲਾ ਫ੍ਰੀ ਹੈ ਤੇ ਤੇ ਮੈਂ ਮੀਜ਼ਲ ਤੇ ਰੂਬेला ਇਸ ਕਰਕੇ ਲਿਖਿਆ ਕਿਉਂਕਿ ਇੰਡੀਆ ਵਾਲਿਆਂ ਨੇ ਰੀਸੈਂਟਲੀ ਇੱਕ ਦੋਨਾਂ ਨੂੰ ਐਲੀਮੀਨੇਟ ਕਰਨ ਵਾਸਤੇ ਵੈਕਸੀਨ ਕ੍ਰੀਏਟ ਕੀਤੀ ਹੈ ਜੇ ਤੁਹਾਨੂੰ ਕਿਸੇ ਨੂੰ ਨਾਮ ਯਾਦ ਆਦਾ ਦੱਸ ਦਿਓ ਮੀਜ਼ਲਸ ਤੇ ਰੂਪੇਲਾ ਇਹਨਾਂ ਦੋਨਾਂ ਤੋਂ ਹੀ ਨਾਮ ਰੱਖਿਆ ਗਿਆ ਹੈ ਸ਼ਾਬਾਸ਼ ਮੋਬੇਲਾ ਵੈਰੀ ਗੁੱਡ ਜੀ ਮੋਬੇਲਾ 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 ਇਹ ਵੈਕਸੀਨ ਕ੍ਰੀਏਟ ਕੀਤੀ ਹੈ ਇੰਡੀਆ ਵਾਲਿਆਂ ਨੇ ਦੋਨਾਂ ਨੂੰ ਹੀ ਐਲੀਮੀਨੇਟ ਕਰ ਦੂਗੀ ਅੱਡ ਅੱਡ ਜਿਹੜੀ ਹੈ ਦੇਣ ਦੀ ਲੋੜ ਨਹੀਂ ਬਸ ਇੱਕ ਕੋਲਾ ਦਿਓ ਮੀਜ਼ਲਸ ਐਂਡ ਰੂਬੇਲਾ ਨੂੰ ਲੋ ਜੀ ਬੱਚਿਓ ਅਗਲਾ ਕੁਐਸ਼ਨ ਅਗਲਾ ਕੁਐਸ਼ਨ ਆ ਜਾਂਦਾ ਜੀ ਲੋ ਜੀ ਬੱਚਿਓ ਕਹਿੰਦਾ ਜੀ 20 ਮੈਂਬਰ ਕੰਟਰੀਸ ਵਾਸਤੇ ਸਪੈਸ਼ਲ ਆਰਟ ਐਗਜ਼ੀਬਿਸ਼ਨ ਕੀਤਾ ਗਿਆ ਸੀ ਕਿਹੜੇ ਰਾਜ ਦੇ ਵਿੱਚ ਸਪੈਸ਼ਲ ਆਰਟ ਐਗਜ਼ੀਬਿਸ਼ਨ ਕੀਤਾ ਗਿਆ ਸੀ ਵਿਸ਼ੇਸ਼ ਕਲਾ ਪ੍ਰਦਰਸ਼ਨੀ ਕੀਤੀ ਗਈ ਸੀ ਜੀ 20 ਮੈਂਬਰ ਦੇਸ਼ਾਂ ਵਾਸਤੇ ਯੂਪੀ ਨੇ ਬਿਹਾਰ ਨੇ ਉੜੀਸਾ ਨੇ ਜਾਂ ਫਿਰ ਐਮਪੀ ਚ ਕਿੱਥੇ ਕੀਤਾ ਗਿਆ ਸੀ ਬੱਚਿਓ ਇਹ ਕੁਐਸ਼ਨ ਹੈ ਕਿਆ ਬਾਤ ਹੈ ਜੀ ਕਿਆ ਬਾਤ ਹੈ ਯੂਪੀ ਕਹਿ ਰਹੇ ਨੇ ਬੱਚੇ ਤੇ ਯੂਪੀ ਹੀ ਆਨਸਰ ਨਹੀਂ ਹੈਗਾ ਤੇ ਨਾ ਹੀ ਆਨਸਰ ਇਹਦਾ ਹੈਗਾ ਐਮਪੀ ਕਿਉਂਕਿ ਇਹਦਾ ਆਨਸਰ ਹੈ ਬੱਚੇ ਬਿਹਾਰ ਸੋ ਬਿਹਾਰ ਇਸ ਦਾ ਕਰੈਕਟ ਆਪਸ਼ਨ ਬੱਚੇ ਪਟਨਾ ਦੇ ਵਿੱਚ ਹੈ ਐਗਜ਼ੀਬਿਸ਼ਨ ਲੱਗਿਆ ਸੀ ਜੀ 20 ਬੱਚੇ ਤੁਹਾਨੂੰ ਅਲੱਗ ਤੋਂ ਵੀ ਕਰਵਾ ਦੂੰਗਾ ਮੈਂ ਇਹ ਦਸਾਂ ਦਿਨਾਂ ਦੇ ਵਿੱਚ ਮੈਂ ਐਨੀਮਲ ਸੀਰੀਜ਼ ਖਤਮ ਕਰਨੀ ਉਸ ਤੋਂ ਬਾਅਦ ਬੱਚਿਓ ਤੁਸੀਂ ਮੇਰੇ ਨਾਲ ਜੁੜੇ ਰਹੋ 9am ਕਰੰਟ ਅਫੇਅਰ ਕਲਾਸ ਲਾਉਂਦੇ ਰਹੋ ਤੇ ਫਿਰ ਇੱਥੇ ਸਪੈਸ਼ਲ ਸੈਸ਼ਨ ਚ ਲਾਉਂਗਾ ਬੱਚਿਓ ਜਿੱਥੇ ਕਦੇ ਮੈਂ ਜੀ 20 ਕਵਰ ਕਰਾਤੀ ਹਨਾ ਇੱਕ ਵੀਡੀਓ ਦੇ ਵਿੱਚ ਹੀ ਕਰਵਾਤੀ ਫਿਰ ਏਸ਼ੀ ਫਿਰ ਆਪਾਂ ਫਿਲਮ ਅਵਾਰਡਸ ਚੱਕ ਲੇ ਠੀਕ ਹੈ ਅਲੱਗ-ਅਲੱਗ ਕੈਟਾਗਰੀਜ਼ ਚੱਕ ਕੇ ਆਪਾਂ ਪੂਰਾ ਪੂਰਾ ਦੁਬਾਰੇ ਕਰਨੇ ਨੇ ਸੋ ਜਦੋਂ ਤੁਹਾਡਾ ਪੇਪਰ ਹੋਊਗਾ ਨਾ 28 ਜਨਵਰੀ ਉਦੋਂ ਪਹਿਲਾਂ ਆਪਾਂ ਪੂਰੇ ਰੈਡੀ ਹੋਣਾ ਸਮਾਨ ਆਪਾਂ ਪੂਰੇ ਆਪਣੇ ਸ਼ਸਤਰ ਪੂਰੇ ਤਿਆਰ ਰੱਖਣੇ ਨੇ ਪੂਰੇ ਰੈਡੀ ਕਰਕੇ ਰਹਿਣਾ ਜੀ ਆਪਾਂ ਸਾਰਾ ਕੁਝ ਅਲੱਗ ਕਰਕੇ ਅਪਾਇੰਟਮੈਂਟਾਂ ਅਲੱਗ ਕਰ ਲੈਣੀਆਂ ਨੇ ਆਪਾਂ ਨੇ ਅਵਾਰਡਸ ਅਲੱਗ ਕਰ ਲੈਣੇ ਨੇ ਸਪੈਸ਼ਲ ਵੀਡੀਓਜ਼ ਬਣਣਗੀਆਂ ਤੁਸੀਂ ਬਸ ਪਹਿਲਾਂ ਮੇਰੇ ਨਾਲ 9am ਦੇ ਵਿੱਚ ਜੁੜਦੇ ਰਹੋ ਫਿਰ ਤੁਹਾਨੂੰ ਉੱਥੇ ਇਨਫੋਰਮੇਸ਼ਨ ਪੂਰੀ ਮਿਲ ਜੂਗੀ ਟੈਲੀਗ੍ਰam ਚੈਨਲ ਜੁਆ ਤੇ ਜਿਨ੍ਹਾਂ ਨੇ ਡਿਟੇਲ ਚ ਕਰਨਾ ਸਾਡੇ ਨਾਲ ਤਿਆਰੀ ਤਾਂ ਉਹ ਸਾਡਾ A to Z ਪੰਜਾਬ ਐ ਜ਼ਰੂਰ ਖਰੀਦੋ ਚਲੋ ਜੀ ਅਗਲਾ ਕੁਐਸਚਨ ਬੱਚੇ ਆਹ ਬੜਾ ਬੜਾ ਵਧੀਆ ਇੰਡੀਅਨ ਅਮਰੀਕਨ ਨੇ ਸਾਡੇ ਇੱਕ ਸ਼ੋਹਿਨੀ सिन्हा ਜੀ ਇਹਨਾਂ ਨੂੰ FBI ਦੀ ਸਪੈਸ਼ਲ ਏਜੰਟ ਲਾਇਆ ਗਿਆ ਹੈ ਕਿਹੜੀ ਸਿਟੀ ਦੇ ਇਹ ਤੁਹਾਡੇ ਤੋਂ ਪੁੱਛਿਆ ਗਿਆ ਸਵਾਲ ਸ਼ੋਹਿਨੀ सिन्हा ਨੂੰ ਸਪੈਸ਼ਲ ਏਜੰਟ ਲਾਇਆ ਗਿਆ FBI ਦੇ ਵਿੱਚ ਐਜ਼ ਇਨ ਚਾਰਜ ਆਫ ਵਿਚ ਸਿਟੀ ਫਲੋਰੀਡਾ ਵਾਸ਼ਿੰਗਟਨ ਨਿਊਯਾਰਕ ਜਾਂ ਫਿਰ ਸੌਲਟ ਲੇਕ ਡੇਟਸ ਐਂਡ ਥੀਮਸ ਵੀ ਕਰਾਂਗੇ ਬਿਲਕੁਲ ਜੀ ਰਮਨ ਕੋਈ ਗੱਲ ਨਹੀਂ ਯਾਰ ਕੋਈ ਚੱਕਰ ਨਹੀਂ ਵੈਰੀ ਗੁੱਡ ਜੀ ਡੇਟਸ ਐਂਡ ਥੀਮ ਸਭ ਕੁਝ ਕਰਾਂਗੇ ਬੱਚੋ ਸਭ ਕੁਝ ਟੈਨਸ਼ਨ ਹਾਲੋ ਤੁਸੀਂ ਫਲੋਰੀਡਾ ਨਹੀਂ ਹੈਗਾ ਮੇਰੇ ਪਿਆਰੇ ਵਿਦਿਆਰਥੀਆ ਆਨਸਰ ਇਹਦਾ ਉਤਾਹ ਸਿਟੀ ਦੇ ਵਿੱਚ ਹੈ ਜੀ ਸਾਲਟ ਲੇਕ ਉਤਾਹ ਸਿਟੀ ਦੇ ਵਿੱਚ ਪੈਂਦੀ ਹੈ ਜੀ ਸਾਲਟ ਲੇਕ ਉੱਥੇ ਦੇ ਇਹਨਾਂ ਨੂੰ ਲਾਇਆ ਗਿਆ ਜੀ ਸ਼ੂਲਨਿਸ ਇਨ ਸਿਨਾ ਨੂੰ ਸਪੈਸ਼ਲ ਏਜੰਟ ਯਾਦ ਰੱਖ ਲਿਓ ਸ਼ੂਲਨਿਸ ਇਨ ਸਾਲਟ ਲੇਕ ਦੇ ਵਿੱਚ ਉਤਾਹ ਦੇ ਵਿੱਚ ਤੇ ਉਤਾਹ ਤੋਂ ਵਿੱਚ ਮੇਰੇ ਕੋ ਜਿਹੜਾ ਹੈ ਮਿਸ਼ਨ ਯਾਦ ਆ ਰਿਹਾ ਹੈ ਜਿਹਦਾ ਨਾਮ ਸੀ ਓਸੀਰਿਸ ਰੈਕਸ ਜਿਹਦਾ ਮਿਸ਼ਨ ਦਾ ਨਾਮ ਸੀ ਨਾਸਾ ਦਾ ਨਾਸਾ ਵਾਲਿਆਂ ਦਾ ਸੀਗਾ ਮਿਸ਼ਨ ਉਹ ਥੈਟ ਇਜ਼ ਓਸੀਰਿਸ ਰੈਕਸ ਮਿਸ਼ਨ ਜਦੋਂ ਬੱਚੇ ਇਹਨੂੰ ਛੱਡਿਆ ਗਿਆ ਸੀ ਨਾ 2016 ਦੇ ਵਿੱਚ ਇਹਨੂੰ ਬੀਨੂ ਐਸਟਰਾਇਡ ਦੇ ਵਿੱਚ ਛੱਡਿਆ ਗਿਆ ਸੀ ਬੀਨੂ ਐਸਟਰਾਇਡ ਜਿਹੜਾ ਕਿ ਤੁਹਾਡੀ ਐਸਟਰਾਇਡ ਬੈਲਟ ਦੇ ਵਿੱਚ ਹੈ ਮਾਰਸ ਤੇ ਜੂਪੀਟਰ ਦੇ ਵਿੱਚ ਬੀਨੂ ਐਸਟਰਾਇਡ ਤੇ ਜਾਣਾ ਸੀ ਇਹਨਾਂ ਨੇ ਤੇ ਉਥੋਂ ਇਹਨਾਂ ਨੇ ਸੈਂਪਲ ਲੈ ਕੇ ਵਾਪਸ ਆਉਣਾ ਸੀ ਤੇ ਆ ਵੀ ਗਿਆ ਉਤਾਹ ਸਿਟੀ ਦੇ ਵਿੱਚ ਬੱਚੇ ਉਤਾਸ਼ ਡੈਜ਼ਰਟ ਦੇ ਵਿੱਚ ਇਹ ਵਾਪਸ ਆਇਆ ਸੀਗਾ ਤੇ ਅੱਜ ਤੱਕ ਦੇ ਸਭ ਤੋਂ ਪੁਰਾਣੇ ਸਭ ਤੋਂ ਪੁਰਾਣੇ ਸੈਂਪਲ ਲੈ ਕੇ ਆਇਆ ਵਾਪਸ ਸਭ ਤੋਂ ਜ਼ਿਆਦਾ ਕੁਆਂਟੀਟੀ ਦੇ ਵਿੱਚ ਇਹ ਬੱਚੇ ਸੈਂਪਲ ਲੈ ਕੇ ਆਇਆ ਨਾ ਪਤਾ ਕਿੰਨੇ ਪੁਰਾਣੇ ਨੇ ਇਹ 4.6 ਬਿਲੀਅਨ ইयर्स ਪੁਰਾਣੇ ਸੋ ਇੰਨੇ ਜ਼ਿਆਦਾ ਪੁਰਾਣੇ ਸੈਂਪਲ ਲੈ ਕੇ ਆਇਆ ਜੀ ਉਹ ਸਿਰ ਸਰੇਕਸ ਮਿਸ਼ਨ ਯਾਦ ਰੱਖਿਓ ਨਾਸਾ ਦਾ ਯਾਦ ਰੱਖ ਲਿਓ ਬੀਨੂ ਸੈਟੇਲਾਈਟ ਸੌਰੀ ਬੀਨੂ ਐਸਟੇਰਾਇਡ ਉੱਥੇ ਗਿਆ ਸੀ ਇਹ ਚਲੋ ਜੀ ਤੁਸੀਂ ਫਿਰ ਤੁਸੀਂ ਇੰਦਰ ਲਾਉਂਦੇ ਨਹੀਂ ਨਾ ਕਲਾਸ ਤੁਸੀਂ 9am ਲਾਓ ਕਲਾਸ ਇਹ ਸਭ ਕੁਝ ਕਰਵਾਇਆ ਹੋਇਆ ਹੈ ਮੇਰਾ ਪਤਾ ਨਹੀਂ ਕਿੰਨੀ ਵਾਰ ਉਹ ਮੈਂ ਉੱਥੇ ਮੱਥਾ ਮਾਰਦਾ ਰਹਿਣਾ ਬਾਰ ਬਾਰ ਰਿਵਾਈਜ਼ ਕਰਵਾਉਣਾ ਲੈਣਾ ਆਓ ਪੜੋ ਲੋ ਜੀ ਅਗਲੇ ਕੁਐਸਚਨ ਚ ਆਜੋ ਜੀ ਬੱਚੇ ਯਾਰ ਮਨ ਤੋਂ ਨਾ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ YouTube ਤੇ ਪੜਾਤਾ ਬਹੁਤ ਰਹੇ ਨੇ ਠੀਕ ਹੈ ਪਰ ਕੋਈ ਆਪਣੀ ਜ਼ਿੰਮੇਵਾਰੀ ਸਮਝ ਕੇ ਨਹੀਂ ਪੜਾ ਰਿਹਾ ਕੋਈ ਕਈਆਂ ਨੂੰ ਸਿਰਫ ਬਾਈ ਫੋਰਸ ਟੀਚਰ ਨੇ ਬਾਈ ਪੈਸ਼ਨ ਟੀਚਰ ਨਹੀਂ ਹੈਗੇ ਠੀਕ ਹੈ ਜੀ ਤੋਂ ਉਹ ਤੁਹਾਨੂੰ ਆਈਡੈਂਟੀਫਾਈ ਕਰਨਾ ਪੈਣਾ ਅਦਰਵਾਈਜ਼ ਮੈਂ ਆਪਣੀ ਤਾਰੀਫ਼ ਕਰਦਾ ਨਹੀਂ ਹੁੰਦਾ ਪਰ ਕਰਨੀ ਪੈਣੀ ਹੈ ਠੀਕ ਹੈ ਜੀ ਸੋ ਮੇਰੇ ਕੋਲ ਕਰੰਟ ਅਫੇਅਰ ਪੜੋਗੇ ਤਾਂ ਤੁਸੀਂ ਵਧੀਆ ਫਾਇਦੇ 'ਚ ਰਹੋਗੇ ਨਾਈਨ ਇਮ ਕਰੰਟ ਅਫੇਅਰ ਲਾਇਆ ਕਰੋ ਪੈਸ਼ਨ ਵਾਲਾ ਟੀਚਰ ਹਾਂ ਮੈਂ ਨੁਕਸਾਨ ਕਰਾਉਂਗੇ ਨਹੀਂ ਧੱਕੇ ਖਾ ਕੇ ਫੇਰਾਉਂਗੇ ਫਿਰ ਬਾਅਦ ਚ ਫਿਰ ਉਹਦਾ ਵੀ ਕੀ ਫਾਇਦਾ ਟਾਈਮ ਵੇਸਟ ਹੋਊਗਾ ਲਓ ਜੀ ਅਗਲਾ ਲਓ ਜੀ ਬੱਚੋ ਇੰਡੀਅਨ 에ਅਰ ਫੋਰਸ ਆਫ ਚਾਈਨਾ ਸੌਰੀ 에ਅਰ ਫੋਰਸ ਆਫ ਚਾਈਨਾ ਤੇ ਕਿਹੜੀ ਕੰਟਰੀ ਨੇ ਮਿਲ ਕੇ ਕੀਤੀ ਸੀ ਫਾਲਕਨ ਸ਼ੀਲਡ 2023 ਐਕਸਰਸਾਈਜ਼ ਪਹਿਲੀ ਜੁਆਇੰਟ ਟ੍ਰੇਨਿੰਗ ਐਕਸਰਸਾਈਜ਼ ਸੀ ਲਓ ਵੀ ਆਨਸਰ ਕੀ ਆਊਗਾ ਬਿਜ਼ਨਸ ਹੀ ਚੱਲਦਾ ਬੱਚੇ ਮੋਸਟਲੀ ਤਾਂ ਬਿਲਕੁਲ ਇੰਦਰ ਆਇਆ ਕਰੋ ਰੋਜ਼ ਆਇਆ ਕਰੋ ਬੱਚੇ ਸਿੱਧੂ ਸਿੱਧੂ ਦਾ ਸ਼ੋਅ ਲਾਇਆ ਕਰੋ 9am ਪੀਡੀਐਫ ਬਿਲਕੁਲ ਮਿਲਦੀ ਆ ਰਬੀ ਆਰਬੀ ਪੀਡੀਐਫ ਦੋਨੇ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਓ ਜਿਹੜੀ ਮਿਹਨਤ ਕਰਕੇ 2 ਘੰਟੇ ਲਾ ਕੇ ਬਣਾਈ ਦੀ ਨਾ ਐਜ਼ ਇਟ ਇਜ਼ ਪਾਈ ਦੀ ਪੀਡੀਐਫ 올 ਰਾਈਟ ਫ੍ਰੀ ਆਫ ਕੋਸ ਨਿਸ਼ੁਲਕ ਲੋ ਮੇਰੇ ਵੀਰੋ ਲਓ ਵੀ ਆਨਸਰ ਕੀ ਆਊਗਾ ਯੂਏਈ ਲਾ ਰਹੇ ਨੇ ਬੱਚੇ ਤੇ ਯੂਏਈ ਹੈ கரੈਕਟ ਆਪਸ਼ਨ ਬੱਚਿਓ ਯੂਏਈ ਚਾਈਨਾ ਤੇ ਯੂਏਈ ਨੇ ਬੱਚੇ ਪਹਿਲੀ ਵਾਰ ਕੀਤੀ ਹੈ ਇਹ ਐਕਸਰਸਾਈਜ਼ ਜਿਹਦਾ ਨਾਮ ਸੀਗਾ ਬੱਚਿਓ ਆ ਫਾਲਕਨ ਸ਼ੀਲਡ ਤੇ ਬੱਚੇ ਕਿਹਨੂੰ ਦਿਖਾਇਆ ਮੈਸੇਜ ਯੂਐਸਏ ਨੂੰ ਵੀ ਤੁਸੀਂ ਬਾੜੇ ਹੁਣ ਇੱਥੇ ਬਣੋ ਨਾ ਤੁਸੀਂ ਹੁਣ ਤੁਹਾਡਾ ਟਾਈਮ ਲੰਘ ਚੁੱਕਿਆ ਹੈ ਚਾਈਨਾ ਨੇ ਇਵਨ ਕਿ ਹੁਣ ਸੀ ਰੀਸੈਂਟਲੀ ਪਾਕਿਸਤਾਨ ਨਾਲ ਵੀ ਕੀਤੀ ਸੀ ਐਕਸਰਸਾਈਜ਼ ਜਿਹਦਾ ਨਾਮ ਸੀ ਸੀ ਡ੍ਰੈਗਨ 3 ਯਾਦ ਰੱਖਿਓ ਉਸ ਗੱਲ ਨੂੰ ਵੀ ਸੀ ਡ੍ਰੈਗਨ 3 ਯੂਏਈ ਦੇ ਨਾਲ ਕਿਹੜੀ ਕੀਤੀ ਹੈ ਜੀ फैलकन शील्ड फैलकन शील्ड ट्वेंटी ट्वेंटी थ्री याद रखियो जी एयरफोर्स की एक्सरसाइज है लो जी वेरी गुड महीप हाँ लो जी अगला क्वेश्चन अगला क्वेश्चन एमेजॉन इंडिया ने फस्ट एवर फ्लोटिंग स्टोर खोलिया डल लेकिन तैरद हुआ स्टोर डल लेकिन खोलिया जी तो डल लेकिन स्टेट के या फिर यू टी के दिस इज द क्वेश्चन सिंपल क्वेश्चन ਸ਼ਾਬਾਸ਼ ਬੱਚੇ ਜਿਹੜੀ ਤੁਹਾਨੂੰ ਆਹ 10 ਪੀਡੀਫਸ ਮਿਲਣਗੀਆਂ ਇਹਨਾਂ ਨੂੰ ਤੁਸੀਂ ਰਟਣਾ ਹੀ ਰਟਣਾ ਹੈ ਉਸ ਤੋਂ ਇਲਾਵਾ ਡੇਲੀ ਕਰੰਟ ਅਫੇਅਰ ਜਿਹੜੀ ਹੈ ਥਿਉਰੀ ਦੀ ਉਹਨੂੰ ਰਟਣਾ ਹੈ ਨਾਲ ਦੀ ਨਾਲ ਜਿਹੜੀ ਸਪੈਸ਼ਲ ਮੈਂ ਅਲੱਗ ਤੋਂ ਲੈ ਕੇ ਆਉਂਗਾ ਵੀ ਅਵਾਰਡਸ ਅਡ ਕਰਤੀ ਸਪੋਰਟਸ ਤਾਂ ਮੈਂ ਅਡ ਕਰ ਹੀ ਦਿੱਤੀ ਹੈ ਹਨਾ ਅਵਾਰਡਸ ਅਡ ਕਰਤੇ ਅਪੁਆਇੰਟਮੈਂਟ ਅਡ ਕਰਤੀ ਅਵਾਰਡ ਅਡ ਕਰਤੇ ਨੈਸ਼ਨਲ ਨਿਊਜ਼ ਅਡ ਕਰਤੀ ਇੰਟਰਨੈਸ਼ਨਲ ਨਿਊਜ਼ ਅਡ ਕਰਤੀ ਮਿਸਲੀਨੀਅਸ ਅਡ ਕਰਤੀ ਉਹਨਾਂ ਨੂੰ ਵੀ ਰਟਣਾ ਹੈ ਸਾਰੀਆਂ ਹੀ ਰਟਣੀਆਂ ਨੇ ਜਿਸ ਦਸਾਂ ਜੋ 10 15 ਜੋ 15 ਕੁਐਸਚਨ ਸਹੀ ਕਰਨੇ ਨੇ ਤਾਂ ਸਾਰਾ ਹੀ ਰਟਣਾ ਪੈਣਾ ਹੈ ਲੋ ਜੀ ਲੋ ਮੇਰੇ ਵੀਰੋ ਸੋ ਆਨਸਰ ਇਹਦਾ ਕੀ ਆਊਗਾ ਜੀ ਜੰਮੂ ਐਂਡ ਕਸ਼ਮੀਰ ਫਰਸਟ ਐਵਰ ਫਲੋਟਿੰਗ ਸਟੋਰ ਜਿਹੜਾ ਖੋਲਿਆ ਗਿਆ ਜੀ Amazon India ਨੇ ਖੋਲਿਆ ਤੇ ਖੋਲਿਆ ਕਿੱਥੇ ਹੈ ਜੀ ਡਲ ਲੇਕ ਤੇ ਡਾਲੇ ਕਿੱਥੇ ਹੈ ਜੰਮੂ ਕਸ਼ਮੀਰ ਦੇ ਵਿੱਚ ਹੈ ਅਗਲੇ ਕੁਐਸਚਨ ਚਾਜੋ ਜੀ ਲੋ ਮੇਰੇ ਵੀਰੋ ਕਹਿੰਦਾ ਜੀ ਕਈ ਸਿੰਪਲ ਕੁਐਸਚਨ ਇਹ ਪੁੱਛਿਆ ਵੀ ਜਿਹੜੇ GI ਟੈਗ ਦਿੱਤੇ ਜਾਂਦੇ ਨੇ ਉਹ ਕਿੰਨੇ ਸਾਲਾਂ ਲਈ ਵੈਲਿਡ ਹੁੰਦੇ ਨੇ ਆ ਰੀਸੈਂਟ ਟਾਈਮ ਦੇ ਵਿੱਚ ਗੋਆ ਦਾ ਮੰਗੇਓ ਸੀ ਗੋਆ ਦਾ ਬੈਬਨਿਕਾ ਕ્રાਫਟ ਰਾਜਸਥਾਨ ਦੇ ਕਈਆਂ ਨੂੰ ਮਿਲੇ ਨੇ ਇਹਨਾਂ ਦੀ ਲਿਸਟ ਵੀ GI ਟੈਗ ਦੀ ਲਿਸਟ ਵੀ ਮੈਂ ਪੂਰੇ ਸਾਲ ਦੀ ਮੈਂ ਤੁਹਾਨੂੰ ਪਾ ਉਹਨੂੰ ਵੀ ਆਪਾਂ ਰਿਵਾਈਜ਼ ਕਰਾਂਗੇ ਪਰ ਇਹ ਕੁਐਸਚਨ ਪੁੱਛਿਆ ਜਾ ਰਿਹਾ ਵੀ ਜੀਆਈ ਟੈਗਸ ਕਿੰਨੇ ਸਾਲਾਂ ਲਈ ਵੈਲਿਡ ਹੁੰਦਾ ਦਿਸ ਇਜ਼ ਦਾ ਕੁਐਸਚਨ ਬੱਚੇ 75 ਬੱਚੇ ਲਾਈਵ ਨੇ ਤੇ 63 ਲਾਈਕਸ ਨੇ ਤੁਸੀਂ ਬਰਾਬਰ ਕਰੋ ਯਾਰ ਹਾਂ ਮਨੀ ਸਿੰਘ ਨੇ ਉਹ ਕਰਾ ਲਿਓ ਜੀ ਮੁਸਕਾਨ ਕਰਾ ਦਾਂਗੇ ਟੈਨਸ਼ਨ ਨਾ ਲਓ ਯਾਰ ਮਿਨਿਸਟਰੀ ਆਫ ਕਮਰਸ ਦਿੰਦੀ ਹੈ ਬਿਲਕੁਲ ਬਿਲਕੁਲ 10 ਸਾਲਾਂ ਵਾਸਤੇ ਵੈਰੀ ਗੁੱਡ ਜੀ 10 ਸਾਲਾਂ ਵਾਸਤੇ ਬੱਚਿਓ ਯਾਦ ਰੱਖਣੀ 10 ਸਾਲਾਂ ਵਾਸਤੇ ਜਿਹੜਾ ਹੈ ਇਹ ਜੀਆਈ ਟੈਗ ਦਿੱਤਾ ਜਾਂਦਾ ਹੈ ਬੱਚਿਓ ਯਾਦ ਰੱਖਣੀ ਹੈ ਇਸ ਗੱਲ ਨੂੰ ਠੀਕ ਹੈ ਸ਼ਾਬਾਸ਼ ਬਹੁਤ ਵਧੀਆ ਜੀ ਅਗਲਾ ਕੁਐਸਚਨ ਕਿਹੜਾ ਰਾਜ ਹੈ ਬੱਚੇ ਕਿਹੜੇ ਰਾਜ ਦੀ ਸਰਕਾਰ ਹੈ ਜਿਨੇ ਇੱਕ ਸਕੀਮ ਇੰਪਲੀਮੈਂਟ ਕੀਤੀ ਹੈ ਵਨ ਡਿਸਟ੍ਰਿਕਟ ਵਨ ਪ੍ਰੋਡਕਟ ਸਕੀਮ ਵਨ ਡਿਸਟ੍ਰਿਕਟ ਵਨ ਪ੍ਰੋਡਕਟ ਸਕੀਮ ਲਾਂਚ ਕੀਤੀ ਗਈ ਹੈ ਕਿਹੜੇ ਰਾਜ ਸਰਕਾਰ ਦੇ ਵੱਲੋਂ ਇਹ ਉਹੀ ਰਾਜ ਸਰਕਾਰ ਹੈ ਜਿਹਦਾ ਇੱਕ ਪੋਰਟ ਸੀ ਪੀਪਾਵਾ ਪੋਰਟ ਜਿਹਨੂੰ ਇੰਡੀਆ ਦਾ ਬੈਸਟ ਪੋਰਟ ਕੰਟੇਨਰ ਕੰਟੇਨਰ ਨੂੰ ਹੈਂਡਲ ਕਰਨ ਵਾਸਤੇ ਬੈਸਟ ਪੋਰਟ ਦਾ ਅਵਾਰਡ ਦਿੱਤਾ ਗਿਆ ਸੀ ਲੈ ਹੁਣ ਤਾਂ ਲਾ ਦਿਓ ਜੀ ਹੁਣ ਤਾਂ ਲੱਗ ਜਾਓ ਆਨਸਰ ਵੈਰੀ ਗੁੱਡ ਬਹੁਤ ਵਧੀਆ ਬੱਚਿਓ ਸ਼ਾਬਾਸ਼ ਐਂਡ ਦਾ ਆਨਸਰ ਇਜ਼ ਗੁਜਰਾਤ ਗੁਜਰਾਤ ਇਜ਼ ਦਾ ਕਰੈਕਟ ਆਪਸ਼ਨ ਬੱਚਿਓ ਜਿਨ੍ਹਾਂ ਨੇ 1 ਪ੍ਰੋਡਕਟ 1 ਡਿਸਟ੍ਰਿਕਟ 1 ਪ੍ਰੋਡਕਟ ਲਾਂਚ ਕੀਤਾ ਸੀਗਾ ਇਸ ਗੱਲ ਨੂੰ ਤੁਸੀਂ ਯਾਦ ਰੱਖੋਗੇ ਬੱਚਿਓ ਸੈਸ਼ਨ ਨੂੰ ਲਾਈਕ ਜ਼ਰੂਰ ਕਰੋ ਯਾਰ ਪਲੀਜ਼ ਮੈਂ ਬਾਰ-ਬਾਰ ਕਹਿ ਰਿਹਾ ਤੁਹਾਨੂੰ 80 ਬੱਚੇ ਲਾਈਵ ਹੋ ਚੁੱਕੇ ਨੇ ਤੇ 60 ਹੀ ਨੇ ਲਾਈਕ ਬਰਾਬਰ ਕਰਾ ਦਿਓ ਜੀ ਲਓ ਜੀ ਅਗਲਾ ਕੁਐਸਚਨ ਅਗਲਾ ਕੁਐਸਚਨ ਬੱਚਿਓ ਫਰਾਂਸ ਨੇ ਬੱਚੇ ਟਾਰਗੇਟ ਸੈੱਟ ਕੀਤਾ ਹੁਣੇ ਰੀਸੈਂਟਲੀ ਬੇਸਿਕ ਕਿੰਨੇ ਇੰਡੀਅਨਸ ਦੀ ਐਂਟਰੀ ਕਰਾਉਣੀ ਹੈ ਜੀ ਬਾਏ ਦਾ ਇਅਰ 2030 ਸਟੂਡੈਂਟਸ ਕਿੰਨੇ ਇੰਡੀਅਨ ਸਟੂਡੈਂਟਸ ਨੂੰ ਅਸੀਂ ਐਂਟਰੀ ਦੇਣੀ ਹੈ ਫਰਾਂਸ ਨੇ ਡਿਸਾਈਡ ਕੀਤਾ ਹੈ ਬਾਏ 2030 ਥਿਸ ਇਜ਼ ਦਾ ਕੁਐਸਚਨ ਵੈਰੀ ਗੁੱਡ ਸ਼ਾਬਾਸ਼ ਬਹੁਤ ਵਧੀਆ ਜੀ। ਕੀ ਬਾਤ ਹੈ ਕੀ ਬਾਤ ਹੈ 50000 ਕਹਿ ਰਹੇ ਨੇ ਉਹੀ ਕਹਤਾ ਜੀ ਬਸ ਤੁਸੀਂ ਮੈਨੂੰ ਪਤਾ ਹੈ ਤੁੱਕੇ ਲੱਗ ਰਹੇ ਨੇ ਯਾਦ ਰੱਖ ਲਿਓ 30000 ਹੈ। 30000 ਜਵਾਖਾ ਨੂੰ ਫਰਾਂਸ ਨੇ ਐਂਟਰੀ ਦੇਣੀ ਹੈ ਪ੍ਰੈਜ਼ੀਡੈਂਟ ਐਮੈਨੂਅਲ ਮੈਕਰੋਨ ਨੇ ਬੱਚੇ ਇਹ ਫੈਸਲਾ ਲੇਤਾ ਹੈ ਬਾਏ ਦਾ ਇਅਰ 2030 ਯਾਦ ਰੱਖ ਲਿਓ ਫੈਕਟ ਹੈ ਇਹ 30000 ਸ਼ਾਬਾਸ਼। ਅਗਲੇ ਕੁਐਸਚਨ ਚਾਓ। ਆ ਬੜਾ ਸੋਹਣਾ ਕੁਐਸਚਨ ਹੈ ਬੱਚੇ ਤੁਹਾਨੂੰ ਪਤਾ ਹੈ ਵੀ ਆਪਣਾ ਇੱਕ ਮਿਸ਼ਨ ਸੀਗਾ ਇਸਰੋ ਦਾ ਜਿਹਦਾ ਨਾਮ ਸੀ ਅਦਿੱਤਿਆ L1। ਅਦਿੱਤਿਆ L1 ਅਦਿੱਤਿਆ ਲਗਰੇਜੀਨ ਪੁਆਇੰਟ 1 ਜਿਹੜਾ ਬੱਚੇ ਧਰਤੀ ਤੇ ਸੂਰਜ ਦੇ ਵਿਚਾਲੇ L1 ਪੁਆਇੰਟ ਤੇ ਜਾਣਾ ਸੀ ਕੁਐਸਚਨ ਇਹ ਪੁੱਛਿਆ ਗਿਆ ਵੀ L1 ਪੁਆਇੰਟ ਕਿੰਨੇ ਕਿਲੋਮੀਟਰ ਕਿੰਨੇ ਮਿਲੀਅਨ ਕਿਲੋਮੀਟਰ ਦੂਰ ਹੈ ਧਰਤੀ ਤੋਂ ਦੱਸੋ ਬਈ ਮਹੀ 1.5 ਆਲੂ 1.5 ਸ਼ਿਵਾਨੀ 1.5 1.8 ਕਹਿ ਰਹੀ ਹੈ ਕੋਮਲ ਓਕੇ ਕੋਮਲ ਠੀਕ ਹੈ ਦੇਖਦੇ ਹਾਂ ਤੁਹਾਡਾ ਸਹੀ ਹੁੰਦਾ ਕਿ ਨਹੀਂ ਸਾਰੇ <coughs> ਬੱਚੇ 1.5 ਕਰ ਰਹੇ ਨੇ ਅਮਨ ਸੈਣੀ ਨੇ ਇੱਕ ਨਵੀਂ ਸਕੀਮ ਪਾਤੀ 1.4 ਪਰ ਬੱਚੇ ਇਹਦਾ ਜਿਹੜਾ ਆਨਸਰ ਹੈ 1.5 1.5 ਮਿਲੀਅਨ ਕਿਲੋਮੀਟਰ ਯਾਨੀ ਕਿ 15 ਲੱਖ ਕਿਲੋਮੀਟਰ ਦੀ ਦੂਰੀ ਤੇ ਹੈ ਤੇ ਬੱਚੇ L1. ਦਾ ਮਕਸਦ ਹੈਗਾ ਕਿ ਆ ਬੱਚੇ ਮੈਂ ਤੁਹਾਨੂੰ ਦੱਸ ਦਿੰਨਾ ਜੇ ਆ ਸੰਨ ਹੈ ਜੇ ਆ ਤੁਹਾਡੀ ਅਰਥ ਹੈ ਇਹਨਾਂ ਦੋਨਾਂ ਦੀ ਆਪਣੀ ਆਪਣੀ ਗੁਰਤਾਕਰਸ਼ਣ ਹੈ ਹਨਾ ਜੀ ਇਹ ਆਪਣੇ ਵੱਲ ਖਿੱਚ ਰਿਹਾ ਹੈ ਇਹ ਆਪਣੇ ਵੱਲ ਖਿੱਚ ਰਿਹਾ ਹੈ 1.7 ਬੱਚੇ ਇੱਕ ਇਹ ਜਗਾ ਹੋਗਾ ਕਾਮਨ ਪੁਆਇੰਟ ਜਿੱਥੇ ਦੋਨਾਂ ਦੀ ਗੁਰਤਾਕਰਸ਼ਨ ਜਿਹੜੀ ਹੈ ਬੱਚੇ ਇਕੁਅਲ ਹੋ ਜਾਂਦੀ ਹੈ ਬਰਾਬਰ ਹੋ ਜਾਂਦੀ ਹੈ ਤੇ ਉੱਥੇ ਜੇ ਜਿਹੜਾ ਵੀ ਕੋਈ ਆਊਗਾ ਜੇ ਕੋਈ ਸੈਟਲਾਈਟ ਆਇਆ ਕੁਝ ਵੀ ਹੈ ਇੱਥੇ ਬੱਚੇ ਫਿਰ ਉਹ ਪਾਰਕ ਹੋ ਸਕਦਾ ਹੈ ਪਾਰਕ ਕਰ ਸਕਦੇ ਇਹਨੂੰ ਆਪਾਂ ਪਾਰਕ ਪਾਰਕਿੰਗ ਸਪਾਟ ਅਵੇਲੇਬਲ ਹੋ ਜਾਂਦੀ ਹੈ L1 ਪੁਆਇੰਟ ਤੇ ਐਵੇਂ ਦੇ ਬੱਚੇ 5 ਪੁਆਇੰਟ ਨੇ ਧਰਤੀ ਦੇ ਨੇੜੇ-ਤੇੜੇ L1 L2, L2 L3 L5 ਜੇਮਸ ਵੈਬ ਟੈਲੀਸਕੋਪ ਹੋ ਗਿਆ ਹੈ ਐਲਿਊਸਿਡ ਸਪੇਸ ਮਿਸ਼ਨ ਹੋਗੇ ਉਹ ਸਾਰੇ L2 ਤੇ ਨੇ ਧਰਤੀ ਦੇ ਪਰਲੇ ਪਾਸੇ ਯਾਦ ਰੱਖਿਓ ਇਸ ਗੱਲ ਨੂੰ ਠੀਕ ਹੈ ਜੀ ਸ਼ ਤੇਲ ਵੱਜ ਜਾਂਦਾ ਜੀ ਬਿਲਕੁਲ ਠੀਕ ਚਲੋ ਜੀ ਅਗਲਾ ਕੁਸ਼ਣ ਆ ਜਾਂਦਾ ਸਰਕਾਰ ਨੇ ਬੱਚੇ ਇੱਕ ਪਲਾਨ ਬਣਾਇਆ ਹੁਣ ਪਲਾਨ ਕੀਤਾ ਕਹਿੰਦੇ ਜਿਹੜੇ ਤੁਹਾਡੇ ਜਨ ਔਸ਼ਦੀ ਕੇਂਦਰ ਨਹੀਂ ਹੈਗੇ ਜਨ ਔਸ਼ਦੀ ਕੇਂਦਰਾ ਜਨ ਔਸ਼ਦੀ ਕੇਂਦਰਾ ਜਿੱਥੇ ਸਸਤੀਆਂ ਦਵਾਈਆਂ ਮਿਲਦੀਆਂ ਨੇ ਬੱਚੇ ਚੀਪ ਮੈਡੀਸਿਨਸ ਮਿਲਦੀਆਂ ਨੇ ਚੀਪ ਕੋਸਟ ਅਫੈਕਟਿਵ ਮੈਡੀਸਿਨਸ ਮਿਲਦੀਆਂ ਨੇ ਤੇ ਉਹਨਾਂ ਦਾ ਟਾਰਗੇਟ ਬਣਾਇਆ ਵੀ ਉਹਨਾਂ ਸ਼ਾਪਸ ਨੂੰ ਸੀ 25000 ਕਰ ਦੇਣਾ ਐਟ ਪ੍ਰੈਜ਼ੈਂਟ ਕਿੰਨੀਆਂ ਨੇ ਇਹ ਦੱਸਣਾ ਜੀ ਐਟ ਪ੍ਰੈਜ਼ੈਂਟ ਤੋਂ 25000 ਕਰਨੀਆਂ ਨੇ ਚੀਪ ਮੈਡੀਸਿਨ ਜਨਰਿਕ ਮੈਡੀਸਿਨ ਦਿੱਤੇ ਦੇਣੀਆਂ ਜਾਨੀ ਜਿੱਥੇ ਦਿੱਤੀਆਂ ਜਾਂਦੀਆਂ ਨੇ ਚੀਪ ਜਨਰਿਕ ਮੈਡੀਸਿਨਸ ਜਨ ਔਸ਼ਧੀ ਕੇਂਦਰਸ ਕਿੰਨੇ ਨੇ ਐਟ ਪ੍ਰੈਜ਼ੈਂਟ ਤੇ ਉਹਨੂੰ 25000 ਤੱਕ ਲੈ ਕੇ ਜਾਣਾ ਦਿਸ ਇਜ਼ ਦਾ ਯੂ نو ਟਾਰਗੇਟ ਯਾਦ ਹੈ ਨਾ ਹਾਂ ਵੈਰੀ ਗੁੱਡ ਆਲੂਸ ਮੋਸੇ ਉਹ ਜਿਹੜੀ ਤੁਹਾਡੀ ਜੀਓਗ੍ਰਾਫੀ ਮੈਂ ਕਰਾਈ ਹੈ ਨਾ ਤੁਹਾਨੂੰ ਉਥੇ ਦਾ ਤੁਸੀਂ ਪੀਸੀਐਸ ਲੈਵਲ ਨੂੰ ਵੀ ਟਾਰਗੇਟ ਕਰ ਸਕਦੇ ਹੋ ਜਿਹੜੀ ਤੁਹਾਡੇ ਪੇਡ ਕੋਰਸ ਦੇ ਵਿੱਚ ਏ ਟੂ ਜ਼ेड ਦੇ ਵਿੱਚ ਜਿਹੜੀ ਮੈਂ ਜੀਓਗ੍ਰਾਫੀ ਕਰਾਈ ਹੈ ਨਾ ਪੀਸੀਐਸ ਨੂੰ ਤੁਸੀਂ ਟਾਰਗੇਟ ਕਰ ਸਕਦੇ ਹੋ ਦੇ ਨਾਲ ਲੋ ਅਨਸਰ ਕੀ ਹੈ ਦਾ 12000 ਨਹੀਂ ਬੱਚੇ ਐਟ ਪ੍ਰੈਜ਼ੈਂਟ ਨੇ 10000 ਸੋ 10000 ਨੇ ਬੱਚੇ 10000 ਨੂੰ ਹੁਣ ਅਸੀਂ ਬਣਾ ਦੇਣਾ ਜੀ 25000 ਜਨ ਔਸ਼ਧੀ ਕੇਂਦਰਾਸ ਅਗਲਾ ਕੁਐਸਚਨ ਬੱਚੇ ਸਰਕਾਰ ਨੇ ਇੱਕ ਪ੍ਰੋਗਰਾਮ ਲਾਂਚ ਕੀਤਾ ਸੀ ਭਾਸ਼ਨੀ ਭਾਸ਼ਨੀ ਡਿਜੀਟਲ ਇੰਡੀਆ ਨੂੰ ਕਰਦੇ ਹੋਏ ਇੱਕ AI ਇਨੇਬਲਡ ਮਲਟੀ ਲੈਂਗੁਏਜ ਟ੍ਰਾਂਸਲੇਸ਼ਨ ਟੂਲ ਹੈ ਬੱਚੇ ਇਹ ਜਿਹੜਾ ਕਿ ਤੁਹਾਡੇ 22ਵੇਂ ਸ਼ੈਡਿਊਲ ਦੇ ਵਿੱਚ 8 ਲੈਂਗੁਏਜ ਦੇ ਵਿੱਚ ਦਿੱਤਾ ਜਾਊਗਾ ਜੀ ਹਨਾ ਜੀ 22 ਸ਼ੈਡਿਊਲ 8 ਲੈਂਗੁਏਜ ਦੇ ਵਿੱਚ ਹਾਊ ਮੈਨੀ ਲੈਂਗੁਏਜ ਆਰ ਕੰਰੈਂਟਲੀ ਅਵੇਲੇਬਲ ਇਨ ਭਾਸ਼ਨੀ 22 ਲੈਂਗੁਏਜਸ ਦੇ ਵਿੱਚ ਇਹਨੂੰ ਕੀਤਾ ਜਾਣਾ ਤੇ ਐਟ ਪ੍ਰੈਜ਼ੈਂਟ ਕਿੰਨੀਆਂ ਭਾਸ਼ਾਵਾਂ ਦੇ ਵਿੱਚ ਇਹਨੂੰ ਜਿਹੜਾ ਹੈ ਲਾਂਚ ਕੀਤਾ ਗਿਆ ਜੀ ਭਾਸ਼ਨੀ ਪ੍ਰੋਗਰਾਮ ਜਿਹੜਾ ਕਿ ਮਲਟੀ ਲੈਂਗੁਏਜ ਟ੍ਰਾਂਸਲੇਸ਼ਨ ਟੂਲ ਹੋਊਗਾ ਜੀ 10 12 8 ਜਾਂ ਫਿਰ 6 ਲਓ ਵੀ ਆਨਸਰ ਇਹਦਾ 8 6 ਰਣਵੀਰ ਜਗਮੀਤ ਕਹਿੰਦਾ 8 ਜਿਆਦਾਤਰ ਬੱਚੇ 6 ਕਹਿ ਰਹੇ ਨੇ ਤੇ 8 ਕਹਿ ਰਹੇ ਨੇ ਤੇ ਆਨਸਰ ਬੱਚੇ ਤੁਹਾਡਾ ਹੈਗਾ ਜੀ 10 10 ਭਾਸ਼ਾਵਾਂ ਦੇ ਵਿੱਚ ਇਹਨੂੰ ਫਿਲਹਾਲ ਦੇ ਵਿੱਚ ਐਡ ਕੀਤਾ ਗਿਆ ਆ ਲਾਂਚ ਕੀਤਾ ਗਿਆ ਤੇ ਇਹਨੂੰ 22 ਲੈਂਗੁਏਜ ਦੇ ਵਿੱਚ ਜਿਹੜੀਆਂ ਤੁਹਾਡੇ 8ਵੇਂ ਸ਼ੈਡਿਊਲ ਦੇ ਵਿੱਚ ਲਿਖੀਆਂ ਹੋਈਆਂ ਨੇ ਨਾ 22 ਲੈਂਗੁਏਜ ਉਹਨਾਂ ਦੇ ਵਿੱਚ ਇਹਨੂੰ ਜਿਹੜਾ ਹੈ 22 ਦੇ 22 ਦੇ ਵਿੱਚ ਇਹਨੂੰ ਅੱਗੇ ਜਾ ਕੇ ਕਰਨਾ ਸੋ ਥਿਸ ਇਜ਼ ਦਾ ਕੁਐਸਚਨ 8 ਲੈਂਗੁਏਜ ਜਿਹੜੀਆਂ ਨੇ ਬੱਚਾ ਲਿਖੇ ਨੇ ਓਵਰ ਆਲ ਇਹਦੀ ਇਨਫੋਰਮੇਸ਼ਨ ਦਿੱਤੀ ਹੋਈ ਹੈ ਆ ਜੋ ਅਗਲੇ ਕੁਐਸਚਨ ਤੇ ਬੱਚੇ ਅੰਡਰ 20 ਵਰਲਡ ਚੈਂਪੀਅਨਸ਼ਿਪ ਰੈਸਲਿੰਗ ਦਾ ਇਹ ਚੈਂਪੀਅਨਸ਼ਿਪ ਸੀਗੀ ਤੇ ਬੱਚੇ ਇੱਥੇ ਸਾਡਾ ਮੋਹਿਤ ਕੁਮਾਰ ਬਣ ਚੁੱਕਿਆ ਹੈ वर्ल्ड ਟਾਈਟਲ वर्ल्ड ਟਾਈਟਲ ਜਿੱਤ ਗਿਆ ਜੀ ਇਹ ਅਮਿਤ ਕੁਮਾਰ ਮੋਹਿਤ ਕੁਮਾਰ ਸੌਰੀ ਫ੍ਰੀ ਸਟਾਈਲ ਕੈਟਿਗਰੀ ਦੇ ਵਿੱਚ ਤੇ ਇਹਨੇ ਹਰਾਇਆ ਸੀ ਐਲਡਰ ਅਖਮੋਦੀ ਦੂਨੋ ਅਖਮਾ ਦੂਦੀਨੋਵ ਨੂੰ ਹਰਾਇਆ ਸੀ ਤੇ ਕਿਹੜੀ ਕੰਟਰੀ ਤੋਂ ਬਿਲੋਂਗ ਕਰਦਾ ਥਿਸ ਇਜ਼ ਦਾ ਕੁਐਸਚਨ ਜਿਨ੍ਹਾਂ ਨੇ T14 ਟੈਂਕ ਬਣਾਇਆ ਸੀ ਲੈ ਲਾ ਦਿਓ ਆਨਸਰ ਵੈਰੀ ਗੁੱਡ ਜੀ ਨੀਦਰਲੈਂਡ ਹੀ ਹੈਗਾ ਆਨਸਰ ਹੈ ਜੀ ਥੋੜਾ ਰਸ਼ੀਆ ਸੋ ਰਸ਼ੀਆ ਦੇ ਬੰਦੇ ਨੂੰ ਹਰਾਇਆ ਸੀ ਇਹਨੇ ਜੀ ਮੋਹਿਤ ਕੁਮਾਰ ਨੇ ਅੰਡਰ 20 ਵਰਲਡ ਚੈਂਪੀਅਨ ਬਣ ਗਿਆ ਜੀ ਯਾਦ ਰੱਖ ਲਓ ਜੀ ਅੰਡਰ 20 ਵਰਲਡ ਚੈਂਪੀਅਨ ਬਣ ਚੁੱਕਿਆ ਜੀ ਇਹ ਲੋ ਜੀ ਮੇਰੇ ਵੀਰੋ ਅਗਲਾ ਕੁਐਸਚਨ ਆ ਜਾਂਦਾ ਜੀ ਬੱਚੇ ਬੈਨ ਸਟੋਕ ਤੁਹਾਨੂੰ ਪਤਾ ਹੈ ਬੈਨ ਸਟੋਕਸ ਰੀਸੈਂਟ ਦੇ ਵਿੱਚ ਇਹਨੇ ਬੱਚੇ 600 ਵਿਕਟਾਂ ਹਾਸਿਲ ਕੀਤੀਆਂ ਸੀਗੀਆਂ 600 ਵਿਕਟਾਂ ਆਪਣੇ ਕਰੀਅਰ ਦੀਆਂ ਹੁਣ ਇਹ ਦੂਜਾ ਬਾਦ ਇਹਨੇ ਕਹਿਤਾ ਸੀ ਵੀ ਮੈਂ ਤਾਂ ਹੁਣ ਖੇਡਦਾ ਨਹੀਂ ਆਪਾਂ ਰਿਟਾਇਰਮੈਂਟ ਲੈ ਰਹੇ ਹਾਂ ਕਿਹੜੀ ਕੰਟ ਸੈਕਿੰਡ ਪੇਸ ਬੋਲਰ ਬਣ ਗਿਆ ਸੀ ਜਿਨੇ 600 ਵਿਕਟਸ ਲੈਂਤੀਆਂ ਸੀ ਕਿਹੜੀ ਕੰਟਰੀ ਤੋਂ ਬਿਲੋਂਗ ਕਰਦਾ ਦਿਸ ਇਜ਼ ਦਾ ਕੁਐਸਚਨ ਥੈਂਕ ਯੂ ਮੁਸਕਾਨ ਯਾਰ ਫਿਰ ਮੇਰਾ ਨਾਮ ਹੀ ਨਹੀਂ ਪਤਾ ਯਾਰ ਦਵਿੰਦਰ ਸਿੱਧੂ ਆ ਥੋੜੇ ਵੀਰ ਦਾ ਨਾਮ ਦਵਿੰਦਰ ਸਿੱਧੂ ਇਸ ਦਾ ਨੇਮ ਠੀਕ ਹੈ ਜੀ ਸਾਡਾ ਸ਼ੋਅ ਚੱਲਦਾ ਸਿੱਧੂ ਦਾ ਸ਼ੋਅ 9am ਨਾਮ ਤਾਂ ਮੈਂ ਹਰ ਰੋਜ਼ ਬੋਲਦਾ ਆਪਣਾ ਕਮਾਲ ਕਰਤੀ ਹੈ ਲੋ ਮੇਰੇ ਵੀਰੋ ਸੋ ਇਹ ਕਿਹੜੀ ਕੰਟਰੀ ਤੋਂ ਬਿਲੋਂਗ ਕਰਦਾ ਜੀ ਇੰਗਲੈਂਡ ਇਸ ਦਾ ਕਰੈਕਟ ਆਪਸ਼ਨ ਜੀ ਇੰਗਲੈਂਡ ਤੋਂ ਇਹ ਕਰਦਾ ਬਿਲੋਂਗ ਬੱਚੇ ਸੈਕੰਡ ਪੇਸਰ ਬਣ ਚੁੱਕਿਆ ਸੀ ਬੱਚੇ ਜੀ ਨੇ ਇਹ 600 ਵਿਕਟਾਂ ਹਾਸਿਲ ਕੀਤੀਆਂ ਸੀ ਇਹ ਪਹਿਲਾ ਪੇਸਰ ਕਿਹੜਾ ਪੇਸ ਗੇਂਦਬਾਜ਼ ਯਾਨੀ ਕਿ ਤੇਜ਼ ਗੇਂਦਬਾਜ਼ ਜੀ ਨੇ 600 ਵਿਕਟਾਂ ਹਾਸਿਲ ਕੀਤੀਆਂ ਸੀ ਇੰਗਲੈਂਡ ਦਾ ਹੀ ਉਹ ਬੋਲਰ ਹੈ ਤੁਹਾਡੇ ਲਈ ਕੁਐਸਚਨ ਹੈ ਜੀ ਦੱਸਿਓ ਮੜਾ ਜੀ ਦਵਿੰਦਰਪਾਲ ਸਿੰਘ ਸਿੱਧੂ ਆ ਰੀਤ ਬਿਲਕੁਲ ਠੀਕ ਹੈ ਗੱਲਬਾਤ ਤੁਹਾਡੀ ਜੇਮਸ ਐਂਡਰਸਨ ਵੈਰੀ ਗੁੱਡ ਜੀ ਜੇਮਸ ਐਂਡਰਸਨ ਇੰਗਲੈਂਡ ਦਾ ਇਹ ਪਲੇਅਰ ਹੈ ਜਿਨੇ ਪਹਿਲੀ ਵਾਰ ਫਾਸਟ ਬੋਲਰ ਸੀ ਜਿਨੇ ਬੱਚੇ 600 ਵਿਕਟਾਂ ਹਾਸਿਲ ਕੀਤੀਆਂ ਸੀ ਉਸ ਤੋਂ ਬਾਅਦ ਬੈਨ ਸਟੋਕ ਸੀਗਾ ਯਾਦ ਰੱਖ ਲਿਓ ਉਸ ਗੱਲ ਨੂੰ ਵੈਰੀ ਗੁੱਡ ਸ਼ਾਬਾਸ਼ ਅਗਲੇ ਕੁਐਸਚਨ ਚ ਆ ਜੂਗੀ ਹੁ ਲੈ ਇੰਡੀਆ ਦਾ ਪਹਿਲਾ 3D ਪ੍ਰਿੰਟਡ ਪੋਸਟ ਆਫਿਸ ਇਹਦਾ ਪਤਾ ਨਹੀਂ ਮੈਂ ਕਰੋੜਾਂ ਵਾਰ ਦੱਸਦਾ ਹਾਂ ਡੇਲੀ ਕਰੰਟ ਅਫੇਅਰ ਦੋ ਮੈਂ ਕਰੋੜਾਂ ਵਾਰ ਦੱਸੀ ਹੋਈ ਹੈ ਗੱਲ ਇਹ ਕਰੋੜਾਂ ਵਾਰ ਸੈਂਗਲ ਹਿਮਾਂਸ਼ੂ ਸਟੂਅਰਟ ਬਰਾਡ ਹੈ ਨਾ 600 ਵਿਕਟਾ ਵਾਲਾ ਓਏ ਹਾਂ ਓਏ ਕਿਤੇ ਆਪਾਂ ਟੇਡਾ ਤਾਂ ਨਹੀਂ ਕੰਮ ਕਰਤਾ ਚਲ ਕੋਈ ਨਹੀਂ ਮੈਂ ਕਰੈਕਟ ਕਰਦਾ 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 ਕੋਈ ਨਹੀਂ ਸੋਨੀ ਤਾਲੀਵਾਲ ਕਹਿੰਦਾ ਵੀ ਉਹ ਠੀਕ ਹੈ ਜੀ ਸੋ ਬੈਂਗਲੁਰੂ ਇਸ ਦਾ ਕਰੈਕਟ ਆਪਸ਼ਨ ਬੈਂਗਲੁਰੂ ਇਸ ਦਾ ਕਰੈਕਟ ਆਪਸ਼ਨ ਬੈਨ ਸਟੋਕਸ ਯਾਰ ਬੈਨ ਸਟੋਕਸ ਠੀਕ ਹੈ ਮੇ ਤਾਂ ਥੋੜੀ ਜਿਹੀ ਗਲਤੀ ਹੋ ਗਈ ਸੀ ਬੱਚਿਓ ਇੱਥੇ ਬੈਨ ਸਟੋਕਸ ਇੰਗਲੈਂਡ ਦਾ ਹੀ ਪਲੇਅਰ ਹੈ ਤੇ ਜਿਹਨੇ 600 ਵਿਕਟਾ ਲੈਤੀਆਂ ਸੀ ਨਾ ਉਹਦਾ ਨਾਮ ਸਟੂਅਰਟ ਬਰਾਡ ਸੀ ਯਾਰ ਸੌਰੀ ਯਾਰ ਸੌਰੀ ਸਟੂਅਰਟ ਬਰਾਡ ਸਟੂਅਰਟ ਬਰਾਡ ਸੀ ਸੈਕੰਡ ਬੋਲਰ ਇੰਗਲੈਂਡ ਦਾ ਜਿਹਨੇ 600 ਵਿਕਟਸ ਲੈਤੀਆਂ ਸੀ ਪਹਿਲਾ ਕਿਹੜਾ ਸੀ ਜੇਮਸ ਐਂਡਰਸਨ ਜੇ ਬੈਨ ਸਟੋਕਸ ਤਾਂ ਆਪਣੇ ਵਾਲਾ ਸੀ ਇਹ ਵੀ ਮਲੇ ਇੰਗਲੈਂਡ ਦਾ ਹੀ ਹੈ ਵੈਸੇ ਜੇਮਸ ਐਂਡਰਸਨ ਪਹਿਲਾ ਬੋਲਰ ਸੀ ਉਹ ਸਟੂਅਰਟ ਬਰਾਡ ਸੀ ਸੌਰੀ ਯਾਰ ਸਟੂਅਰਟ ਬਰਾਡ ਹੋਈ ਸੀ ਨੂੰ 6 ਚੱਕੇ ਮਾਰੇ ਸੀ ਆਪਣੇ ਨੇ ਉਹਨੇ ਕੀ ਨਾਮ ਉਹਦਾ ਬਣਾ ਯੁਵਰਾਜ ਲਓ ਜੀ ਆਜੋ ਵੀ ਸਾਰੇ ਇੰਗਲੈਂਡ ਦੇ ਨੇ ਆਟੋਮੈਟਿਕ ਮਿਸਤਰੀ ਹੈ ਜੀ ਇਹ 3D ਪ੍ਰਿੰਟਡ 3D ਪ੍ਰਿੰਟਡ ਟੈਕਨੋਲੋਜੀ ਨਾਲ ਬਣਾਇਆ ਗਿਆ ਜੀ ਇਹ ਯਸਤੇ ਕਪੜੇ ਪ੍ਰੈਸ ਤੇ ਦੁਨੀਆ ਦਾ ਪਹਿਲਾ 3D ਪ੍ਰਿੰਟਡ ਟੈਂਪਲ ਬਣਾਇਆ ਗਿਆ ਕਿਹੜੇ ਰਾਜ ਦੇ ਵਿੱਚ ਤੁਹਾਡੇ ਲਈ ਕੁਐਸਚਨ 3D ਪ੍ਰਿੰਟਡ ਟੈਂਪਲ ਕਿਹੜੀ ਸਟੇਟ ਦੇ ਵਿੱਚ ਬਣਾਇਆ ਗਿਆ ਇਹ ਤੁਹਾਡੇ ਲਈ ਕੁਐਸਚਨ ਹੈ ਸ਼ਾਬਾਸ਼ ਬਹੁਤ ਵਧੀਆ ਆਨਸਰ ਕੀਤਾ ਤੇਲੰਗਨਾ ਇੱਕ ਹੋਰ ਕੁਐਸਚਨ ਪੁੱਛੂਗਾ ਤੁਹਾਡੇ ਤੋਂ ਦੁਨੀਆ ਦਾ ਪਹਿਲੀ ਕੰਟਰੀ ਜਿਨੇ 3D ਪ੍ਰਿੰਟਡ ਅਲॉयਸ ਇੰਟਰੋਡਿਊਸ ਕੀਤੇ ਨੇ ਅਲੌਏ ਇੰਟਰਡਿਊਸ ਕਿਤਨੇ 3D ਪ੍ਰਿੰਟਡ ਕਹਿੰਦੇ ਤੁਹਾਨੂੰ ਐਲੂਮੀਨੀਅਮ ਤੇ ਵੈਨੇਡੀਅਮ ਦੀ ਲੋਡ ਨਹੀਂ 3D ਪ੍ਰਿੰਟਡ ਟੈਕਨੋਲੋਜੀ ਨਾਲ ਅਲੌਏ ਬਣਾਉਂਗਾ ਬਣਾਵਾਂਗੇ ਕਿਹੜੀ ਕੰਟਰੀ ਆ ਉਹ ਯਾਦ ਕਰਵਾਇਆ ਹੋ ਤੁਹਾਨੂੰ ਮੈਂ ਸੀਮ ਤੁਲੰਘਣਾ નિર્ਮਾਂਤ ਰੈਡੀ ਬਿਲਕੁਲ ਜੀ ਇੰਡੀਆ ਨਹੀਂ ਹੈਗਾ ਉਹ ਆਸਟ੍ਰੇਲੀਆ ਪ੍ਰਿੰਸ ਕੀ ਬਾਤ ਹੈ ਆਸਟ੍ਰੇਲੀਆ ਆਸਟ੍ਰੇਲੀਆ ਨੇ ਬਣਾਏ ਨੇ 3D ਪ੍ਰਿੰਟਡ ਅਲੌਇਸ ਯਾਦ ਰੱਖ ਲਿਓ ਇਸ ਗੱਲ ਨੂੰ ਬਲੈਕ ਹੱਟ ਲਓ ਜੀ ਅਗਲਾ ਕੁਐਸਚਨ ਆ ਗਿਆ ਵੈਰੀ ਗੁੱਡ ਜੀ ਅਗਲਾ ਕੁਐਸਚਨ ਤਾਂ ਮੈਂ ਕੀ ਲਾਇਆ ਬੈਂਗਲੂਰੂ ਹੀ ਲਾਇਆ 3D ਪ੍ਰਿੰਟਡ ਪੋਸਟ ਆਫਿਸ ਬੈਂਗਲੂਰੂ ਦੇ ਵਿੱਚ ਹੀ ਹੈ ਅਗਲਾ ਕੁਐਸਚਨ ਆ ਗਿਆ ਕਹਿੰਦਾ ਜੀ ਇਨ ਨੇਸ਼ਨ ਦਾ ਸਟੈਲਥ ਬੈਟਲਸ਼ਿਪ ਆਈ ਐਨ ਐਸ ਵਿੰਦਿਆਗਰੀ ਇਹ ਲਾਂਚ ਕੀਤਾ ਗਿਆ ਜੀ ਹੁਗਲੀ ਰਿਵਰ ਦੇ ਵਿੱਚ ਪ੍ਰੈਜ਼ੀਡੈਂਟ ਮੁਰਮੂ ਜੀ ਦੁਆਰਾ ਕਿਹੜੀ ਸਟੇਟ ਦੇ ਵਿੱਚ ਦੀ ਨਿਕਲਦੀ ਹੈ ਜੀ ਹੁਗਲੀ ਰਿਵਰ ਦਿਸ ਇਜ਼ ਦਾ ਕੁਐਸਚਨ ਹੁਗਲੀ ਰਿਵਰ ਕਿਹੜੀ ਸਟੇਟ ਦੇ ਵਿੱਚ ਦੀ ਨਿਕਲਦੀ ਹੈ ਜੀ ਕਰਨਾਟਕਾ West Bengal New Delhi ਜਾਂ ਫਿਰ UP ਦਿਸ ਇਜ਼ ਦਾ ਕੁਐਸਚਨ ਚੱਕ ਦੋ ਫੱਟੇ ਬੱਚੇ ਅੱਜ ਤੁਸੀਂ ਨਾ ਲਾਈਕ ਨਹੀਂ ਕਰ ਰਹੇ ਮੇਰਾ ਖੂਨ ਪੀ ਰਹੇ ਹੋ ਤੁਸੀਂ ਬਹੁਤ ਜ਼ਿਆਦਾ ਲਾਈਕ ਕਰ ਦਿਓ ਸੈਸ਼ਨ ਨੂੰ ਬੱਚਿਓ ਫਟਾਫਟ ਬਰਾਬਰ ਕਰੋ ਬਰਾਬਰ ਵਿਵੇਕ 나ਗਪਾਲ ਵੈਰੀ ਗੁੱਡ ਆਨਸਰ ਕੀਤਾ ਮਮਤਾ ਦੀਦੀ ਦੀ ਸਟੇਟ ਯਾਨੀ ਕਿ ਵੈਸਟ ਬੰਗਾਲ ਵੈਸਟ ਬੰਗਾਲ ਇਸ ਦਾ ਸਟੇਟ ਬੱਚਿਓ ਜਿੱਥੇ ਥੋੜੀ ਆਈਐਨਐਸ ਵਿੰਦਿਆਗਰੀ ਕੀਤਾ ਗਿਆ ਸੀ ਲਾਂਚ ਤੇ ਇਹ ਹੁਗਲੀ ਰਿਵਰ ਚ ਕੀਤਾ ਗਿਆ ਸੀ ਪ੍ਰੋਜੈਕਟ 17ਏ ਦੇ ਅੰਡਰ ਇਹਨੂੰ ਕੀਤਾ ਗਿਆ ਸੀ ਲਾਂਚ ਅਗਲਾ ਕੁਐਸਚਨ ਉਦੋਂ ਵੀ ਘੈਂਟ ਬੱਚੇ ਬਾਰਡਰ ਰੋਡ ਆਰਗੇਨਾਈਜੇਸ਼ਨ ਨੇ ਦੁਨੀਆ ਦਾ ਹਾਈਐਸਟ ਮੋਟਰੇਬਲ ਰੋਡ ਬਣਾਇਆ ਹੈ ਜੀ ਕਿੰਨੇ ਫੀਟ ਦੀ ਉਚਾਈ ਤੇ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਜੇ ਫਿਲਹਾਲ ਸਭ ਤੋਂ ਪਹਿਲਾਂ ਥੋੜਾ ਸੀਗਾ ਉਮਲਿੰਗ ਪਾਸ ਉਮਲਿੰਗ ਪਾਸ ਜਿਹੜਾ ਥੋੜਾ ਅੱਜ ਦੀ ਡੇਟ ਵਿੱਚ ਸਭ ਤੋਂ ਜ਼ਿਆਦਾ ਹਾਈਐਸਟ ਮੋਟੇਰੇਬਲ ਰੋਡ ਹੈ 19100 ਫੀਟ ਤੇ ਇਦੋਂ ਵੀ ਉੱਪਰ ਇਹਨਾਂ ਨੇ ਬਣਾਤਾ ਜੀ ਹੁਣ ਲਿਕਾਰੂ ਮਿਗਲਾ ਫੁਕਚੇ ਰੋਡ ਕਿੰਨੀ ਹਾਈਟ ਆ ਉਹਦੀ ਲਿਕਾਰੂ ਮਿਗਲਾ ਫੁਕਚੇ ਰੋਡ ਇਹ ਕਿੰਨੀ ਹਾਈਟ ਤੇ ਬਣਾਇਆ ਗਿਆ ਦਿਸ ਇਜ਼ ਦਾ ਕੁਐਸਚਨ ਬੱਚੇ ਉਮਲਿੰਗ ਪਾਸ ਤੋਂ ਵੀ ਉੱਪਰ ਦਾ ਮੋਟੇਰੇਬਲ ਰੋਡ ਬਣਾਉਣਾ ਬਾਰਡ ਰੋਡ ਆਰਗੇਨਾਈਜੇਸ਼ਨ ਨੇ ਦੱਸੋ ਬਈ थैंक यू मुस्कान सिदाना जी थैंक यू सो मच फॉर लाइकिंग वेरी गुड क्या बात है जी क्या बात है वेरी गुड आंसर है जी उन्नी हज़ार चार सौ फीट उन्नीस हज़ार चार सौ फीट की ऊंचाई ते बनाया गया जी ये लिकारू मिगला फुकचे रोड बॉर्डर रोड ने अच्छा बॉर्डर रोड ऑर्गनाइजेशन ने रिवाइज करवा रहे हैं नवा चीफ कौन नवा चीफ ऑफ बॉर्डर रोड ऑर्गनाइजेशन फटाफट लाओ थैंक यू रमन ਕਿਆ ਬਾਤ ਹੈ ਬੀਨੂ ਮੁਸਕਾਨ ਵੈਰੀ ਗੁੱਡ ਮਹੀਪ ਰਘੂ ਸ਼੍ਰੀ ਨਿਵਾਸਨ ਰਘੂ ਸ਼੍ਰੀ ਨਿਵਾਸਨ ਹੈ ਜੀ ਯਾਦ ਰੱਖ ਲਿਓ ਬਾਰਡਰ ਰੋਡ ਆਰਗੇਨਾਈਜੇਸ਼ਨ ਦੇ ਨਵੇਂ ਚੀਫ ਅਗਲਾ ਕੁਐਸਚਨ ਕਹਿੰਦਾ ਪ੍ਰਿਆ ਮਲਿਕ ਰੀਸੈਂਟਲੀ ਨਿਊਜ਼ ਵਿੱਚ ਸੀਗੇ ਬਹੁਤ ਜ਼ਬਰਦਸਤ ਕਿਹੜੀ ਸਪੋਰਟ ਤੋਂ ਬਿਲੋਂਗ ਕਰਦੇ ਨੇ ਅੰਡਰ 20 ਉਸ ਸਪੋਰਟ ਦੇ ਵਿੱਚ ਵਿੱਚ ਇਹ ਵਰਲਡ ਟਾਈਟਲ ਜਿੱਤ ਲਿਆ ਸੀ ਇਹਨਾਂ ਨੇ ਪ੍ਰਿਆ ਮਲਿਕ ਜੀ ਸਕੁਐਸ਼ ਬੈਡਮਿੰਟਨ ਰੈਸਲਿੰਗ ਜਾਂ ਫਿਰ ਬਾਕਸਿੰਗ ਲਓ ਵੀ ਆਨਸਰ under 20 क्या बात है जी क्या बात है शाबाश अमन मनदीप हिमांशु इंद्र समोसा अमनदीप पवन जसप्रीत शिवानी सारे मेरे प्यारे विद्यार्थी यस करा रहे ने पूरी अंडर 20 रेसलिंग चैंपियनशिप बन चुके ने रेसलिंग दे चैंपियन बन चुके ने जी प्रिया मलिक जी याद रख लियो सेकंड ओनली सेकंड वुमेन टू अचीव दिस अवार्ड याद रखियो जी प्रिया बिकम द सेकंड वुमेन रेसलर टू क्राउन द अंडर 20 वर्ल्ड चैंपियन पहले केड़े सी अंतिम फंगल ਫਸਟ ਵੂਮਨ ਸੀ ਜਿਨ੍ਹਾਂ ਨੇ ਇਹ ਜਿੱਤਿਆ ਸੀ ਲਓ ਜੀ ਵੀਰੋ ਨੈਕਸਟ ਕੁਐਸਚਨ ਜਾਰਡਨ ਦੇ ਵਿੱਚ ਹੋਈ ਸੀ ਇਹ ਅਗਲਾ ਕੁਐਸਚਨ ਬੱਚੇ 20 ਅਗਸਤ ਨੂੰ ਮਨਾਇਆ ਜਾਂਦਾ ਹੈ ਜੀ ਸਦਭਾਵਨਾ ਦਿਵਸ ਕਿ ਦੀ ਬਰਥ ਐਨੀਵਰਸਰੀ ਦੇ ਮੌਕੇ ਤੇ ਮਨਾਇਆ ਜਾਂਦਾ ਹੈ ਇਹ ਸਦਭਾਵਨਾ ਦਿਵਸ ਉਹਨਾਂ ਦੀ ਐਸੈਸੀਨੇਸ਼ਨ ਹੋ ਗਈ ਸੀ ਬੱਚਿਓ ਤਾਮਿਲ ਦੇ ਫਾਈਟਰਸ ਨੇ ਉਹਨਾਂ ਦੀ ਐਸੈਸੀਨੇਸ਼ਨ ਕੀਤੀ ਸੀਗੀ ਹੁਣ ਦੱਸ ਦਿਓ ਜੀ ਵੈਰੀ ਗੁੱਡ 인ਦਰ ਗੱਲਬਾਤ ਪੂਰੀ ਲਰਨ ਕੋਡ ਵਿਦ ਅਨਮੋਲ ਵੈਰੀ ਗੁੱਡ ਆਨਸਰ ਹੈ ਜੀ ਰਾਜੀਵ ਗਾਂਧੀ ਸੋ ਰਾਜੀਵ ਗਾਂਧੀ ਜੀ ਦੇ ਬਰਥ ਐਨੀਵਰਸਰੀ ਦੇ ਮੌਕੇ ਤੇ ਮਨਾਇਆ ਜਾਂਦਾ ਹੈ ਸਦ ਭਾਵਨਾ ਦਿਵਸ ਯਾਦ ਰੱਖ ਲਿਓ ਅਗਸਤ 2 ਨੂੰ ਅਗਲਾ ਕੁਐਸਚਨ ਆ ਗਿਆ ਜੀ ਬੱਚੇ ਕਿਹੜੀ ਕੰਟਰੀ ਨੇ ਹੋਸਟ ਕੀਤਾ ਸੀ ਏਸ਼ੀਅਨ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਜਿਦੇ ਵਿੱਚ ਇੰਡੀਆ ਦੀ ਅਨਾਹਤ ਸਿੰਘ ਨੇ 골ਡ ਮੈਡਲ ਜਿੱਤਿਆ ਸੀ ਸੋ ਥਿਸ ਇਜ਼ ਦਾ ਕੁਐਸਚਨ ਰਸ਼ੀਆ ਅਜ਼ਰਬਾਈਜਾਨ ਚਾਈਨਾ ਜਾਂ ਫਿਰ ਪੋਲੈਂਡ ਅੰਡਰ 17 ਕੈਟਾਗਰੀ ਦੇ ਵਿੱਚ 골ਡਮੈਂਡ ਜਿੱਤੇ ਅਨਾਹਤ ਸਿੰਘ ਨੇ ਏਸ਼ੀਅਨ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਦੇ ਵਿੱਚ ਕੀਨੇ ਕੀਤਾ ਸੀ ਹੋਸਟ ਜੇ ਤੁਹਾਨੂੰ ਇੱਕ ਹਿੰਟ ਚਾਹੀਦਾ ਤੁਹਾਨੂੰ ਦੱਸ ਦਿੰਨਾ ਉਸ ਕੰਟਰੀ ਨੇ ਬੱਚੇ ਰੀਸੈਂਟ ਟਾਈਮ ਦੇ ਵਿੱਚ ਦੁਨੀਆ ਦਾ ਪਹਿਲਾ 4th ਜਨਰੇਸ਼ਨ ਐਟੋਮਿਕ ਪਾਵਰ ਪਲਾਂਟ ਖੋਲ੍ਹਿਆ ਜਿਹੜਾ ਕਿ ਰੇਡੀਏਸ਼ਨ ਨੂੰ ਕੰਟਰੋਲ ਕਰਨ ਵਾਸਤੇ ਪਾਣੀ ਨਹੀਂ ਯੂਜ਼ ਕਰੂਗਾ ਗੈਸ ਯੂਜ਼ ਕਰੂਗਾ ਸ਼ਿਦਾਓ ਬੇ ਨਿਊਕਲੀਅਰ ਰੀਐਕਟਰ ਲਓ ਜੀ ਆਨਸਰ ਹੁਣ ਪੋਲੈਂਡ ਨਹੀਂ ਹੈਗਾ ਬੱਚਿਓ ਚਾਈਨਾ ਇਸ ਦਾ ਕਰੈਕਟ ਆਪਸ਼ਨ ਬੱਚੇ ਚਾਈਨਾ ਦੇ ਵਿੱਚ ਹੋਇਆ ਸੀ ਜਿੱਥੇ ਅਨਾਹਤ ਸਿੰਘ ਜੀ ਬਣ ਚੁੱਕੇ ਨੇ ਵਰਲਡ ਸਕੁਐਸ਼ ਚੈਂਪੀਅਨਸ਼ਿਪ ਤੇ ਟਾਈਟਲ ਜੂਨੀਅਰ ਦੇ ਵਿੱਚ ਜੇ ਗੱਲ ਕੀਤੀ ਜਾਵੇ ਵਰਲਡ ਸਕੁਐਸ਼ ਚੈਂਪੀਅਨਸ਼ਿਪ ਦੀ ਮਤਲਬ ਮੈਂਸਾਲੀ ਇਹਨੂੰ ਹੋਸਟ ਕੀਤਾ ਸੀ ਇੰਡੀਆ ਨੇ ਆ ਰੀਸੈਂਟ ਟਾਈਮ ਦੇ ਵਿੱਚ ਤੇ ਉੱਥੇ ਕੰਟਰੀ ਕਿਹੜੀ ਜਿੱਤੀ ਸੀ ਕੰਟਰੀ ਕਿਹੜੀ ਨੇ ਜਿੱਤੀ ਸੀ ਵਰਲਡ ਸਕੁਐਸ਼ ਚੈਂਪੀਅਨਸ਼ਿਪ ਉਹੀ ਕੰਟਰੀ ਹੈ ਉਹੀ ਜਿੱਥੋਂ ਦੇ ਪ੍ਰਾਈਮ ਮਿਨਿਸਟਰ ਨੇ मिलोनी जी ਨਹੀਂ ਚਾਇਨਾ ਨਹੀਂ ਹੈਗਾ ਮਿਲੋਨੀ ਉੱਥੇ ਦੇ ਨੇ ਏਜੀਪਟ ਨੇ ਜਿੱਤਿਆ ਸੀ ਏਜੀਪਟ ਨੇ ਜਿੱਤਿਆ ਸੀ ਵਰਲਡ ਸਕੁਐਸ਼ ਚੈਂਪੀਅਨਸ਼ਿਪ ਯਾਦ ਰੱਖ ਲਿਓ ਠੀਕ ਹੈ ਜੀ ਲਓ ਜੀ ਅਗਲਾ ਕੁਐਸਚਨ ਲੋ ਵੀਰੋ ਅਮਰੀਕਾ ਦਾ ਬੱਚੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਹੈ ਨਾ ਉਹਨਾਂ ਨੇ ਬੱਚੇ ਪਹਿਲੀ ਇੱਕ ਵੈਕਸੀਨ ਨੂੰ ਅਪਰੂਵਲ ਦਿੱਤੀ ਹੈ ਆਰਐਸਵੀ ਰੈਸਪੀਰੇਟਰੀ ਸਿੰਗਟਲ ਵਾਇਰਸ ਵੈਕਸੀਨ ਉਹ ਬੱਚੇ ਊਮਨਸ ਯੂਜ਼ ਕਰਨੀਆਂ ਏ ਡਿਊਰਿੰਗ ਪ੍ਰੈਗਨਨਸੀ ਠੀਕ ਹੈ ਜੀ ਤੇ ਕਿਹੜੀ ਕੰਪਨੀ ਨੇ ਡਿਵੈਲਪ ਕੀਤੀ ਹੈ ਵੈਕਸੀਨ ਆਰਐਸਵੀ ਇਹ ਕੁਐਸ਼ਨ ਹੈ ਰੈਸਪੀਰੇਟਰੀ ਸਿੰਗਟਿਕਲ ਵਾਇਰਸ ਟੀਡੈਪ ਫਾਈਜ਼ਰ ਫਲੂ ਜਾਂ ਫਿਰ ਐਮਐਮਆਰ ਪਹਿਲੀ ਫੂਡ ਐਂਡ ਪਹਿਲੀ ਵੈਕਸੀਨ ਹੈ ਜਿਹਨੂੰ ਯੂਐਸਏ ਦੇ ਆਰਗੇਨਾਈਜੇਸ਼ਨ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਬੱਚੇ ਅਪਰੂਵਲ ਦਿੱਤੀ ਹੈ ਟੂ ਯੂਜ਼ ਇਨ ਊਮਨ ਡਿਊਰਿੰਗ ਪ੍ਰੈਗਨਨਸੀ ਜ਼ਰੂਰੀ ਪੁਆਇੰਟ ਹੈ ਯਾਦ ਰੱਖ ਲਿਓ ਜੀ ਸੋ ਆਨਸਰ ਕੀਆ ਜੀ ਫਾਈਜ਼ਰ ਫਾਈਜ਼ਰ ਇਜ਼ ਦਾ ਕਰੈਕਟ ਆਪਸ਼ਨ ਠੀਕ ਹੈ ਜੀ ਫਾਈਜ਼ਰ ਇਜ਼ ਦਾ ਕਰੈਕਟ ਆਪਸ਼ਨ ਇਹ ਬੱਚੇ ਵੈਸੇ ਜਿੱਤਿਆ ਇਜਿਪਟ ਨਹੀਂ ਸੀਗਾ ਉਹ ਇਟਲੀ ਦੇ ਨੇ ਠੀਕ ਹੈ ਜੀ ਡਨ ਹੈ ਮਾਮਲਾ ਠੀਕ ਹੈ ਜੀ ਮਿਲਾਨੀ ਫਰੋਮ ਇਟਲੀ ਡਨ ਹੈ ਲੋ ਜੀ ਅਗਲਾ ਕੁਐਸਚਨ ਆ ਗਿਆ ਅਗਲਾ ਕੁਐਸਚਨ ਆ ਗਿਆ ਬੱਚਿਓ ਕਹਿੰਦਾ ਜੀ ਕਿਹੜੀ ਕੰਟਰੀ ਦੀ এনवायरमेंट ਮਿਨਿਸਟਰੀ ਹੈ ਜੀਨੇ ਡੇਜ਼ਰਟੀਫਿਕੇਸ਼ਨ ਨੂੰ ਰੇਗਿਸਤਾਨ ਨੂੰ ਮਾਰਸਥਲੀ ਏਰੀਆ ਨੂੰ ਕੰਬੈਟ ਕਰਨ ਵਾਸਤੇ ਆਰਟੀਫੀਸ਼ਲ ਇੰਟੈਲੀਜੈਂਸ ਦਾ ਯੂਜ਼ ਕੀਤਾ ਹੈ ਕਿਹੜੀ ਦੇਸ਼ ਦੀ এনवायरमेंट মিনিস্টਰੀ ਨੇ ਇਹ ਕੰਮ ਯੂਜ਼ ਕੀਤਾ ਹੈ ਹਾਂਜੀ ਹਾਂਜੀ ਮਲੋਨੀ ਇਟਲੀ ਤੋਂ ਐਂਜੀ ਠੀਕ ਹੈ ਜੀ डन ਮਾਮਲਾ